हां जी भाजी, प्यार परी, सत श्री अकाल, बहुत बहुत स्वागत है भाजी। की हाल चाल? ਵਧੀਆ ਵਧੀਆ ਭਾਜੀ, ਤੁਸੀਂ ਸੁਣਾਓ ਜੀ, ਕੀ ਹਾਲ ਚਾਲ ਤੁਹਾਡੇ? ਬਸ ਵਧੀਆ, ਸਭ ਠੀਕ ਠਾਕ, ਵਧੀਆ। ਚਲੋ, ਇਹ ਆ ਕਿ ਸ਼ੁਕਰ ਆ ਕਿ ਤੁਸੀਂ ਜੁਆਇਨ ਹੋ ਗਏ ਅੱਜ, ਕਿਉਂਕਿ ਪਿਛਲੇ ਸੀਜ਼ਨ 'ਚ ਨਾ ਜੀ ਬਹੁਤ ਸਾਰੇ ਕਲਾਕਾਰਾਂ ਨਾਲ ਗੱਲਾਂ ਬਾਤਾਂ ਹੋਈਆਂ ਸੀ, ਤੇ ਇੱਕ ਨਾਂ ਸੀਗਾ ਲਿਸਟ 'ਚ ਜਿਹੜਾ ਰਹਿ ਗਿਆ ਸੀ, ਉਹ ਸੀਗੇ ਤੁਸੀਂ। ਮੈਂ ਰਹਿ ਗਿਆ ਸੀ? ਹਾਂ ਹਾਂ ਠੀਕ ਆ। ਹਾਂ, ਤੇ ਅਸੀਂ ਬੜੀ ਕੋਸ਼ਿਸ਼ ਤਾਂ ਕੀਤੀ ਸੀਗੀ ਕੋਈ ਡੇਟ ਕੱਢਣ ਨੂੰ, ਪਰ ਕਦੀ ਸਬੱਬ ਨਹੀਂ ਮਿਲਿਆ, ਤੇ ਅੱਜ ਸਮਾਂ ਬਣ ਗਿਆ ਜੀ ਸਾਡੇ ਮੁਲਾਕਾਤ ਕਰਨ ਦਾ। ਦੇਖੋ, ਪਰਮਾਤਮਾ ਨੇ ਅੱਜ ਮੇਲ ਕਰਾ ਹੀ ਦਿੱਤਾ ਹੋਇਆ ਨਾ। ਦੇਖ ਲੋ, ਹੈ ਨਹੀਂ ਤਾਂ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹੈ। ਗੱਲਬਾਤ ਹੁੰਦੀ ਰਹੀ ਹੈ ਕਾਫੀ ਵਾਰ, ਪਰ ਮੈਨੂੰ ਏਦਾਂ ਲੱਗਦਾ ਵੀ ਆਪਣੇ ਫੋਨ ਤੇ ਕਦੇ ਵੀਡੀਓ ਕਾਲ ਨਹੀਂ ਹੋਈ ਹੈ ਨਾ? ਕਦੀ ਨਹੀਂ ਹੋਈ, ਹਾਂ, ਵੀਡੀਓ ਕਾਲ ਨਹੀਂ ਕੀਤੀ ਆਪਾਂ। ਅੱਜ ਅਸੀਂ ਆਪਣੇ ਸਰੋਤਿਆਂ ਦੇ ਨਾਲ ਹੀ ਹੋਇਆ, ਇਕੱਠੇ ਰੂਬਰੂ ਹੈ ਨਾ? ਹਾਂ ਬਿਲਕੁਲ, ਪਹਿਲੀ ਵਾਰੀ ਇਕੱਠੇ ਹੋਏ ਆ ਅੱਜ। ਚਲੋ, ਬਹੁਤ ਬਹੁਤ ਸਵਾਗਤ ਆ ਭਾਜੀ, ਬਹੁਤ ਬਹੁਤ ਸ਼ੁਕਰਗੁਜ਼ਾਰ ਆ, ਤੁਸੀਂ ਆਪਣਾ ਸਮਾਂ ਕੱਢ ਕੇ ਤੁਸੀਂ ਅੱਜ ਸ਼ਾਮਿਲ ਹੋਏ ਆ ਅੱਜ ਲਾਈਵ ਤੇ। ਨਹੀਂ ਤਾਂ ਤੁਹਾਡਾ ਸਕੇਜੂਲ ਬੜਾ ਟਾਈਟ ਹੁੰਦਾ, ਵੈਸੇ ਸਾਡੀ ਸ਼ੋਅਜ਼ ਵਗੈਰਾ ਹੁੰਦੇ ਚੱਲਦੇ ਰਹਿੰਦੇ ਡੇਲੀ। ਜੀ 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 ਸ਼ੋਅ ਵਗੈਰਾ ਚੱਲਦੇ ਰਹਿੰਦੇ। ਅੱਜ ਵੀ ਅੱਜ ਵੈਸੇ ਬੈਠੇ ਬੈਠੇ ਸਕੇਜੂਲ ਹੋ ਹੀ ਬਣ ਗਿਆ ਸੀ, ਆਪਾਂ ਆਫਲਾਈਨ ਗੱਲ ਕੀਤੀ, ਤੁਹਾਨੂੰ ਦੱਸਿਆ ਸੀ ਹੈ ਨਾ? ਤੇ ਹਾਂਜੀ ਹਾਂਜੀ, ਬਾਪਾ ਬੈਠੇ ਸੀਗੇ, ਕੋਈ ਬੜੇ ਪੁਰਾਣੇ ਕਾਲਜ ਦੇ ਫਰੈਂਡ, ਉਹ ਆ ਗਏ, ਉਹਨਾਂ ਨੂੰ ਪਤਾ ਨਹੀਂ ਸੀ ਮੇਰੀ ਇੰਟਰਵਿਊ ਆ ਰਹੀ ਹੈ, ਉਹ ਅਚਾਨਕ ਹੀ ਇੱਧਰ ਘੁੰਮਣ ਆਏ ਸੀ ਮੇਰੇ ਕੋਲ ਆ ਗਏ। ਚਲੋ ਠੀਕ ਆ, ਵਧੀਆ ਵਧੀਆ। ਇੰਡੀਆ ਵਾਲਾ ਕੰਮ ਲਾਈਟ ਹੈ ਨੀ, ਇਹ ਬੜਾ ਪੰਗਾ ਹੈ, ਹਾਂ ਲਾਈਟ ਦਾ ਬੜਾ ਪੰਗਾ। ਉਹ ਤਾਂ ਵਿਚਾਰੇ ਮੇਰੇ ਫਰੈਂਡ ਸਰਕਲ ਹੈਗੇ, ਬਿਜਲੀ ਵਾਲੇ, ਮਤਲਬ ਫਰੈਂਡ ਸਰਕਲ ਹੈਗੇ, ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਆਪਣੀ ਇੰਟਰਵਿਊ ਤੇ ਲਾਈਟ ਹੈ ਨੀ, ਤੇ ਕੁਛ ਕਰੋ ਹੀਲਾ, ਤੇ ਵਿਚਾਰੇ ਉਹ ਠੀਕ ਕਰਕੇ ਗਏ ਆ। ਕੋਈ ਅਸੀਂ 10 ਮਿੰਟ ਹੋਏ, ਪੂਰੇ ਪਿੰਡ ਦੀ ਬੰਦ ਸੀ। ਕਿਆ ਬਾਤ ਹੈ, ਚਲੋ ਇਹ ਆ ਕਿ ਦੇਖੋ ਜੀ ਮਸਲਾ ਹੱਲ ਹੋ ਗਿਆ ਟਾਈਮ ਸਿਰ, ਨਹੀਂ ਤਾਂ ਬਿਜਲੀ ਤੋਂ ਬਗੈਰ ਹੀ ਗੱਲਾਂ ਬਾਤਾਂ ਹੋਈਆਂ ਸੀ, ਕਿੰਨੋ ਪਸੀਨੀ ਹੋ ਕੇ ਗੱਲਾਂ ਹੋਈਆਂ ਸੀ ਫੇਰ। ਚਲੋ ਸ਼ੁਰੂ ਕਰੀਏ ਵੈਸੇ ਗੱਲਾਂ ਬਾਤਾਂ, ਕਿਉਂਕਿ ਦੇਖੋ ਜਿਹੜੇ ਸਾਡੇ ਦੇਖਣ ਵਾਲੇ ਜੁਆਇਨ ਹੋ ਗਏ ਪੂਰੀ ਦੁਨੀਆਂ ਤੋਂ, ਇੰਗਲੈਂਡ ਤੋਂ, ਕੈਨੇਡਾ ਤੋਂ, ਇੰਡੀਆ ਤੋਂ, ਇਸ ਵਕਤ ਦੇਖੋ ਜੀ ਇਹ ਜਿਹੜੇ ਕਲਾਕਾਰ ਆ ਇਹ ਕੋਈ ਤਾਰੀਫ ਤੇ ਮੁਹਤਾਜ ਨਹੀਂ ਹੈ ਮੈਂ ਕਹਿ ਸਕਦਾ, ਕਿਉਂਕਿ ਕਾਫੀ ਅਰਸਿਆਂ ਤੋਂ ਗਾਇਕੀ ਦੀ ਦੁਨੀਆਂ ਦੇ ਵਿੱਚ ਆਪਣਾ ਨਾਮ ਇੱਕ ਬਣਾਇਆ, ਅਸੀਂ ਸਾਰੇ ਜਾਣਦੇ ਹਾਂ, ਸੈਣੀ ਸੁਰਿੰਦਰ ਨਾਂ, ਯੂਕੇ ਭੰਗੜਾ ਇੰਡਸਟਰੀ ਦੇ ਵਿੱਚ ਵੀ ਅਸੀਂ ਜਾਣਦੇ ਹਾਂ, ਜਿੱਥੋਂ ਇਹਨਾਂ ਦਾ ਕਰੀਅਰ ਨੂੰ ਥੋੜਾ ਜਿਹਾ ਪੰਪ ਮਿਲਿਆ ਮੈਂ ਕਹਿ ਸਕਦਾ, ਪੰਪ ਇੱਥੋਂ ਜ਼ਿਆਦਾ ਮਿਲਦੇ ਆ। ਸੈਣੀ ਸੁਰਿੰਦਰ ਸਾਰਾ ਸਪਾਹੀ, ਗਾਇਕੀ ਤੋਂ ਅਸੀਂ ਤੁਹਾਨੂੰ ਜਾਣਦੇ ਹਾਂ, ਗਾਇਕੀ ਤੁਹਾਡੀ ਬੜੀ ਬਾ ਕਮਾਲ ਆ, ਸਟੇਜ ਤੁਹਾਡੀ ਪ੍ਰੈਜੈਂਟੇਸ਼ਨ ਬੜੀ ਕਮਾਲ ਦੀ ਹੈ, ਹਨਾ, ਐਂਟਰਟੇਨਮੈਂਟ ਬਿਜ਼ਨਸ ਦੇ ਵਿੱਚ ਤੁਹਾਡਾ ਇੱਕ ਬੜਾ ਇੱਕ ਵਿਲੱਖਣ ਨਾਂ ਆ, ਸਫ਼ਰ ਵੀ ਬੜਾ ਕਮਾਲ ਦਾ ਰਿਹਾ ਤੁਹਾਡਾ। ਹੁਣ ਮੈਨੂੰ ਇਹ ਦੱਸੋ ਕਿ ਜਿੱਦਾਂ ਹੁਣ ਕਈ ਕਲਾਕਾਰ ਅੱਜ ਕੱਲ ਫਿਲਮਾਂ ਚ ਆਣ ਆਪੇ ਆ, ਸੈਣੀ ਸੁਰਿੰਦਰ ਪਿੱਛੇ ਕਿੱਥੋਂ ਰਹਿ ਗਏ ਫਿਲਮਾਂ ਤੋਂ? ਪਹਿਲੇ ਮੈਂ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦਾ ਸੀ ਕਿ ਮੈਂ ਫਿਲਮਾਂ ਦੇ ਵਿੱਚ ਆਵਾਂ, ਬਿਕੋਜ਼ ਇਹ ਮਿਊਜ਼ਿਕ ਹੀ ਐਡਾ ਵੱਡਾ ਮਤਲਬ ਪਲੇਟਫਾਰਮ ਹੈਗਾ, ਇਹਦੇ ਵਿੱਚ ਸਿੱਖਣ ਨੂੰ ਹਮੇਸ਼ਾ ਇਹ ਕੁਛ ਨਾ ਕੁਛ ਸਿੱਖਣਦੇ ਰਹਿੰਦੇ ਆਪਾਂ, ਹੈ ਨਾ? ਸੋ ਹਮੇਸ਼ਾ ਕੁਛ ਸਿੱਖਦੇ ਰਹੀਦਾ। ਸੋ ਲੱਗਾ ਹੀ ਏਦਾਂ ਲੱਗਦਾ ਸੀ ਕਿ ਹਲੇ ਆਪਣੇ ਕੋਲ ਉਹੀ ਨੀ ਸਿੱਖ ਹੋਇਆ ਪ੍ਰੋਪਰ, ਤੇ ਆਪਾਂ ਦੂਜੀ ਸਾਈਡ ਜਾ ਕੇ ਕੀ ਕਰਾਂਗੇ, ਜਦੋਂ ਇੱਕ ਸਾਈਡ ਆਪਾਂ ਪ੍ਰੋਪਰ ਆਪਣੀ ਬੇਸ ਨੀ ਬਣਿਆ ਤਾਂ ਦੂਜੀ ਸਾਈਡ ਜਾਣਾ, ਫਿਰ ਤਾਂ ਹਰ ਇੱਕ ਜਗ੍ਹਾ ਆਪਣਾ ਪੈਰ ਪਸਾਰਨੇ, ਉਹ ਗੱਲ ਨੀ ਸਹੀ ਲੱਗਦੀ ਮੈਨੂੰ, ਹੈ ਨਾ? ਸੋ ਪਹਿਲਾਂ ਇੱਧਰ, ਪਰ ਹੁਣ ਇਹ ਹੈਗਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸ਼ਾਇਦ ਹੁਣ ਥੋੜੇ ਟਾਈਮ ਦੇ ਵਿੱਚ ਇਹ ਜਿਹੜੀ ਹੈਗੀ ਆ ਤੁਹਾਡੇ ਸਾਰਿਆਂ ਦੀ ਉਮੀਦ ਜਿਹੜੀ ਹੈ, ਕਹਿ ਲੋ ਸਾਡੇ, ਹੈ ਨਾ, ਸਾਰਿਆਂ ਦਾ ਪਿਆਰ ਆ, ਉਹ ਬੜੀ ਫਿਲਮਾਂ ਚ ਲੈ ਕੇ ਆ ਰਿਹਾ, ਬਸ ਆ ਰਿਹਾ ਥੋੜੇ ਟਾਈਮ ਚ ਲੱਗੇ ਹਾਂ। ਬੇਸ਼ੱਕ ਡਾਇਲੋਗ ਨਹੀਂ ਅਸੀਂ ਸੁਣਦੇ, ਪਰ ਜਿਹੜੀ ਸਟੋਰੀ ਲਾਈਨ ਹੁੰਦੀ ਆ ਉਹਦੇ ਚ ਬੜੀ ਬਾਕਮਾਲ ਐਕਟਿੰਗ ਕਰ ਹੀ ਲੈਂਦੇ ਹੋ ਤੁਸੀਂ। ਜੀ ਜੀ ਜੀ, ਉਹ ਪ੍ਰਮਾਤਮਾ ਦੀ ਕਿਰਪਾ ਨਾਲ ਐਕਟਿੰਗ ਹੈਗੀ। ਐਕਟਿੰਗ ਦਾ ਭਾਜੀ ਪਤਾ ਕੀ ਆ, ਐਕਟਿੰਗ ਦੀ ਗੱਲ ਅੱਜ ਤੱਕ ਮੇਰੀ ਕਿਸੇ ਇੰਟਰਵਿਊ ਚ ਨਹੀਂ ਹੋਈ, ਗਾਇਕੀ ਦੀਆਂ ਗੱਲਾਂ ਮੇਰੇ ਨਾਲ ਬੜੀਆਂ ਹੋ ਲੀਆਂ, ਮੈਂ ਇੰਟਰਵਿਊ ਕਾਫੀ ਕੀਤੇ, ਹਰ ਇੱਕ ਪੱਖ ਮੇਰਾ, ਮੇਰੇ ਫੈਨਸ ਨੂੰ, ਮੇਰੇ ਸਰੋਤਿਆਂ ਨੂੰ ਪਤਾ, ਪਰ ਜਿਹੜੀ ਹੈਗੀ ਐਕਟਿੰਗ ਵਾਲੀ ਗੱਲ ਕਦੇ ਮੇਰੇ ਨਾਲ ਨਹੀਂ ਹੋਈ। ਐਕਟਿੰਗ ਬਾਰੇ ਵੀ ਇਹ ਕਿ ਮੈਂ ਜਿੱਥੇ ਮੈਂ ਪਾਰਟੀਸਪੇਟ ਕਰਦਾ ਸੀ ਨਾ ਸਿੰਗਿੰਗ ਵਾਲੇ ਜਿਹੜੇ ਪ੍ਰੋਗਰਾਮ ਹੁੰਦੇ ਸੀ 15 ਅਗਸਤ 26 ਜਨਵਰੀ ਨੂੰ ਜਾਂ ਕੋਈ ਹੋਰ ਫੈਸਟੀਵਲ ਕਾਲਜ, ਉਹਦੇ ਵਿੱਚ ਮੈਂ ਨਾਲ ਨਾਲ ਜਿਹੜੇ ਸਕਿੱਟ ਵਗੈਰਾ ਆਪਾਂ ਕਰਦੇ ਸੀ, ਸਕਿੱਟਾਂ ਹੁੰਦੀਆਂ ਸੀ ਹੈ ਨਾ, ਅੱਛਾ, ਹਾਂ 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 ਠੀਕ ਠੀਕ, ਉਹਦੇ ਵਿੱਚ ਵੀ ਆਪਾਂ ਪਾਰਟਿਸਿਪੇਟ ਕਰਦੇ ਹੁੰਦੇ ਸੀ। ਹਾਂ ਕੀ ਹੁੰਦਾ ਸੀ ਮਤਲਬ ਕਾਫੀ ਜਣੇ ਹੁੰਦੇ ਸੀ ਮੇਰੇ ਨਾਲ ਹੋਰ ਵੀ, ਪਰ ਉਹ ਅਸੀਂ ਕਰਦੇ ਰਹੇ ਤੇ ਉੱਥੋਂ ਸਿੱਖਣ ਨੂੰ ਕਾਫੀ ਕੁਝ ਮਿਲਿਆ,
जिक्र किया ਚਾਹੇ ਉਹ ਕੋਈ ਨਾਟਕ ਦੀ ਹੋਏ ਤੇ ਬਾਕੀ ਨਹਿਰੂ ਯੁਵਾ ਕੇਂਦਰ ਨਾਲ ਅਸੀਂ ਅਟੈਚਡ ਹੈਗੇ ਆ ਬਾਕੀ ਜਿਹੜੇ ਲਾਈਵ ਨਾਟਕ ਹੈ ਪਿੰਡ ਦੇ ਵਿੱਚ ਅਵੇਅਰ ਕਰਦੇ ਆ ਲੋਕਾਂ ਨੂੰ ਔਰ ਜਿਹੜੇ ਰੀਅਲ ਆਰਟਿਸਟ ਹੈ ਜਿਹੜੇ ਕਿ ਰੀਅਲ ਤੁਹਾਨੂੰ ਦਿਖਾਉਂਦੇ ਆ ਕਿ ਨਾਟਕ ਕੀ ਹੁੰਦਾ ਹੈ ਨਾ ਤੇ ਲਾਈਵ ਨਾਟਕ ਖੇਡਣਾ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਕਲਾ ਆ ਕਿ ਲੋਕਾਂ ਨੂੰ ਉਸ ਟਾਈਮ ਦੇ ਵਿੱਚ ਕੀਲ ਕੇ ਰੱਖਣਾ ਸਟੇਜ ਦੇ ਉੱਤੇ ਨਹੀਂ ਤਾਂ ਨਸ਼ਿਆਂ ਤੋਂ ਬਚ ਕੇ ਰਹੋ ਜਿਹੜੇ ਹੋਰ ਸਮਾਜਿਕ ਕ੍ਰਿਤੀਆਂ ਚੱਲਦੀਆਂ ਉਹ ਤੇ ਬਚ ਕੇ ਰਹੋ ਤੇ ਉਹ ਅਸੀਂ ਪਿੰਡ ਵਿੱਚ ਕਰਵਾਉਂਦੇ ਰਹਿੰਦੇ ਆ ਮੈਂ ਆਪਣੇ ਪਿੰਡ ਚ ਖੁਦ ਨਾਲ ਹੋ ਕੇ ਮੈਂ ਕਰਵਾਉਂਦਾ ਆ ਨਾ ਅਸੀਂ ਸਾਡਾ ਯੂਥ ਕਲੱਬ ਹੈ ਤੁਹਾਨੂੰ ਪਤਾ ਹੀ ਆ ਤੁਸੀਂ ਉਹਦੇ ਹੋਰ ਵੀ ਉਹਦੇ ਤੇ ਕਾਫੀ ਤੁਸੀਂ ਸਾਡੀ ਮਦਦ ਕੀਤੀ ਆ ਨਿਕੂਵਾਲ ਸਪੋਰਟਸ ਯੂਥ ਕਲੱਬ ਤੇ ਉਹਦੇ ਵਿੱਚ ਮਤਲਬ ਅਸੀਂ ਕਰਵਾਉਂਦੇ ਰਹਿੰਦੇ ਇੱਦਾਂ ਦੀ ਐਕਟੀਵਿਟੀ ਕੁਛ ਨਾ ਕੁਛ ਕਰਵਾਉਂਦੇ ਰਹਿੰਦੇ ਆ ਈਵਨ ਅਸੀਂ ਦਸਤਾਰ ਦੇ ਮੁਕਾਬਲੇ ਕਰਵਾਉਂਦੇ ਆ ਧਾਰਮਿਕ ਜਿਹੜੀਆਂ ਧਾਰਮਿਕ ਐਗਜ਼ਾਮ ਵੀ ਕਰਵਾਉਂਦੇ ਆ ਬੱਚਿਆਂ ਤੋਂ ਤਾਂ ਕਿ ਲੋਕਾਂ ਨੂੰ ਜਿਹੜੇ ਬੱਚੇ ਆ ਉਹਨਾਂ ਨੂੰ ਆਪਣੇ ਸਿੱਖ ਹਿਸਟਰੀ ਬਾਰੇ ਪਤਾ ਲੱਗ ਜਾ ਰਹੇ ਬਹੁਤ ਕੁਛ ਕਰਾਉਣੇ ਭਾਜੀ ਵੈਸੇ ਕਈ ਤੁਹਾਡੇ ਜਿਹੜੇ ਫੈਨ ਆ ਨਾ ਜਿਹੜੇ ਸਾਨੂੰ ਦੇਖ ਰਹੇ ਜਿਹੜੇ ਤੁਹਾਡੇ ਗੀਤਾਂ ਨੂੰ ਸੁਣਦੇ ਆਏ ਆ ਇੰਨੇ ਸਾਲਾਂ ਤੋਂ ਸ਼ਾਇਦ ਇਹਨਾਂ ਨੂੰ ਪਤਾ ਨਾ ਹੋਵੇ ਪਰ ਸ਼੍ਰੀ ਕੇਸ਼ਕਰ ਸਾਹਿਬ ਤੁਹਾਡੇ ਘਰ ਤੋਂ ਦੀਦਾ ਆ ਮੈਂ ਸ਼ਾਇਦ ਤੁਹਾਨੂੰ ਸਨੈਪਚੈਟ ਵੀ ਤੁਹਾਨੂੰ ਭੇਜ ਦਿੰਦਾ ਹੈ ਨਾ ਸ਼੍ਰੀ ਕੇਸ਼ਕਰ ਸਾਹਿਬ ਜਿਹੜੇ ਕਿਲਾ ਜਿਹੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੈਗਾ ਸਾਡੇ ਘਰ ਤੋਂ ਬਿਲਕੁਲ ਬਿਲਕੁਲ ਸਾਹਮਣੇ ਆ ਬਿਲਕੁਲ ਐਨ ਆਪਾਂ ਛੱਤ ਤੇ ਖੜ ਕੇ ਦੇਖ ਸਕਦੇ ਆ ਮੱਥਾ ਦੇਖ ਸਕਦੇ ਆ ਨਤਮਸਤਕ ਹੋ ਸਕਦੇ ਆ ਇੱਥੋਂ ਵੀ ਤੇ ਵੈਸੇ ਸਾਨੂੰ 5 ਮਿੰਟ ਦੇ ਸਾਨੂੰ ਡਰਾਈਵ ਹੈਗੀ ਹੋਈ ਹੈ 5 ਮਿੰਟ ਦੇ ਵਿੱਚ ਆਪਾਂ ਉੱਥੇ ਪਹੁੰਚ ਜਾਂਦੇ ਆ ਕਿਆ ਬਾਤ ਹੈ ਤੇ ਉਹ ਵੀ ਦੇਖੋ ਜੀ ਇੱਕ ਅਲੱਗ ਨਜ਼ਾਰਾ ਹੈ ਕਿਉਂਕਿ ਨਾਲ ਨਾਲ ਦੇਖੋ ਜੀ ਤੁਹਾਡੀ ਗਾਇਕੀ ਦੇ ਵਿੱਚ ਧਾਰਮਿਕ ਸਪਿਰਚੁਅਲਿਟੀ ਵੀ ਹੈਗੀ ਹੈ ਕਿਉਂਕਿ ਕਾਫੀ ਤੁਸੀਂ ਧਾਰਮਿਕ ਗੀਤ ਵੀ ਗਾਏ ਕਾਫੀ ਧਾਰਮਿਕ ਮੇਲਿਆਂ ਚ ਵੀ ਤੁਸੀਂ ਪਰਫਾਰਮ ਕੀਤਾ ਖਾਸ ਕਰਕੇ ਜੇ ਤੁਸੀਂ ਇੰਗਲੈਂਡ ਵੀ ਆਉਂਦੇ ਹੈ ਹਾਲਾਂਕਿ ਕਈ ਕਈ ਪੰਜਾਬ ਦੇ ਮੁੰਡੇ ਕੈਨੇਡਾ ਨੂੰ ਦੌੜਦੇ ਆ ਤੁਸੀਂ ਇੰਗਲੈਂਡ ਆਉਂਦੇ ਆ ਇੰਗਲੈਂਡ ਦੀ ਤੁਹਾਡੀ ਜਿਹੜਾ ਕਹਿ ਲਓ ਇੱਕ ਦੂਜਾ ਘਰ ਆ ਇੱਕ ਕਿਸਮ ਦਾ ਦੂਜਾ ਘਰ ਭਾਜੀ ਇੱਕ ਕਿਸਮ ਦਾ ਨੀ ਮੇਰਾ ਦੂਜਾ ਘਰ ਹੀ ਇੰਗਲੈਂਡ ਨਾ ਬਾ ਆਈ ਹੈ ਮੈਂ ਇੱਥੇ ਜਾਵੇ ਰਹਿਣਾ ਹਾਂ ਕਦੇ ਕਦੇ ਭਾਜੀ ਜਦੋਂ 에ਅਰਪੋਰਟ ਤੇ ਉਤਰੀ ਦੇ ਨਾ ਜਾ ਕੇ ਕਦੇ ਐਦਾਂ ਮਹਿਸੂਸ ਹੀ ਨਹੀਂ ਹੋਇਆ ਕਿ ਅੱਜ ਤੱਕ ਵੀ ਕਿ ਮੈਂ ਕਿਸੇ ਹੋਰ ਕੰਟਰੀ ਚ ਆਇਆ ਵਾਹ ਐਦਾਂ ਹੀ ਮਹਿਸੂਸ ਲਗਾਉ ਹੋ ਜਾਂਦਾ ਨਾ ਉਸ ਕੰਟਰੀ ਨੂੰ ਹਾਂ ਹਾਂ ਕਨੈਕਸ਼ਨ ਬਣ ਜਾਂਦਾ ਨਾ ਬਹੁਤ ਜ਼ਿਆਦਾ ਮਿਲਦਾ ਲੋਕਾਂ ਦਾ ਜਿੰਨੇ ਹੈਗੇ ਆ ਪਿਆਰ ਬੜਾ ਬਹੁਤ ਜ਼ਿਆਦਾ ਮਿਲਦਾ ਇੱਕ ਮੈਨੂੰ ਉੱਥੇ ਘਰ ਵਾਂਗੂ ਸਾਰਾ ਕੁਝ ਮਿਲਦਾ ਉਸ ਟਾਈਮ ਮੈਂ ਜਿੱਥੇ ਰਹਿਣਾ ਹੈ ਘਰੇ ਲੱਕੀ ਭੁੱਲਰ ਸਾਹਿਬ ਡੈਨੀ ਭੁੱਲਰ ਸਾਹਿਬ ਤੇ ਮਤਲਬ ਕਿ ਬੜਾ ਉੱਥੇ ਭਰਾਵਾਂ ਵਾਂਗੂ ਇਕੱਠੇ ਰਹੀਦਾ ਅਸੀਂ ਘਰ ਚ ਰਹਿੰਦੇ ਹਾਂ ਮਤਲਬ ਬੜਾ ਨਜ਼ਾਰੇ ਨਾਲ ਕਦੇ ਮਹਿਸੂਸ ਹੀ ਨਹੀਂ ਹੋਇਆ ਭਾਜੀ ਬਹੁਤ ਬਹੁਤ ਨਜ਼ਾਰਾ ਉੱਥੇ ਵੈਸੇ ਗੱਲ ਕਰੀਏ ਭਾਜੀ ਜਦੋਂ ਤੁਸੀਂ ਪਹਿਲੀ ਵਾਰੀ ਇੰਗਲੈਂਡ ਆਏ ਸੀਗੇ ਪਹਿਲੀ ਫਲਾਈਟ ਇੰਗਲੈਂਡ ਨੂੰ ਕੋਈ ਵਾਕਿਆ ਦੱਸੋ ਇੱਦਾਂ ਦਾ ਜਿਹੜਾ ਅੱਜ ਵੀ ਤੁਹਾਨੂੰ ਚੇਤਾ ਆਇਆ ਜਾਂ ਸਾਨੂੰ ਕਦੀ ਕਦੀ ਇਕੱਲੇ ਬਹਿ ਕੇ ਸਾਨੂੰ ਥੋੜਾ ਜਿਹਾ ਹਾਸਾ ਆਉਂਦਾ ਸੋਚ ਕੇ ਕੋਈ ਇੱਦਾਂ ਦਾ ਕਿਉਂਕਿ ਪਹਿਲਾ ਸਫ਼ਰ ਇੰਗਲੈਂਡ ਦਾ ਪਹਿਲਾ ਸਫ਼ਰ ਸੀਗਾ ਤੇ ਮੈਂ ਪਹੁੰਚਿਆ ਇੰਗਲੈਂਡ ਦੇ ਵਿੱਚ ਇੰਗਲੈਂਡ ਆ ਕੇ ਉਤਰਿਆ ਰੋਮਿੰਗ ਰੋਮਿੰਗ ਵਾਲਾ ਸਿਸਟਮ ਹੁੰਦਾ ਸੀ ਐਡਾ ਵੱਡਾ ਵੀ ਘਰੇ ਫੋਨ ਕਰ ਲੈਣਾ ਹੁਣ ਤਾਂ ਆਪਾਂ ਏਅਰਪੋਰਟ ਤੇ ਉਤਰਿਆ ਵਾਈ ਫਾਈ ਸਾਨੂੰ ਨਾਲੇ ਮਿਲਦਾ ਵੀਡੀਓ ਕਾਲ ਕਰ ਲੈਂਦੇ ਨਾ ਹੀ ਵਟਸਐਪ ਹੁੰਦਾ ਸੀ ਬੀਬੀ ਪਿੰਨ ਹੁੰਦਾ ਸੀਗਾ ਜਾਂ ਤਾਂ ਬੀਬੀ ਪਿੰਨ ਤੇ ਜਾਂ ਫਿਰ ਉਹ ਵੀ ਇੰਟਰਨੈਟ ਨੀ ਮਿਲਦਾ ਸੀ ਏਅਰਪੋਰਟ ਤੇ ਕਿਸੇ ਇੰਟਰਵਿਊ ਇੰਟਰਨੈਟ ਉਪਲਬਧ ਨਹੀਂ ਹੁੰਦਾ ਸੀ ਕੋਈ ਇੰਟਰਨੈਸ਼ਨਲ ਰੋਮਿੰਗ ਨੀ ਸਾਡੇ ਕੋਲ ਹੁੰਦੀ ਸੀ ਪਤਾ ਹੀ ਨਹੀਂ ਸੀ ਕੀ ਕਰਨਾ ਬਾਹਰ ਜਾ ਕੇ ਜਦੋਂ ਮੈਂ ਫਸਟ ਟਾਈਮ ਉੱਥੇ ਜਾ ਕੇ ਉਤਰਿਆ ਸੀ ਤੇ ਮੈਨੂੰ ਡੀਜੇ ਹੈਚ ਲੈਣ ਆਇਆ ਸੀ ਉੱਥੇ ਏਅਰਪੋਰਟ ਤੇ ਹਾਂਜੀ ਉਹਨਾਂ ਨੇ ਕੀ ਕੀਤਾ ਸੀ ਉਹਨਾਂ ਨੂੰ ਬੜਾ ਸ਼ੌਂਕ ਸੀ ਕਿ ਮੁੰਡਾ ਆ ਰਿਹਾ ਇੰਗਲੀਆਂ ਤੋਂ ਵੀ ਸਿੰਗਰ ਏਦਾਂ ਆ ਰਿਹਾ ਤੇ ਉਹਦੀ ਕਾਕਾ ਭੈਣੇ ਨਾਲ ਆਵਾਜ਼ ਮਿਲਦੀ ਆ ਤੇ ਕਾਕਾ ਭੈਣੇ ਵਾਲੇ ਉਦੋਂ ਨਹੀਂ ਸੀ ਇਸ ਦੁਨੀਆਂ ਦੇ ਵਿੱਚ ਹਨਾ ਅੱਛਾ
ਉਹਨਾਂ ਦਾ ਕੋਈ ਕਲੱਬ ਸ਼ੋਅ ਚੱਲ ਰਿਹਾ ਸੀਗਾ ਸਲੋ ਦੇ ਵਿੱਚ। ਅੱਛਾ, ਹੁਣ ਤੁਸੀਂ ਦੇਖ ਲਓ ਵੀ ਹੀਥਰੋ ਤੋਂ ਸਲੋ ਦਾ ਕਿੰਨਾ ਕੁ ਰਸਤਾ ਹੈਗਾ। ਬਿਲਕੁਲ ਜੀ ਜੀ, ਤੇ ਉਹ ਮੈਨੂੰ ਏਅਰਪੋਰਟ ਤੇ ਲਿਆ। ਯਕੀਨ ਕਰਿਓ ਮੈਂ ਪਲੇਨ ਦੇ ਵਿੱਚ ਸੁੱਤਾ ਗਿਆ, ਪੱਗ ਪੁੱਗ ਮੇਰੀ ਮਤਲਬ ਹਿੱਲੀ ਹੋਈ ਆਪ, ਮੈਂ ਨੀਂਦ ਦੇ ਵਿੱਚ, ਨਵੀਂ ਕੰਟਰੀ ਮੇਰੇ ਲਈ, ਨਵੇਂ ਲੋਕ ਹੈ ਨਾ, ਨਵਾਂ ਐਕਸਪੀਰੀਅੰਸ। ਮੈਨੂੰ ਕਹਿੰਦੇ ਭਾਜੀ ਤੁਸੀਂ ਗਾਣਾ ਆਇਆ ਹੁਣ। ਉਹ ਮੈਂ ਕਿਹਾ ਯਾਰ ਮੈਂ ਤਾਂ ਹਲੇ ਫਲਾਈਟ ਤੋਂ ਉਤਰਿਆ ਹੁਣੀ, ਮੈਂ ਤਾਂ ਮੇਰਾ ਹੁਲੀਆ ਵੀ ਠੀਕ ਨਹੀਂ ਹੈ ਨਾ, ਉੱਤੋਂ ਜੈਟ ਲੈਗ ਲੱਗਾ ਹੋਇਆ ਤੇ ਉੱਤੋਂ ਥੱਕਿਆ ਹੋਇਆ ਇੰਨਾ ਮੈਂ ਕਿ ਮੇਰਾ ਗਲਾ ਤਾਂ ਉਦਾਂ ਹੀ ਚੱਲ ਰਿਹਾ। ਕੰਟਰੀ ਚ ਆ ਗਿਆ, ਇੰਨੀ ਗਰਮੀ ਚੋਂ ਇੱਥੇ ਨਿਕਲਿਆ, ਉੱਥੇ ਮੈਂ ਠੰਡ ਚ ਵੜ ਗਿਆ ਆ ਕੇ ਇੱਕਦਮ ਹੀ। ਠੰਡ ਚ ਵੜ ਕੇ ਆ ਗਏ? ਹਾਂ, ਕੱਪੜੇ ਮੇਰੇ ਪ੍ਰੋਪਰ ਦੇਸੀ। ਅੱਛਾ, ਖੁੱਲੇ ਡੁੱਲੇ ਕੱਪੜੇ ਪਾਏ ਪਰ ਦੇਸੀ ਪ੍ਰੋਪਰ, ਕਿਉਂਕਿ ਕਦੇ ਮਤਲਬ ਮੈਂ ਇੱਥੋਂ ਇੱਕ ਦੁਬਈ ਤੱਕ ਗਿਆ ਸੀ, ਰਸ਼ੀਆ ਤੱਕ ਗਿਆ ਸੀ, ਮੈਂ ਦੋ ਸ਼ੋਅ ਤੋਂ ਪਹਿਲਾਂ ਕੀਤੇ ਸੀਗੇ। ਪਰ ਇਹਨਾਂ ਨੇ ਪਤਾ ਨਹੀਂ, ਅੱਜ ਕੱਲ੍ਹ ਦੇ ਜਿਹੜੇ ਆਰਟਿਸਟ ਹੈ ਨਾ, ਉਹ ਪਹਿਲਾਂ ਹੀ ਜਿੱਦਾਂ ਹੁੰਦੇ ਆ ਪ੍ਰਿਪੇਅਰ, ਕੋਈ ਬ੍ਰਾਂਡ ਪਾ ਰਿਹਾ, ਕੋਈ ਆਹ ਬ੍ਰਾਂਡ, ਕੋਈ ਉਹ ਬ੍ਰਾਂਡ। ਸਾਡਾ ਕਿਹੜਾ ਬ੍ਰਾਂਡ ਹੁੰਦਾ? ਸਾਡਾ ਤਾਂ ਪਿੰਡਾਂ ਵਾਲਾ ਬ੍ਰਾਂਡ, ਸਿੱਧਾ ਕੁੜਤਾ ਪਜਾਮਾ। ਹਾਂ ਬਿਲਕੁਲ ਬਿਲਕੁਲ, ਸਿੱਧਾ ਕੁੜਤਾ ਪਜਾਮਾ। ਹਾਂ, ਇਹ ਸੱਚਾਈ ਹੈ ਭਾਜੀ। ਮੈਨੂੰ ਨਹੀਂ ਉਦੋਂ, ਮੈਨੂੰ ਬ੍ਰਾਂਡ ਬ੍ਰੂਂਡ ਦਾ ਨਹੀਂ ਕੋਈ ਪਤਾ ਹੁੰਦਾ ਜੀ ਬ੍ਰਾਂਡ ਪਾਣਾ ਕੀ ਹੈ, ਬਸ ਕੱਪੜੇ ਹੈਗੇ ਇੱਥੋਂ ਲੋਕਲ ਦੁਕਾਨ ਤੋਂ ਲਏ ਆ, ਬਸ ਠੀਕ ਹੈ ਚੱਲਦੇ ਆ ਉਹ। ਈਵਨ ਮੇਰੀ ਪੁਰਾਣੀ ਵੀਡੀਓ ਤੋਂ ਵੀ ਜਾ ਕੇ ਦੇਖ ਲਓ, ਮੈਂ ਕਦੇ ਕੀਤਾ ਹੀ ਨਹੀਂ। ਆਪਾਂ ਉਦੋਂ ਗਾਇਕੀ ਵੱਲ ਧਿਆਨ ਦੇਈਦਾ ਸੀ ਪੂਰਾ, ਕਿ ਪ੍ਰੋਪਰ ਗਾਇਕੀ ਆਣੀ ਚਾਹੀਦੀ ਸਾਨੂੰ, ਬਾਕੀ ਕੋਈ ਚੱਕਰ ਨਹੀਂ। ਫਿਰ ਉਹਨਾਂ ਨੇ ਭਾਜੀ ਮੈਨੂੰ ਨੇਕ ਇਹਨਾਂ ਲੈ ਕੇ ਸਿੱਧਾ ਸਟੇਜ ਦੇ ਉੱਤੇ ਚਾੜ ਦਿੱਤਾ ਜੀ। ਕਿਸੇ ਨੂੰ ਨਹੀਂ ਪਤਾ ਸੀ ਕਿ ਕੌਣ ਹੈ ਇਹ, ਮੈਨੂੰ ਕੋਈ ਜਾਣਦਾ ਨਹੀਂ ਸੀ ਉਦੋਂ। ਇੰਗਲੈਂਡ ਦੇ ਵਿੱਚ ਕੋਈ ਖਾਸ ਨਹੀਂ ਪਤਾ ਹੁੰਦਾ, ਪਰ ਉਹਨਾਂ ਨੇ ਇੰਟਰੋਡਿਊਸ ਕਰਤਾ ਸੀ ਕਿ ਕਾਕਾ ਭੇਣੇਵਾਲ ਦੀ ਜਿਹੜੀ ਦੂਜੀ ਆਵਾਜ਼ ਹੈ ਵੀ ਉਹ ਸਾਡੇ ਵਿੱਚ ਆਈ ਗਈ, ਮਤਲਬ ਕਿ ਕਹਿ ਲਓ ਇੱਕ ਤਰੀਕੇ ਦਾ ਉਹੀ ਆ। ਤੇ ਬਸ ਉਦੋਂ ਮੈਨੂੰ ਉਹਨੇ ਕਿਹਾ, ਮੈਂ ਕਿਹਾ ਯਾਰ ਗਾ ਤਾਂ ਹੋਣਾ ਨਹੀਂ, ਕਹਿੰਦੇ ਬਸ ਸਿਰਫ ਇੱਕ ਗੀਤ ਦਾਰੂ ਪੀ ਕੇ ਜੱਟ ਬੁੱਕ ਦਾ ਗਾ ਦਿਓ, ਬਾਕੀ ਕੋਈ ਚੱਕਰ ਨਹੀਂ, ਕਹਿੰਦੇ ਤੁਸੀਂ ਬਾਕੀ ਰੈਸਟ ਕਰੋ। ਉਹਨਾਂ ਨੇ ਮੇਰੇ ਕੋਲੋਂ ਗਵਾ ਕੇ ਛੱਡਿਆ ਭਾਜੀ, ਮੇਰਾ ਉਹ ਐਕਸਪੀਰੀਅੰਸ ਸੀ। ਔਰ ਮੈਂ ਬੜੀ ਮੁਸ਼ਕਿਲ ਨਾਲ ਗਾਇਆ, ਮੇਰਾ ਗਲਾ ਗੁਲਾ ਬਿਲਕੁਲ ਹਿੱਲਿਆ ਸੀ ਕਿਉਂਕਿ ਇੰਨੀ ਫਲਾਈਟ ਲੰਬੀ ਤੋਂ ਬਾਅਦ, ਪਰ ਉਹ ਮੈਨੂੰ ਦਿਨਾਂ 'ਚ ਵੀ ਯਾਦ ਆ, ਉਹ ਸਟੇਜ ਵੀ ਮੈਨੂੰ ਯਾਦ ਆ। ਔਰ ਜਿਹੜੇ ਬਾਕੀ ਸਟੇਜਾਂ ਬਹੁਤ ਲਾਈਆਂ, ਮੈਨੂੰ ਇੰਨਾ ਨਹੀਂ ਯਾਦ ਹੈਗਾ ਕਿਸੇ ਸਟੇਜ ਦਾ, ਤੁਹਾਨੂੰ ਪਤਾ ਉਹ ਸਟੇਜ ਵੀ ਮੈਨੂੰ ਯਾਦ ਆ, ਤੇ ਜਿਹੜੇ ਮੇਰੇ ਸਾਹਮਣੇ ਚਿਹਰੇ ਸੀਗੇ ਥੱਲੇ, ਉਹ ਵੀ ਮੈਨੂੰ ਕਾਫੀ ਹੱਦ ਤੱਕ ਯਾਦ ਹੈਗੇ, ਪਹਿਲੀ ਵਾਰ ਜਿਹੜੇ ਦੇਖੇ ਸੀ ਉੱਥੇ। ਅੱਛਾ ਜੀ, ਤਾਂ ਆਡੀਅੰਸ ਤਾਂ ਉਸਲੇ ਕੀ, ਆਡੀਅੰਸ ਦਾ ਕੀ ਰਿਸਪੌਂਸ ਹੈਗਾ ਉਸਲੇ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਨਵੇਂ ਸੀਗੇ ਤੁਸੀਂ ਉਸਲੇ, ਕੋਈ ਇੰਨਾ ਨਹੀਂ ਸੀਗਾ ਕਿ ਕੋਈ ਸੈਰੀ ਸੁਰਿੰਦਰ ਵੀ ਕੋਈ ਕਲਾਕਾਰ ਹੈਗਾ, ਇੱਕ ਨਵੀਂ ਆਡੀਅੰਸ ਸਾਹਮਣੇ ਦੇਖ ਰਹੀ ਹੈ, ਉਹ ਕੀ ਤੁਹਾਨੂੰ ਰਿਸਪੌਂਸ ਉਸਦੇ ਤੇ ਕੀ ਮਿਲਿਆ ਸੀ? ਉਹਨਾਂ ਦੇ ਰਿਸਪੌਂਸ ਏਦਾਂ ਦਾ ਸੀਗਾ ਕਿ ਮੈਨੂੰ ਮਹਿਸੂਸ, ਇਹ ਗੱਲ ਤਾਂ ਉਦੋਂ ਹੀ ਹੋ ਗਈ ਸੀ ਕਿ ਮਿੱਤਰਾ ਮਤਲਬ ਕਿ ਇੱਥੇ ਆ ਕੇ ਮੈਂ ਬਹੁਤ ਵਧੀਆ ਕੰਮ ਕੀਤਾ ਜੇ ਮੈਂ ਇੱਥੇ ਆ ਗਿਆ। ਡਿਸੀਜਨ ਸਹੀ ਬਣਿਆ ਚਲੋ। ਹਾਂ ਬਿਲਕੁਲ, ਪਹਿਲੀ ਵਾਰ ਆਪਾਂ ਰੂਬਰੂ ਹੋਏ ਆ, ਪਹਿਲੀ ਵਾਰ ਉਹਨਾਂ ਨੇ ਮੈਨੂੰ ਦੇਖਿਆ ਲਾਈਵ, ਪਹਿਲੀ ਵਾਰ ਮੈਂ ਯੂਕੇ ਦੀ ਆਡੀਅੰਸ ਨੂੰ ਫੇਸ ਕੀਤਾ। ਸਿਰਫ 3-4 ਮਿੰਟਾਂ ਦੇ ਵਿੱਚ ਉਹ ਸਾਰੇ ਮੇਰੇ ਨਾਲ ਲਾਈਕ ਇੱਕਦਮ ਮਤਲਬ ਘੁਲ ਮਿਲ ਗਏ, ਕਨੈਕਟ ਹੋ ਗਏ, ਹਾਂ ਹਾਂ ਮਿਕਸ ਹੋ ਗਏ ਮੇਰੇ ਨਾਲ। ਤੇ ਐਕਸਪੀਰੀਅੰਸ ਅਲੱਗ ਸੀ, ਲੱਗਦਾ ਨਹੀਂ ਸੀ ਕਿ ਮੈਂ ਸਟੇਜ ਤੋਂ ਉਤਰਾਂ, ਮੈਨੂੰ ਲੱਗਦਾ ਸੀ ਕਿ ਯਾਰ ਲੱਗੇ ਰਹੋ। ਸੋ ਇਸੇ ਤਰ੍ਹਾਂ ਮੇਰਾ ਖਿਆਲ ਕਹਿ ਸਕਦਾ, ਜਿੱਦਾਂ ਹੁਣ ਜੇ ਗੱਲ ਕਰੀਏ, ਜਿੱਦਾਂ ਹੁਣ ਉਹ ਪਰਫਾਰਮੈਂਸ ਤੁਸੀਂ ਕੀਤੀ ਸੀ ਉਸਲੇ, ਤੁਹਾਡੀ ਜਿਹੜੀ ਪਹਿਲੀ ਬ੍ਰੇਕ ਉਸ ਸ਼ੋਅ ਤੋਂ ਹੀ ਹੋਈ ਸੀਗੀ ਐਜ਼ ਸਿੰਗਲ ਮੈਂ, ਮਤਲਬ ਜਿੱਦਾਂ ਸਿੰਗਲ ਟਰੈਕ ਇੱਥੇ ਰਿਲੀਜ਼ ਕਰਨਾ, ਐਲਬਮ ਕੱਢਣੀ, ਉਸ ਸ਼ੋਅ ਦੇ ਕਰਕੇ? ਹਾਂ ਗੀਤ ਪਹਿਲਾਂ ਵੀ ਆ ਗਏ ਸੀ ਕਾਫੀ। ਹਾਂ ਗੀਤ ਪਹਿਲਾਂ ਕਾਫੀ ਆ ਗਏ ਸੀ, ਗੀਤ ਤਾਂ ਮੈਂ 2006 ਤੋਂ ਕਰ ਰਿਹਾ। ਸਟੇਜਾਂ ਵੀ ਉਦੋਂ ਪਹਿਲੇ ਮੈਂ ਕਾਫੀ ਲਾਤੇ, ਇੰਗਲੈਂਡ ਦੀ ਮੇਰੀ ਪਹਿਲੀ ਸਟੇਜ ਸੀ ਉਹ। ਹਾਂ ਇੰਗਲੈਂਡ ਦੀ ਮੇਰੀ ਪਹਿਲੀ ਸਟੇਜ ਸੀ, ਉਹ ਤੋਂ ਪਹਿਲਾਂ ਸਟੇਜ ਮੈਂ ਕਾਫੀ ਲਾਤਾ, ਤੁਹਾਨੂੰ ਦੱਸਿਆ ਮੈਂ ਦੁਬਈ ਸ਼ੋਅ ਕਰ ਲਏ ਸੀ, ਉਹ ਤੋਂ ਪਹਿਲਾਂ ਰਸ਼ੀਆ ਮੈਂ ਸ਼ੋਅ ਕਰ ਲਏ ਸੀ, ਇੰਡੀਆ ਦਾ ਬੇਹੱਦ ਹੀ ਕਰ ਲਏ ਹੋਏ ਸੀ। ਕਾਫੀ ਮੈਂ ਡੀਜੇ ਹੇਚ, ਵੈਸੇ ਡੀਜੇ ਹੇਚ ਨੇ ਕਿੱਦਾਂ ਤੁਹਾਨੂੰ ਵੈਸੇ ਅਪਰੋਚ ਕੀਤਾ, ਕਿਸ ਤਰ੍ਹਾਂ ਤੁਹਾਡੇ ਨਾਲ ਉਹ ਲਾਈਕ ਕਿੱਦਾਂ ਲਿੰਕ ਬਣਿਆ, ਇਹ ਕਹਾਣੀ ਦੱਸੋ। ਉਹ ਕਹਾਣੀ ਏਦਾਂ ਸੀ, ਮੈਂ ਸਟੂਡੀਓ ਹੁੰਦਾ ਸੀ ਫਗਵਾੜੇ। ਹਾਂ ਤੁਹਾਨੂੰ ਪਤਾ ਉਸ ਟਾਈਮ ਲੁੱਟਣ ਫੁੱਟਣ ਵਾਲਾ ਕੰਮ ਵੀ ਬੜਾ ਚੱਲਦਾ ਸੀ, ਵੀ ਹਾਂ ਆਰਟਿਸਟ ਨਾਲ ਧੱਕਾ ਕਰੋ, ਏਦਾਂ ਕਰੋ, ਓਦਾਂ ਕਰੋ, ਮੇਰੇ ਨਾਲ ਕਾਫੀ ਧੱਕਾ ਹੋਇਆ ਸੀ ਉਸ ਟਾਈਮ ਦੇ ਵਿੱਚ। ਮੇਰੇ ਖਿਆਲ ਨਾਲ ਕੁਛ ਬੰਦੇ ਹੁੰਦੇ ਜਿਹੜੇ ਕਰਦੇ ਆ, ਮੋਸਟਲੀ 90% ਸਿੰਗਰਸ ਨਾਲ ਏਦਾਂ ਹੋਇਆ ਹੋਣਾ, ਜਿਹੜੇ ਮਿਹਨਤ ਕਰਦੇ ਆ ਨਾ, ਜਿਹੜੇ ਮਿਹਨਤ ਕਰਦੇ ਸੀ ਉਹਨਾਂ ਟਾਈਮਾਂ ਦੇ ਵਿੱਚ, ਕਿਉਂਕਿ ਪੈਸਾ ਕੋਲ ਹੁੰਦਾ, ਪਰ ਅਸੀਂ ਸੋਚਦੇ ਸਾਡਾ ਕੋਈ, ਸਾਡੀ ਗਾਇਕੀ ਸਾਨੂੰ ਕੁਛ ਦੇ ਦੂਗੀ, ਸਾਡਾ ਕਰੂਗਾ, ਪਰ ਨਹੀਂ, ਲੋਕੀ ਧੱਕਾ ਕਰਨ ਵਾਲੇ ਕਾਫੀ ਕਰ ਜਾਂਦੇ ਆ ਵਿੱਚੋਂ, ਜਿਹੜੇ ਤੁਹਾਨੂੰ ਬੈਠੇ ਹੁੰਦੇ ਆ ਨਾ। ਉਹ ਮੈਂ ਸਟੂਡੀਓ ਰਹਿੰਦੇ ਰਹਿੰਦੇ ਮੇਰੇ ਨਾ ਏਦਾਂ ਹੀ ਜਿੱਦਾਂ ਜੋਨੀ ਕਲਸੀ ਭਾਜੀ ਆ ਗਏ, ਉਹਨਾਂ ਨਾਲ ਲਿੰਕ ਬਣਿਆ, ਥਰੂ ਸਕੂਲ ਸੁੱਖੀ ਭਾਜੀ ਆਏ ਇੰਡੀਆ, ਬਿਲਕੁਲ, ਤੇ ਇਹਨਾਂ ਨਾਲ ਮੇਰਾ ਰਾਬਤਾ ਬਣਿਆ, ਤੇ ਅਸੀਂ ਇਕੱਠੇ ਗੀਤ ਰਿਕਾਰਡ ਕੀਤੇ, ਤੇ ਟਰੂ ਸਕੂਲ ਭਾਜੀ ਨੂੰ ਦਿੱਤੇ ਮੈਂ, ਸੁੱਖੀ ਭਾਜੀ ਨੂੰ, ਐਂਡ ਫਿਰ ਜੋਨੀ ਕਲਸੀ ਭਾਜੀ ਨੂੰ ਮੈਂ ਗੀਤ ਦਿੱਤੇ,
ਤੇ ਉਹ ਇਹਨਾਂ ਨੇ ਜਾ ਕੇ ਜਿੱਦਾਂ ਬਾਹਰ ਕੰਮ ਕੀਤਾ ਉਹਨੇ ਗੀਤ ਜਿੱਦਾਂ ਗੀਤਾਂ ਦੇ ਕੰਮ ਕਰਦੇ ਮਿਕਸ ਮਾਸਟਰ ਕਰਨਗੇ ਜਾਂ ਸਟੂਡੀਓ ਕੰਮ ਕਰਦੇ ਆ ਆਪਾਂ ਇੱਕ ਦੂਜੇ ਨਾਲ ਲਿੰਕ ਹੋ ਜਾਂਦੇ ਕਿ ਯਾਰ ਇਹ ਵੋਕਲ ਉਸ ਬੰਦੇ ਦੀ ਹੈਗੀ ਹੈ ਨਾ ਹਾਂਜੀ ਉਹਦੇ ਉੱਪਰ ਮੈਂ ਫੇਸਬੁੱਕ ਉਦੋਂ ਨਵਾਂ ਨਵਾਂ ਚਲਾਇਆ ਸੀਗਾ ਨਵਾਂ ਨਵਾਂ ਜਦੋਂ ਫੇਸਬੁੱਕ ਲਾਂਚ ਹੋਇਆ ਸੀ ਮਤਲਬ ਇੰਡੀਆ ਦੇ ਵਿੱਚ ਪਤਾ ਲੱਗਾ ਸੀ ਮੇਰੀ ਗੱਲ ਚੱਲ ਪੈਂਦੀ ਸੀ ਏਦਾਂ ਹੀ ਇੱਧਰ ਉੱਧਰ ਜਿਹੜੇ ਮੰਗਵਾਉਂਦੇ ਸੀ ਵੀ ਭਾਜੀ ਸਾਨੂੰ ਵੋਕਲ ਦਿਓ ਤੇ ਕੀ ਕਲਾਸ ਕਰੋ ਤੁਸੀਂ ਵੋਕਲ ਦੇ ਅਸੀਂ ਤੁਹਾਡੀ ਵੋਕਲ ਲੈਣੀ ਆ ਤੇ ਮੈਨੂੰ ਇੱਕ ਦੋ ਚੀਜ਼ਾਂ ਮੈਨੂੰ ਇੱਕ ਦੋ ਬੰਦੇ ਨੇ ਕਿਹਾ ਸਾਡੇ ਲਈ ਵੋਕਲ ਕਰਕੇ ਦਿਓ ਸਾਨੂੰ ਮੈਂ ਸਟੂਡੀਓ ਗਿਆ ਮੈਂ ਵੋਕਲ ਰਿਕਾਰਡ ਕੀਤੀ ਵੋਕਲ ਰਿਕਾਰਡ ਕਰਨ ਤੋਂ ਬਾਅਦ ਮੈਂ ਮਤਲਬ ਮੈਸੇਜ ਕਰਨਾ ਸੀ ਚੰਨੀ ਸੀ ਮੁੰਡਾ ਅਮੈਰੀਕਾ ਤੋਂ ਜਿਹਨੂੰ ਮੈਂ ਵੋਕਲ ਭੇਜਣੀ ਜਿਹਨੇ ਮੇਰੇ ਤੋਂ ਵੋਕਲ ਲੈਣੀ ਸੀ ਮੈਨੂੰ ਕਿਹਾ ਸੀ ਗੀਤ ਸਿਲੈਕਟ ਕੀਤਾ ਸੀ ਇਹ ਵਾਲਾ ਗੀਤ ਆਪਾਂ ਰਿਕਾਰਡ ਕਰਨਾ ਉਹ N73 ਦੇ ਉੱਪਰ ਨਾ ਪਹਿਲੇ ਤਿੰਨ ਅਕਸ਼ਰ ਆਉਂਦੇ ਹੁੰਦੇ ਸੀ CHH ਏਦਾਂ CHA ਅੱਛਾ ਉਹ ਇੰਨਾ ਆਉਂਦਾ ਸੀਗਾ ਇੰਨਾ ਦੇਖਦਾ ਮੈਂ ਮੈਸੇਜ ਕਰਤਾ ਮੈਂ ਕਿਹਾ ਭਾਜੀ ਤੁਹਾਡੀ ਵੋਕਲ ਰੈਡੀ ਹੈ ਮੈਨੂੰ ਈਮੇਲ ਸੈਂਡ ਕਰੋ ਵੀ ਕਿਹੜੀ ਈਮੇਲ ਤੇ ਤੁਹਾਨੂੰ ਮੈਂ ਭੇਜਾਂ ਸੈਂਡ ਸਪੇਸ ਤੇ ਉਦੋਂ ਵੋਕਲ ਵਗੈਰਾ ਸੈਂਡ ਕਰਦੇ ਹੁੰਦੇ ਹਾਂ ਸੈਂਡ ਸਪੇਸ ਯੈਸ ਜੀ ਉਹ ਮੈਨੂੰ ਮੈਸੇਜ ਵਾਪਸ ਆਇਆ ਕਹਿੰਦੇ ਭਾਜੀ ਮੈਂ ਤਾਂ ਤੁਹਾਡੇ ਤੋਂ ਕੋਈ ਵੋਕਲ ਮੰਗੀ ਨਹੀਂ ਮੈਂ ਕਿਹਾ ਯਾਰ ਵੀ ਇਹ ਗੱਲ ਗਲਤ ਤੁਸੀਂ ਤਾਂ ਮੈਨੂੰ ਵੋਕਲ ਕਹੀ ਸੀ ਕਿ ਮੈਂ ਸਪੈਸ਼ਲ ਘਰ ਤੋਂ ਚੱਲ ਕੇ ਮੈਂ ਬੱਸ ਵਿੱਚ ਤੋਂ ਸਫ਼ਰ ਕਰਦਾ ਹੁੰਦਾ ਸੀ 100 ਰੁਪਇਆ ਮੇਰਾ ਕਿਰਾਇਆ ਲੱਗ ਜਾਂਦਾ ਸੀ 100 ਰੁਪਇਆ ਮੇਰੀ ਜੇਬ ਚ ਹੁੰਦਾ ਸੀ 100 ਰੁਪੀਸ ਮੇਰੀ ਜੇਬ ਚ ਹੁੰਦੇ ਸੀਗੇ 100 ਰੁਪੀਸ ਹੀ ਮੇਰਾ ਕਿਰਾਇਆ ਲੱਗਦਾ ਸੀ ਜਾਣ ਆਉਣ ਦਾ ਬਾਕੀ ਮੈਂ ਪੇਰੈਂਟਸ ਤੋਂ ਕੋਈ ਮੰਗਦਾ ਨਹੀਂ ਸੀ ਏਦਾਂ ਉਹ ਮੈਂ ਪੈਸੇ ਤਾਂ ਗਵਾ ਲਏ ਜੇਬ ਚੋਂ ਤੇ ਮੈਂ ਫੋਨ ਕੀਤਾ ਕਹਿੰਦੇ ਭਾਜੀ ਮੈਂ ਤੁਹਾਨੂੰ ਕੋਈ ਵੋਕਲ ਨਹੀਂ ਕਿ ਮੈਂ ਕਿਹਾ ਭਾਜੀ ਯਾਰ ਤੁਸੀਂ ਮੈਨੂੰ ਵੋਕਲ ਕਹੀਏ ਮੈਂ ਰਿਕਾਰਡ ਕਰਕੇ ਆਇਆ ਹੁਣ ਤੁਸੀਂ ਮਨਾ ਕਰ ਰਹੇ ਹੋ ਤੁਸੀਂ 2 ਗੀਤ ਕਿਹਾ ਸੀ ਮੈਂ ਦੋਨੋਂ ਕਰਦੇ ਕਹਿੰਦੇ ਭਾਜੀ ਤੁਹਾਨੂੰ ਗਲਤ ਫਹਿਮੀ ਹੋ ਗਈ ਕੋਈ ਮੈਂ ਕਿਹਾ ਜੀ ਕਿੱਦਾਂ ਹੋ ਸਕਦਾ ਯਾਰ ਮੈਂ ਚੰਗੀ ਤਰ੍ਹਾਂ ਫੋਨ ਚੈੱਕ ਕੀਤਾ ਮੈਂ ਕਿਹਾ ਰੁਕੋ ਵੇਟ ਕਰੋ ਥੋੜੀ ਦੇਰ ਮੈਂ ਚੰਗੀ ਤਰ੍ਹਾਂ ਫੋਨ ਚੈੱਕ ਕੀਤਾ ਜਦ ਮੈਂ ਬੈਕ ਗਿਆ ਨਾ ਫਿਰ ਮੈਨੂੰ ਪੂਰਾ ਨਾਂ ਦੇਖਿਆ ਉੱਥੇ ਲਿਖਿਆ ਸੀ ਚਾਨਾ ਅੱਛਾ ਮੈਂ ਭੇਜਣੀ ਸੀ ਵੋਕਲ ਚੰਨੀ ਨੂੰ ਓਕੇ ਮੈਸੇਜ ਤੇ ਬਾਈ ਕਹਿੰਦਾ ਤੁਸੀਂ ਕਹਿੰਦਾ ਯਾਰ ਵੋਕਲ ਕਰਨੀ ਸੀ ਕਹਿੰਦਾ ਤੁਸੀਂ ਸਿੰਗਰ ਆ ਤੇ ਮੈਂ ਕਿਹਾ ਜੀ ਹਾਂ ਸਿੰਗਰ ਮੈਂ ਵੀ ਹੁਣ ਦੇਖਿਆ ਵੀ ਮੈਂ ਚੰਨੀ ਨਾਲ ਗੱਲ ਕਰਨੀ ਸੀ ਮੈਂ ਚਾਨੇ ਨਾਲ ਵਰਿੰਦਰ ਚਾਨੇ ਨਾਲ ਗੱਲ ਹੋ ਗਈ ਮੇਰੀ ਤੇ ਮੈਂ ਕਿਹਾ ਚਾਨਾ ਲਿਆ ਦੈਨ ਉਹ ਕਹਿੰਦੇ ਭਾਜੀ ਫਿਰ ਸਾਨੂੰ ਕੁਛ ਦੱਸੋ ਤੁਸੀਂ ਗੀਤ ਕਿੱਦਾਂ ਦੇ ਗਾਉਂਦੇ ਹੋ ਮੈਂ ਉਹਨਾਂ ਨੂੰ ਯੂਟਿਊਬ ਦੇ ਲਿੰਕ ਸੈਂਡ ਕਰ ਦਿੱਤੇ ਆਹ ਗੀਤ ਹੈ ਤੁਸੀਂ ਸੁਣ ਲਓ ਉਹ ਕਹਿੰਦੇ ਕੋਈ ਨੀ ਉਹ ਕਹਿੰਦੇ ਮੈਂ ਨਾ ਤੁਹਾਨੂੰ ਕਰਦਾ ਮਤਲਬ ਕੱਲ ਗੱਲ ਕਰਦਾ ਤੁਹਾਡੇ ਨਾਲ ਯਕੀਨ ਕਰਿਓ ਕੱਲ ਤੱਕ ਤਾਂ ਉਹਨੇ ਵੇਟ ਹੀ ਨਹੀਂ ਕੀਤੀ ਉਹਨੇ ਮੈਨੂੰ ਘੰਟੇ ਚ ਫੋਨ ਕਰ ਦਿੱਤਾ ਮਤਲਬ ਫੇਸਬੁੱਕ ਤੇ ਮੈਸੇਜ ਕਰਤਾ ਕਹਿੰਦੇ ਭਾਜੀ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਦੱਸੋ ਕਿੱਦਾਂ ਕਰਨੀ ਮੈਂ ਕਿਹਾ ਦੱਸੋ ਜੀ ਤੁਸੀਂ ਕੀ ਚਾਹੁੰਦੇ ਹੋ ਮਤਲਬ ਕਿੱਦਾਂ ਕਹਿੰਦੇ ਅਸੀਂ ਤੁਹਾਨੂੰ ਇੰਗਲੈਂਡ ਹੀ ਬੁਲਾਉਣਾ ਚਾਹੁੰਦੇ ਮੇਰੀ ਟੀਮ ਨਾਲ ਗੱਲ ਹੋ ਗਈ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਕਰ ਲੈਂਦੇ ਹਾਂ ਜਿੱਦਾਂ ਕਰਨੀ ਆ ਤੇ ਉਹ ਮੇਰਾ ਫਿਰ ਵਰਿੰਦਰ ਚਾਨੇ ਦੇ ਨਾਲ ਮੇਰਾ ਲਿੰਕ ਬਣਿਆ ਵਰਿੰਦਰ ਚਾਨੇ ਹੁਣੀ ਸਾਰੇ ਕੰਮ ਕਰਦੇ ਸੀ DJ HOD ਸਾਰੇ ਇਕੱਠੇ ਹੁੰਦੇ ਸੀ ਕੰਮ ਕਰਦੇ ਸੀ ਤੇ ਇਹਨਾਂ ਨੇ ਉਹਨੂੰ ਦੱਸਿਆ ਕਿ ਯਾਰ ਏਦਾਂ ਮੁੰਡਾ ਹੈਗਾ ਉਹਦੀ ਵੋਕਲ ਏਦਾਂ ਦੀ ਆ ਤੇ ਉਹ ਐਕਸਾਈਟ ਹੋ ਗਏ ਐਕਸਾਈਟਮੈਂਟ ਉਹਨਾਂ ਕੋਲ ਹੋ ਗਈ ਕਿ ਯਾਰ ਇਸ ਬੰਦੇ ਨੂੰ ਲੈ ਕੇ ਆਓ ਇੱਥੇ ਕੰਮ ਕਰਦੇ ਹਾਂ ਇਕੱਠੇ ਤੇ ਆਪਾਂ ਫਿਰ ਕੰਮ ਕੀਤਾ ਸੀ ਦੇਖੋ ਆਮ ਕਲਾਕਾਰ ਨਾਲ ਸ਼ਾਇਦ ਹੀ ਇੱਧਰ ਕੋਈ ਵਾਕਿਆ ਹੋਇਆ ਹੋਊਗਾ ਜਾਂ ਤੁਹਾਡੇ ਨਾਲ ਹੋਇਆ ਯਕੀਨ ਕਰਿਆ ਮੈਂ ਬਗਵਾੜੇ ਤੋਂ ਬੈਠਾ ਸੀ ਘਰ ਨੂੰ ਆਉਂਦੇ ਆਉਂਦੇ ਇਹ ਸਾਰੀ ਗੱਲ ਮੇਰੇ ਨਾਲ ਬੱਸ ਚ ਹੋਈ ਹੈ ਜਿਹੜੀ ਹੁੰਦੀ ਸੀ ਨਾ ਮੈਂ ਕਰ ਰਿਹਾ ਸੀ ਬੱਸ ਵਿੱਚ ਬੈਠਾ ਬੈਠਾ ਮੈਂ ਸਾਰੀ ਗੱਲ ਕਰ ਰਿਹਾ ਸੀ ਬੱਸ ਦੇ ਵਿੱਚ ਬੈਠ ਕੇ ਮੈਂ ਬੈਠਦੀ ਸਾਰ ਉਹਨਾਂ ਨੇ ਮੈਸੇਜ ਕੀਤਾ ਗਲਤ ਲੱਗਿਆ ਬੱਸ ਦੇ ਵਿੱਚ ਬੈਠੇ ਬੈਠੇ ਮੈਨੂੰ ਉਹਨਾਂ ਦਾ ਫੋਨ ਆ ਗਿਆ ਇੰਨੇ ਚ ਮੈਨੂੰ ਆਫਰ ਆ ਗਈ ਕਿ ਆਪਾਂ ਇੰਗਲੈਂਡ ਕੰਮ ਕਰਨਾ ਹੈ ਇੰਗਲੈਂਡ ਪਹੁੰਚੋ ਤੁਸੀਂ ਦੱਸੋ ਸਾਨੂੰ ਪੇਪਰ ਭੇਜੋ ਜੀ ਤੁਹਾਡਾ ਕੰਮ ਕਰੀਏ ਬਾਹਰਲਾ ਮੈਂ ਕਿਹਾ ਠੀਕ ਹੈ ਜੀ ਮੈਂ ਆ ਕੇ ਫੈਮਿਲੀ ਨਾਲ ਗੱਲ ਕੀਤੀ ਕਹਿੰਦੇ ਠੀਕ ਹੈ ਤੂੰ ਖੁਸ਼ ਹੈ ਮੈਂ ਖੁਸ਼ ਹੈ ਕਹਿੰਦੇ ਚੱਲੋ ਫਿਰ ਪਾਓ ਕਹਿੰਦੇ ਪੈਕ ਫਿਰ ਆ ਜਾਓ ਤੇ ਚਲੋ ਇਸ ਖੁਸ਼ੀ ਚ ਇਹ ਜਿਹੜਾ ਤੁਸੀਂ ਕਹਾਣੀ ਸਾਨੂੰ ਦੱਸੀ ਆ ਜਿਹੜਾ ਤੁਹਾਡਾ ਪਹਿਲਾ ਗੀਤ ਜਿਹੜਾ ਇੱਥੇ ਰਿਕਾਰਡ ਹੋਇਆ ਸੀਗਾ ਇੰਗਲੈਂਡ ਦੇ ਵਿੱਚ ਉਹਦੀਆਂ ਮੇਰੇ ਖਿਆਲ 2 ਕਲਾਈਨਾਂ ਬਣਨੀਆਂ ਚਾਹੀਦੀਆਂ ਹੈ ਕਿਉਂਕਿ ਤੁਹਾਡੇ ਚਾਹੁਣ ਵਾਲੇ ਜਿਹੜੇ ਦੇਖ ਰਹੇ ਆ ਮੇਰੇ ਖਿਆਲ ਸਿੰਗਾਪੁਰ ਦੇ ਵੀ ਕੋਈ ਹੈਗੇ ਆ ਤੁਹਾਡੇ ਫੈਨ ਹੈ ਅਜਮੇਰ ਹੈ ਨਾ ਕਹਿ ਰਿਹਾ ਹਾਂ ਹਾਂ ਕਿੱਦਾਂ ਕਹਿੰਦੇ ਭਾਜੀ ਬਿਗ ਫੈਨ ਆਫ ਯੂਅਰਸ ਫਰੋਮ ਸਿੰਗਾਪੁਰ ਥੈਂਕ ਯੂ ਭਾਜੀ ਅਜਮੇਰ ਭਾਜੀ ਥੈਂਕ ਯੂ ਸੋ ਮੱਚ ਮੇਰੇ ਵੱਲੋਂ ਵੀ ਐਂਡ ਰਮਨ ਭਾਜੀ ਵੱਲੋਂ ਵੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਆ ਬਾਤ ਹੈ ਹੈ ਨਾ
ਤੇ ਭਾਜੀ ਪਹਿਲਾ ਗੀਤ ਜਿਹੜਾ ਰਿਕਾਰਡ ਹੋਇਆ ਸੀਗਾ ਤੇ ਉਹ ਜੋਨੀ ਕਲਸੀ ਭਾਜੀ ਨਾਲ ਆਇਆ ਸੀ, ਉਹ ਸੀਗਾ ਪੈਗ ਸ਼ੈਗ ਦੇ ਉੱਤੇ। ਹਾਂ ਅੱਛਾ ਯੈਸ, ਦਾਰੂ ਪੀ ਕੇ ਉਦੋਂ ਗੀਤ ਆਇਆ ਸੀ, ਉਦੋਂ ਬੜਾ ਟ੍ਰੈਂਡ ਹੁੰਦਾ ਸੀ ਤੇ ਉਹ ਗੀਤ ਰਿਹਾ ਵੀ ਵਧੀਆ ਸੀ। ਉਹ ਸੀਗਾ ਜੀ ਹੋ ਦੋ ਪੈਗ ਲਾ ਲਈਏ ਮੇਰੇ ਯਾਰਾ, ਹੈ ਨੀ ਕੋਕ ਤੇ ਨਾ ਕੋਈ ਖਾਰਾ, ਆਪਣੇ ਢੰਗ ਨਾਲ ਆਪਾਂ ਯਾਰੋ, ਆਪਣੇ ਢੰਗ ਨਾਲ ਆਪਾਂ ਯਾਰੋ ਜ਼ਿੰਦਗੀ ਜੀਣੀ ਆ, ਖਰਚਾ ਬਾਲਾ ਨੀ ਕਰਨਾ, ਨੂਣ ਨਾਲ ਦੇਸੀ ਪੀਣੀ ਆ, ਖਰਚਾ ਬਾਲਾ ਨੀ ਕਰਨਾ, ਨੂਣ ਨਾਲ ਦੇਸੀ, ਨੂਣ ਨਾਲ ਦੇਸੀ, ਨੂਣ ਨਾਲ ਦੇਸੀ ਪੀਣੀ ਆ। ਆਏ ਹਾਏ ਵਾਹ, ਇਹ ਚੱਲਿਆ ਵੀ ਬੜਾ ਸੀਗਾ ਉਸ ਟਾਈਮ, ਬੜਾ ਚੱਲਿਆ ਸੀ ਗੀਤ ਇਹ। ਜੀ 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 ਬਾਦੂ, ਇਹਦੇ ਸਿਰ ਤੇ ਤਾਂ ਮੈਂ ਸ਼ੋਅ ਲਾਇਆ ਜਿਹੜੇ ਦੁਬਈ ਔਰ ਮਲੇਸ਼ੀਆ ਸੋਰੀ ਰਸ਼ੀਆ ਦੇ ਵਿੱਚ ਲਾਇਆ। ਹਾਂ ਵੈਸੇ ਇੱਕ ਚੀਜ਼ ਆ ਭਾਜੀ, ਮੈਂ ਬੜਾ ਨੋਟਿਸ ਕਰਦਾ ਰਿਹਾ ਕਾਫੀ ਚਿਰ ਤੋਂ, ਕਿਉਂਕਿ ਤੁਸੀਂ ਜਦੋਂ ਵੀ ਤੁਸੀਂ ਸਟੇਜ ਤੇ ਪਰਫਾਰਮ ਕਰਦੇ ਹੋ, ਧੱਕੇ ਨਾਲ ਤੁਸੀਂ ਕੋਈ ਬੰਦਰਖੀਆ ਸਾਹਿਬ ਦਾ ਕੋਈ ਗੀਤ ਵੀ ਗਾ ਦਿੰਦੇ ਹੋ, ਕੋਈ ਕਾਫੀ ਇਨਫਲੂਐਂਸ ਮੈਨੂੰ ਲੱਗਦੇ ਆ ਕਾਫੀ ਤੁਸੀਂ ਕਿ ਉਹਨਾਂ ਦੇ ਗੀਤਾਂ ਤੋਂ ਜਾਂ ਉਹਨਾਂ ਦਾ ਸਟਾਈਲ ਤੋਂ, ਇਹ ਕੀ ਤੁਸੀਂ ਉਹਨਾਂ ਨੂੰ ਐਜ਼ ਇਨਸਪੀਰੇਸ਼ਨ ਦੇਖਦੇ ਹੋ ਜਾਂ ਉਦਾਂ ਹੀ ਜਿੱਦਾਂ ਇੱਕ ਤੁਹਾਡਾ ਫੇਵਰਿਟ ਆਰਟਿਸਟ ਕਹਿ ਲਓ? ਭਾਜੀ ਮੇਰੇ ਫੇਵਰਿਟ ਆਰਟਿਸਟ ਆ ਤੇ ਮੈਂ ਉਹਨਾਂ ਦੇ ਕੋਈ ਗੀਤ ਛੱਡਿਆ ਹੀ ਨਹੀਂ ਜਿਹੜਾ ਮੈਂ ਨਾ ਸੁਣਿਆ ਹੋਵੇ ਤਾਂ। ਉਹਨਾਂ ਦੀ ਪਰਫਾਰਮੈਂਸ ਜਿਹੜੀਆਂ ਇੰਟਰਨੈਟ ਤੇ ਵੀ ਘੱਟ ਪਈਆਂ ਆ, ਦੇਖਿਓ ਲੈਟ ਚੱਲ ਗਈ ਨਾ ਫੇਰ, ਇਹ ਤਾਂ ਦੇਖੋ ਹੀ ਹੋਣਾ ਹੀ ਸੀ, ਇਹ ਤਾਂ ਸ਼ਾਇਦ ਪੈਣਾ ਹੀ ਸੀ, ਇਹ ਇੰਡੀਆ ਹੈ ਜੀ। ਸੋ ਦੇਖਣ ਵਾਲੇ ਦੇਖੋ ਜੀ, ਜੇ ਦੇਖਣ ਵਾਲੇ ਬੈਠੇ ਆ, ਇਹ ਇੰਡੀਆ ਹੈ ਜੀ, ਇੰਡੀਆ ਦਾ ਜ਼ਮਾਨਾ ਆ, ਅਜੇ ਵੀ ਏਦਾਂ ਹੀ ਆ। ਵਾਹ ਦੇਖੋ ਵਾਹ, ਕੀ ਬਾਤ ਹੈ, ਇਹ ਵੀ ਇੱਕ ਟੈਕਨੋਲੋਜੀ ਆ ਆਪਣੀ, ਦੇਖੋ ਜੀ ਦੇਖੋ ਇੱਥੇ ਵਾਹ, ਬੈਕਅਪ ਪਲਾਨ ਦੇਖ ਲਓ, ਕੀ ਬਾਤ ਹੈ, ਪੂਰੀ ਤਿਆਰੀ ਖਿੱਚੀ ਹੋਆ ਤੁਸੀਂ ਅੱਜ, ਵੈਸੇ ਪਹਿਲਾ ਕਲਾਕਾਰ ਆ ਜਿਹਦੀ ਪੂਰੀ ਤਿਆਰੀ ਕੀਤੀ। ਕਦੀ ਮੁਲਾਕਾਤ ਨੀ ਹੋਈ ਉਹਨਾਂ ਨਾਲ? ਭਾਜੀ ਮੁਲਾਕਾਤ ਨੀ ਉਹਨਾਂ ਨਾਲ ਹੋਈ, ਇੱਕ ਵਾਰ ਫੋਨ ਤੇ ਮੇਰੀ ਜਰੂਰ ਗੱਲ ਹੋਈ ਆ, ਬੜਾ ਵਧੀਆ ਲੱਗਾ ਸੀ ਉਹਨਾਂ ਨਾਲ ਗੱਲ ਕਰਕੇ, ਮਿਲਣ ਦੇ ਚਾਹ ਬਣ ਸੀਗੇ ਔਰ ਮੈਂ ਮਿਲਣਾ ਵੀ ਸੀ ਉਹਨਾਂ ਨੂੰ ਗੱਲ ਮਿਲਣ ਦੀ, ਬਟ ਉਹਦੇ ਥੋੜੇ ਦਿਨ ਬਾਅਦ ਉਹ ਵਿਚਾਰੇ ਇਸ ਦੁਨੀਆਂ 'ਚ ਨਹੀਂ ਰਹੇ, ਪਰਮਾਤਮਾ ਨੂੰ ਕੁਛ ਹੋਰ ਹੀ ਮਨਜ਼ੂਰ ਸੀ ਤੇ ਫਿਰ ਨਹੀਂ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ। ਪਰ ਇਹ ਸੀਗਾ ਵੀ ਖਾਲਸਾ ਕਾਲਜ ਅਨੰਦਪੁਰ ਸਾਹਿਬ, ਇੱਥੇ ਹੀ ਉਹ ਮੇਰੇ ਘਰ ਦੇ ਕੋਲ ਕਾਲਜ ਹੈਗੇ ਸਾਡਾ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ, ਤੇ ਇੱਥੇ ਹੀ ਪੜ੍ਹੇ ਆ ਉਹ, ਇੱਥੇ ਹੀ। ਵਾਹ ਜੀ, ਉਹ ਦੇਖੋ ਜੀ ਮੈਂ ਇੱਕ ਪਰਫਾਰਮੈਂਸ ਤੁਹਾਡੀ ਦੇਖ ਰਿਹਾ ਸੀਗਾ, ਦੇਖੋ ਤੁਹਾਡੀ ਪਰਸਨੈਲਿਟੀ, ਹਾਂ ਤੁਹਾਡਾ ਸਟੇਜ ਪ੍ਰੈਜੈਂਸ ਉਸੇ ਤਰ੍ਹਾਂ ਲੱਗਦਾ ਜਿਹੜਾ ਬੰਦਰਖੀਆ ਸਾਹਿਬ ਪਰਫਾਰਮ ਕਰਦੇ ਹੋਣ, ਉਹੀ ਤੁਹਾਡਾ ਲਿਬਾਸ ਸਾਰਾ, ਯੂ ਨੋ। ਸੋ ਡਰੈਸਿੰਗ ਬਾਰੇ ਗੱਲ ਕਰੀਏ, ਕਿਉਂਕਿ ਦੇਖੋ ਜਿਹੜਾ ਇਹ ਸ਼ੋਅ ਆ ਨਾ ਸਾਡਾ, ਇਹਦਾ ਟਾਈਟਲ ਟ੍ਰੈਂਡ ਸੈਟਰ ਰੱਖਿਆ ਤਾਂ ਕਿਉਂਕਿ ਉਹ ਕਲਾਕਾਰ ਜਿਹੜੇ ਆਪਣੇ ਖਿੱਤੇ ਦੇ ਵਿੱਚ ਆਪਣਾ ਇੱਕ ਟ੍ਰੈਂਡ ਸੈੱਟ ਕੀਤਾ, ਤੁਸੀਂ ਵੀ ਇੱਕ ਉਹਨਾਂ ਚੋਂ ਹੀ ਆ ਜਿਹਨਾਂ ਨੇ ਟ੍ਰੈਂਡ ਸੈੱਟ ਕੀਤਾ ਆਪਣੇ ਕਰੀਅਰ 'ਚ, ਭਾਵੇਂ ਉਹ ਗਾਇਕੀ ਹੋਵੇ ਜਾਂ ਤੁਹਾਡਾ ਕਲੋਥਿੰਗ ਸਟਾਈਲ ਹੋਵੇ ਜਾਂ ਫੈਸ਼ਨ ਹੋਵੇ ਤੁਹਾਡਾ। ਕਲੋਥਿੰਗ ਬਾਰੇ ਦੱਸੋ, ਫੈਸ਼ਨ ਬ੍ਰਾਂਡ ਬਾਰੇ ਅੱਜ ਕੱਲ੍ਹ ਬੜਾ ਸ਼ੌਂਕ ਰੱਖਣਾ ਪੈਂਦਾ ਫੈਸ਼ਨ ਬ੍ਰਾਂਡਾਂ ਦਾ, ਖਾਸ ਕਰਕੇ ਜਦੋਂ ਤੁਸੀਂ ਮਿਊਜ਼ਿਕ ਵੀਡੀਓਜ਼ ਵੀ ਸ਼ੂਟ ਕਰਦੇ ਹੋ। ਅੱਜ ਕੱਲ੍ਹ ਫੈਸ਼ਨ ਬ੍ਰਾਂਡ ਕਿਹੜਾ ਪਾਉਂਦੇ ਆ ਅੱਜ ਕੱਲ੍ਹ, ਇਹ ਮੈਨੂੰ ਦੱਸੋ, ਕਿਹੜਾ ਬ੍ਰਾਂਡ ਚੱਲਦਾ ਅੱਜ ਕੱਲ੍ਹ ਸੈਨਿਕ ਸੈਂਟਰ ਦਾ? ਮੈਂ ਤੁਹਾਨੂੰ ਐਵੇਂ ਗੱਲ ਦੱਸਾਂ, ਮੈਂ ਕਿਸੇ ਬ੍ਰਾਂਡ ਦਾ ਕਦੇ ਕੁਛ ਸੋਚਿਆ ਨਹੀਂ ਕਿ ਮੈਂ ਇਸ ਬ੍ਰਾਂਡ ਦਾ ਲੈਣਾ। ਤੁਹਾਨੂੰ ਮੈਂ ਪਹਿਲੇ ਕੰਮ ਕਰਤੀ ਸੀ, ਆਪਾਂ ਹੈਗੇ ਦੇਸੀ ਬੰਦੇ ਪਿੰਡਾਂ ਵਾਲੇ, ਮੈਂ ਤਾਂ ਜਾਣਦਾ ਤੁਹਾਨੂੰ, ਮੈਂ ਸਿੱਧੀ ਗੱਲ ਦੱਸਾਂ, ਮੈਂ ਜ਼ਿਆਦਾ ਪਸੰਦ ਕਰਦਾ ਕੁੜਤਾ ਪਜਾਮਾ। ਅੱਛਾ, ਕੁੜਤਾ ਸਿੰਪਲ ਸਾਦਾ ਕੁੜਤਾ ਪਜਾਮਾ? ਜੀ ਸਾਦਾ ਕੁੜਤਾ ਪਜਾਮਾ ਮੈਨੂੰ ਬੜਾ ਪਸੰਦ ਹੈ। ਮੈਂ ਲਾਸਟ ਇੱਕ ਇੰਟਰਵਿਊ ਕੀਤੀ ਸੀਗੀ ਕਿਸੇ ਹੋਰ ਚੈਨਲ ਲਈ, ਮੈਂ ਉਹਨਾਂ ਨੂੰ ਸਪੈਸ਼ਲੀ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ, ਮੈਂ ਕਿਹਾ ਜੀ ਮੈਂ ਬਹੁਤ ਕਰ ਲਏ, ਬਾਕੀ ਮੈਂ ਇਸ਼ੂ ਕਹਿ ਕੇ ਤੁਹਾਡੇ ਨਾਲ ਚਾਹ ਬਣਿਆ ਕਿ ਮੈਂ ਇਹਨੂੰ ਕੁੜਤੇ ਪਜਾਮੇ 'ਚ ਇੰਟਰਵਿਊ ਕਰਾਂ, ਤੇ ਮੈਂ ਕੁੜਤੇ ਪਜਾਮੇ 'ਚ ਇੰਟਰਵਿਊ ਕੀਤੀ ਸੀ। ਬਾਕੀ ਪਲੈਨ ਮੈਂ ਪਾ ਲਿਆ, ਦੇਖੋ ਜਦੋਂ ਅਸੀਂ ਇਸ ਫੀਲਡ 'ਚ ਹੈਗੇ ਹਾਂ ਤਾਂ ਸਾਨੂੰ ਕੁਛ ਚੀਜ਼ਾਂ ਫੋਲੋ ਕਰਨੀਆਂ ਵੀ ਪੈਂਦੀਆਂ, ਹੈ ਨਾ, ਤੇ ਉਹ ਅਸੀਂ ਜਿਹੜੇ ਹੈਗੇ ਆ, ਮੈਂ ਮੰਨ ਲਓ ਜਿਹੜਾ ਮੇਰਾ ਮਿਊਜ਼ਿਕ ਡਾਇਰੈਕਟਰ ਹੈ ਸੋਰੀ ਵੀਡੀਓ ਡਾਇਰੈਕਟਰ ਹੈ, ਤੇ ਮੇਰੇ ਜਿਹੜਾ ਸਟਾਈਲਿਸਟ ਜਿਹੜਾ ਹੈਗਾ ਮੇਰਾ, ਤੇ ਉਹ ਮੈਂ ਉਹਨੂੰ ਕਹਿ ਦਿੰਦਾ ਕਿ ਯਾਰ ਜਿਹੜਾ ਤੈਨੂੰ ਪਸੰਦ ਲੱਗਦਾ ਸੂਟ ਕਰੂਗਾ ਚੱਕ ਲਿਆ, ਕੋਈ ਸਾਰੇ ਬ੍ਰਾਂਡ ਚੱਲਦੇ ਆ ਯਾਰਾਂ ਨੂੰ ਫੱਬਣੀ ਚਾਹੀਦੀ ਚੀਜ਼, ਸਭ ਕੁਝ ਚੱਲਦਾ ਆਪਣੇ ਕੋਲ, ਤੋ ਚੀਜ਼ ਜਿਹੜੀ ਤੁਹਾਨੂੰ ਸਹੀ ਲੱਗਦੀ ਆ ਤੁਸੀਂ ਉਹੀ ਪਾਉਂਦੇ ਆ, ਕੋਈ ਏਦਾਂ ਨਹੀਂ ਕਿ ਆਹ ਬ੍ਰਾਂਡ ਪਾਣਾ। ਹਾਂ ਬਿਲਕੁਲ, ਉਹ ਵੈਸੇ ਸਰਦਾਰ ਮੁੰਡੇ ਜਿਹੜੇ ਆ ਨਾ,
ਉਹ ਵੈਸੇ ਵੀ ਸਰਦਾਰ ਬੰਦਿਆਂ ਤੇ ਤਾਂ ਵੈਸੇ ਹੀ ਜਿਹੜਾ ਮਰਜ਼ੀ ਕੱਪੜਾ ਜੱਚਦਾ ਇਹ ਤਾਂ ਆਮ ਇੱਕ ਦੇਖੋ ਜਿਹੜਾ ਸਾਡਾ ਤਾਜ ਆ ਸਾਡੀ ਸਰਦਾਰੀ ਆ ਪੱਗ ਆ ਉਹ ਸਾਡੇ ਸਿਰ ਤੇ ਸੱਜੀ ਹੋਣੀ ਚਾਹੀਦੀ ਟੋਪੀਆਂ ਟਾਪੀਆਂ ਨਹੀਂ ਹੋਣੀ ਚਾਹੀਦੀਆਂ ਬਾਕੀ ਜਿਹੜਾ ਮਰਜ਼ੀ ਪਾਈ ਜਾਈ ਥੱਲੇ ਹਾਂ ਕਿਉਂਕਿ ਦੇਖੋ ਹੁਣ ਜਿੱਦਾਂ ਹੁਣ ਤੁਸੀਂ ਹੋ ਗਏ ਹਨਾ ਆਮੀ ਵਿਰਕ ਹੋ ਗਏ ਦਲਜੀਤ ਦੋਸਾਂਝ ਹੋ ਗਏ ਸ਼ਿੰਦਾ ਭਾਜੀ ਹੋ ਗਏ ਤੁਸੀਂ ਜਿਹੜਾ ਵੀ ਤੁਸੀਂ ਕੱਪੜਾ ਪਾਉਂਦੇ ਭਾਵੇਂ ਤੁਸੀਂ ਕੋਟ ਪੈਂਟ ਵੀ ਪਾਇਆ ਹੋਵੇ ਜਾਂ ਨੋਰਮਲ ਸ਼ਰਟ ਵੀ ਪਾਈ ਹੋਵੇ ਉਹ ਕੋਈ ਨਾ ਕੋਈ ਰੰਗ ਐਸਾ ਹੁੰਦਾ ਹੈ ਜਿਹੜਾ ਪੱਗ ਦੇ ਨਾਲ ਮੈਚ ਹੋ ਜਾਂਦਾ ਮੈਚ ਹੋ ਜਾਂਦਾ ਹਾਂਜੀ ਹਾਂ ਉਹ ਆਪ ਚ ਵੀ ਇੱਕ ਫੈਸ਼ਨ ਫੈਸ਼ਨ ਬ੍ਰਾਂਡ ਬਣ ਜਾਂਦਾ ਹੈ ਕਿਸਮ ਦਾ ਬ੍ਰਾਂਡ ਬਣ ਜਾਂਦਾ ਉਹੀ ਗੱਲ ਹੈ ਜਿਹੜਾ ਅਸੀਂ ਪਾਈਏ ਉਹੀ ਬਣਦਾ ਬ੍ਰਾਂਡ ਬੱਲੀ ਹਾਂ ਵਾਹ ਸਹੀ ਹੈ ਨਾ ਸਹੀ ਹੈ ਨਾ ਸੋ ਭਾਜੀ ਜਿੱਦਾਂ ਹੁਣ ਗੱਲਾਂ ਬਾਤਾਂ ਹੋ ਗਈਆਂ ਆ ਸਸਤਾ ਕੱਪੜਾ ਦੇਦਾ ਕਿੱਥੋਂ ਸਸਤੇ ਮਿਲਦੇ ਆ ਦੇਖੋ ਜੀ ਆ ਦੇਖੋ ਅੱਜ ਕੱਲ ਦੇ ਕਲਾਕਾਰ ਦੇਖ ਲੋ ਹੈ ਇੰਨੇ ਸ਼ੋ ਕਰਨ ਦੇ ਬਾਵਜੂਦ ਸਭ ਤੋਂ ਸਸਤਾ ਕੱਪੜਾ ਲੱਭਦੇ ਆ ਕਿਸੇ ਤਰ੍ਹਾਂ ਇੰਗਲੈਂਡ ਵੀ ਹੁੰਦਾ ਰਹਿੰਦਾ ਇਹ ਸੇਲ ਚੱਲਦੀ ਰਹਿੰਦੀ ਆ ਦੇਖੋ ਕਾਫੀ ਸਾਲ ਪਹਿਲਾਂ ਦੀ ਗੱਲ ਆ ਤੁਹਾਨੂੰ ਚੇਤਾ ਹੋਊਗਾ ਆਪਣੇ ਗੁਰਪ੍ਰੀਤ ਘੁੱਗੀ ਹੋਣਾ ਨੇ ਇੱਕ ਨਾ ਕਾਮੇਡੀ ਫਿਲਮ ਕੱਢੀ ਸੀ ਘੁੱਗੀ ਛੂ ਮੱਤਰ ਜੀ ਹਾਂ 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 ਉਹਦੇ ਚ ਉਹ ਟਰੈਵਲ ਏਜੰਸੀ ਚਲਾ ਰਹੇ ਆ ਬਾਹਰ ਭੇਜਣੇ ਬੰਦੇ ਇਮੀਗ੍ਰੇਸ਼ਨ ਵਾਲਿਆਂ ਨੂੰ ਤੁਹਾਨੂੰ ਬਾਹਰ ਭੇਜਣਾ ਕਿ ਚੱਜ ਦੇ ਕੱਪੜੇ ਹੋਣੇ ਚਾਹੀਦੇ ਆ ਉਹ ਫੱਟੇ ਚੇਂਜ ਕਰਕੇ ਸੇਲ ਵਾਲੇ ਬੋਰਡ ਲਾ ਦਿੰਦੇ ਵੀ ਸੇਲ ਲੱਗ ਗਈ ਸੇਲ ਕੱਪੜੇ ਲੈ ਲਓ ਤੇ ਜਿਹੜਾ ਕੱਪੜੇ ਲਈ ਉਹੀ ਕੱਪੜੇ ਵੇਚਤੇ ਸਾਰਿਆਂ ਨੂੰ ਵਾਪਸ ਸਹੀ ਗੱਲ ਸਹੀ ਗੱਲ ਇਹ ਹੈ ਦੇਖੋ ਸਿੱਧੀਆਂ ਗੱਲਾਂ ਦੋ ਸੋਚਾਂ ਇੱਕ ਤਾਂ ਜਾ ਕੇ ਉਹੀ 20 ਰੁਪਏ ਦੀ ਚੀਜ਼ ਗੋਭੀ ਜਿਹੜੀ ਘਰੇ ਲੱਗੀ ਆ 20 ਰੁਪਏ ਕਿਲੋ ਉਹ ਜਾ ਕੇ ਆਪਾਂ ਕਿਸੇ 5 ਸਟਾਰ ਚ ਖਾਂਦੇ ਆ ਉਹੀ ਸਾਨੂੰ ਘੱਟੋ ਘੱਟ 5,000 3,000 ਚ ਮੜ ਦਿੰਦੇ ਆ ਬਿਲਕੁਲ ਪੈਸਾ ਵੀ ਵਧੇਰਾ ਗਰੀਬ ਕੋਈ ਬੈਠਾ ਓਹਦੇ ਕੋਲ ਬਟਾਓ ਓਹਨੂੰ 4 ਪੈਸੇ ਤਾਂ ਕਿ ਜਿਹੜਾ ਉਹ ਵੀ ਆਪਣੇ ਸ਼ਾਮ ਨੂੰ ਬੱਚਿਆਂ ਨੂੰ ਚੰਗੀ ਰੋਟੀ ਖਿਲਾ ਸਕੇ ਆਪਣੇ ਚੰਗੇ ਬੱਚਿਆਂ ਨੂੰ ਐਜੂਕੇਸ਼ਨ ਦੇ ਸਕੇ ਹੈਨਾ ਮੇਰੀ ਤਾਂ ਸਿੱਧੀ ਗੱਲ ਹੈ ਭਾਜੀ ਆਪਾਂ ਲੰਗਰ ਲਾ ਲਾ ਕੇ ਵੀ ਆਪਾਂ ਰੱਜਿਆਂ ਨੂੰ ਰਜਾਉਂਦੇ ਆ ਮੈਂ ਤਾਂ ਸਿੱਧੀ ਗੱਲ ਕਰਦਾ ਲਾਈਵ ਬੈਠਾ ਮੈਂ ਸਿੱਧੀ ਗੱਲ ਕਰਦਾ ਸੜਕਾਂ ਦੇ ਟਾਇਰ ਲਾ ਲਾ ਕੇ ਰੋਕ ਰੋਕ ਰੋਟੀ ਖਿਲਾਉਂਦੇ ਆ ਰੋਟੀ ਖਾਓ ਸਾਡੇ ਲੰਗਰ ਚ ਆ ਕੇ ਠੀਕ ਹੈ ਠੀਕ ਹੈ ਨਹੀਂ ਠੀਕ ਹੈ ਜਿੱਥੇ ਕੋਈ ਗਰੀਬ ਹੈ ਜਿਹਨੂੰ ਰੋਟੀ ਨਹੀਂ ਮਿਲ ਰਹੀ ਜਿੱਥੇ ਰੋਟੀ ਨਹੀਂ ਮਿਲਦੀ ਕਿਸੇ ਨੂੰ ਬੇਚਾਰਾ ਗਰੀਬ ਹੈ ਕੋਈ ਚੱਲ ਫਿਰ ਨਹੀਂ ਸਕਦਾ ਕੋਈ ਹੋਸਪਿਟਲ ਪਿਆ ਉਹਨੂੰ ਉਹਨੂੰ ਦਾਰੂ ਦਵਾ ਦੀ ਲੋੜ ਹੈ ਤੇ ਉਹਨੂੰ ਗੁਲੂਕੋਸ ਲੱਗਣਾ ਉਹਨੂੰ ਕੋਈ ਹੋਰ ਕੰਬਲੇ ਕੱਪੜੇ ਚਾਹੀਦੇ ਕਿਸੇ ਬੱਚੇ ਦਾ ਕਿਸੇ ਦਾ ਸਕੂਲ ਜਾ ਰਿਹਾ ਉਹਨੂੰ ਯੂਨੀਫਾਰਮ ਦੀ ਲੋੜ ਹੈ ਉਹਦੀ ਮੰਥਲੀ ਜਿਹੜੀ ਉਹਦੀ ਫੀਸ ਨਹੀਂ ਜਾ ਰਹੀ ਉਹਨੂੰ ਫੀਸ ਦੀ ਲੋੜ ਹੈ ਕੋਈ ਨੰਗੇ ਪੈਰ ਘੁੰਮ ਰਿਹਾ ਉਹਨੂੰ ਜੁੱਤੀ ਦੀ ਲੋੜ ਹੈ ਉੱਥੇ ਦੇ ਦਿਓ ਯਾਰ ਹਾਂ ਇਹੀ ਹੈ ਨਾ ਦੇਖੋ ਗੱਲ ਹੈ ਦੇਖੋ ਜੀ ਗੱਲ ਹੈਗੀ ਹੈ ਸੈਂਸਿਬਿਲਿਟੀ ਦੀ ਹੁਣ ਜਿੱਦਾਂ ਹੁਣ ਐਂਡ ਆਫ ਡੇ ਜਿੱਦਾਂ ਹੁਣ ਪੈਸੇ ਇਕੱਠੇ ਕਰਦੇ ਆ ਚੈਰਿਟੀਜ਼ ਹੋ ਗਏ ਜਾਂ ਜਿੱਦਾਂ ਵੀ ਕੁਛ ਕੋਈ ਪਰਪਸ ਵਾਸਤੇ ਉਹ ਪੈਸੇ ਇਕੱਠੇ ਕਰਦੇ ਆ ਉਹ ਆਪਣੇ ਇੰਡੀਵਿਜੁਅਲ ਦੇ ਉੱਤੇ ਆ ਕਿ ਤੁਸੀਂ ਇਨਵੈਸਟ ਕਿੱਥੇ ਕਰਨੀ ਆ ਉਹ ਲਾਣੇ ਕਿੱਥੇ ਆ ਪੈਸੇ ਹਾਂ ਲਾਣੇ ਕਿੱਥੇ ਹੁਣ ਕਰੋਨਾ ਚੱਲਦਾ ਪਿਆ ਕਰੋਨਾ ਕਾਲ ਦੇ ਵਿੱਚ ਮੈਂ ਆਪਣੀ ਸਿਫਤ ਨਹੀਂ ਕਰਦਾ ਪਰ ਮੇਰੇ ਮੇਰੇ ਫਰੈਂਡ ਸਰਕਲ ਦੇ ਵਿੱਚ ਜਤਿੰਦਰ ਸਿੰਘ ਪਿੰਕਾ ਇਸ ਟਾਈਮ ਮਤਲਬ ਉਹ ਇੱਥੇ ਇੰਡੀਆ ਕੰਮ ਕਰਦਾ ਸੀ ਕਿਸ ਕੋਈ ਦਿਨ ਸੀ ਉਹ ਦਿੱਲੀ ਗੱਡੀ ਚਲਾਉਂਦਾ ਸੀ ਟੈਕਸੀ ਚਲਾਉਂਦਾ ਸੀ ਭਾਜੀ ਔਰ ਤੁਸੀਂ ਇਹ ਦੇਖੋ ਵੀ ਉਸ ਬੰਦੇ ਨੇ ਕਦੇ ਵੀ ਇਹ ਚੀਜ਼ਾਂ ਨਹੀਂ ਸੋਚਿਆ ਕਿ ਮੈਂ ਘੱਟ ਕਮਾਉਂਦਾ ਜਾਂ ਕੀ ਕਰਦਾ ਪਰ ਉਹ ਕਿਸੇ ਦੀ ਹੈਲਪ ਕਰਨ ਨੂੰ ਨਹੀਂ ਰੁਕਿਆ ਤੇ ਕਹਿੰਦੇ ਜਦੋਂ ਅਸੀਂ ਏਦਾਂ ਕਿਸੇ ਦੀ ਹੈਲਪ ਕਰਦੇ ਪਰਮਾਤਮਾ ਵੀ ਦੇਖਦਾ ਉਹ ਵੀ ਸਾਨੂੰ ਦਿੰਦਾ ਹੈ ਨਾ ਅੱਜ ਉਹ ਕੈਨੇਡਾ ਦੇ ਵਿੱਚ ਆ ਮਤਲਬ ਉਹਨੂੰ ਪਤਾ ਵੀ ਨੀ ਲੱਗਾ ਕਦੋਂ ਉਹ ਕੈਨੇਡਾ ਲੰਘ ਗਿਆ ਉਹ ਤੇ ਚੰਗੀ ਇਨਕਮ ਹੈ ਉਹਦੀ ਕਰੋਨਾ ਕਾਲ ਦੇ ਵਿੱਚ ਵੀ ਅਸੀਂ ਤਿੰਨ ਮੁੰਡੇ ਸੀ ਮੈਂ ਜਤਿੰਦਰ ਸਿੰਘ ਪਿੰਕਾ ਐਂਡ ਸ਼ਰਨਪ੍ਰੀਤ ਸਿੰਘ ਸਨੀ
ਸ਼ਾਇਦ ਤੁਸੀਂ ਉਹਨਾਂ ਨੂੰ ਜਾਣਦੇ ਬਿਲਕੁਲ ਹਾਂਜੀ 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 ਉਹ ਵੀ ਜਿੰਨੇ ਨੀਡ ਸੀ ਜਿਹਨਾਂ ਲੋਕਾਂ ਨੂੰ ਜਿੱਦਾਂ ਦੀ ਨੀਡ ਸੀ ਆਪਾਂ ਉਦਾਂ ਉਹਨਾਂ ਨੂੰ ਸਮਾਨ ਲਿਆ ਕੇ ਦਿੱਤਾ ਭਾਵੇਂ ਜਿੱਦਾਂ ਮਰਜ਼ੀ ਆਪ ਰਹੇ ਹਾਂ ਕਿੱਦਾਂ ਵੀ ਕੀਤੇ ਪਰ ਜਿਹਨੂੰ ਰੋਟੀ ਦੇ ਲਾਲੇ ਪਏ ਸੀ ਨਾ ਉਸ ਟਾਈਮ ਦੇ ਵਿੱਚ ਤੇ ਅਸੀਂ ਨੀ ਦਿੱਤਾ ਪਰਮਾਤਮਾ ਨੇ ਸਾਡੇ ਤੋਂ ਕਰਵਾਇਆ ਮੈਂ ਸਮਝਦਾ ਮੈਨੂੰ ਚੇਤਾ ਆ ਉਸ ਟਾਈਮ ਜਦੋਂ ਪਹਿਲਾਂ ਜਦੋਂ ਕਰੋਨਾ ਦਾ ਹੋਇਆ ਸੀ ਮੈਨੂੰ ਯਾਦ ਹੈ ਤੁਹਾਡੇ ਨਾਲ ਜਦੋਂ ਫੋਨ ਤੇ ਉਸ ਟਾਈਮ ਗੱਲ ਹੋਈ ਸੀ ਤੁਸੀਂ ਕਾਫੀ ਆਪਣੀ ਸਿੰਗਿੰਗ ਨੂੰ ਇੱਕ ਪਾਸੇ ਛੱਡ ਕੇ ਤੁਸੀਂ ਉਹਨੂੰ ਫੁੱਲ ਸਟਾਪ ਕਰਕੇ ਤੁਸੀਂ ਇਸ ਕੰਮ ਚ ਲੱਗੇ ਸੀਗੇ ਕਿਉਂਕਿ ਬਿਪਤਾ ਪਈ ਸੀਗੀ ਸਾਰਿਆਂ ਨੂੰ ਸਾਰੇ ਇੱਕ ਹੀ ਪ੍ਰੋਬਲਮ ਚ ਫਸੇ ਹੋ ਸਕੇ ਉਸ ਟਾਈਮ ਕਈਆਂ ਨੂੰ ਖਾਣਾ ਨੀ ਮਿਲ ਰਿਹਾ ਸੀਗਾ ਨਾ ਗਰੋਸਰੀ ਨੀ ਮਿਲਦੀਆਂ ਸੀਗੀਆਂ ਹਾਂ ਸੋ ਮੈਂ ਇਹ ਹੁਣ ਵੀ ਮੈਂ ਇਹ ਕਹਿੰਦਾ ਯਾਰ ਏਦਾਂ ਵੱਡੇ ਵੱਡੇ ਜਿਹੜੇ ਚੀਜ਼ਾਂ ਅਸੀਂ ਕਰਦੇ ਹਾਂ ਜਿਹੜੇ ਰੱਜਿਆਂ ਨੂੰ ਰਜਾਈ ਜਾਂਦੇ ਉਹਨਾਂ ਨੂੰ ਛੱਡ ਕੇ ਗਰੀਬ ਦੀ ਹੈਲਪ ਕਰੋ ਬਾਕੀ ਉਹੀ ਆ ਕਿਉਂਕਿ ਗੁਰਬਾਣੀ ਚ ਵੀ ਹੈਗਾ ਮਤਲਬ ਕਿ ਸਾਰੇ ਜਿਹੜੇ ਵੱਡੇ ਵੱਡੇ ਗੁਣੀ ਗਿਆਨੀ ਉਹ ਵੀ ਕਹਿੰਦੇ ਆ ਨਾ ਗਰੀਬ ਦਾ ਮੂੰਹ ਰੱਬ ਦੀ ਗੋਲਕ ਤੁਸੀਂ ਗਰੀਬ ਦੀ ਹੈਲਪ ਕਰੋ ਨਾ ਕਿ ਰੱਜਿਆਂ ਨੂੰ ਰਜਾਈ ਜੋ ਕੋਈ ਫਾਇਦਾ ਨੀ ਬੜਾ ਮੁਸ਼ਕਿਲ ਹੁੰਦਾ ਇੱਕ ਆਰਟਿਸਟ ਵਾਸਤੇ ਕਿਸ ਤਰ੍ਹਾਂ ਤੁਸੀਂ ਕਿਉਂਕਿ ਕਈ ਕਈ ਹੁੰਦੇ ਕਿ ਜਦੋਂ ਉਹ ਪੋਪੂਲਰ ਹੋ ਜਾਂਦੇ ਆ ਚਲੋ ਇੰਗਲੈਂਡ ਤੁਸੀਂ ਆਏ ਇੰਗਲੈਂਡ ਆ ਕੇ ਤੁਸੀਂ ਤੁਹਾਡਾ ਕਰੀਅਰ ਨੂੰ ਇੱਕ ਹੋਰ ਰੰਗ ਮਿਲਿਆ ਇੱਕ ਬੂਸਟ ਹੋ ਗਿਆ ਕਰੀਅਰ ਤੁਹਾਡਾ ਉਸ ਚੱਕਰ ਚ ਕਈਆਂ ਦੇ ਵਿੱਚ ਈਗੋ ਵੀ ਆ ਜਾਂਦੀ ਹੈ ਕਿ ਯਾਰ ਮੈਂ ਬਹੁਤ ਵੱਡਾ ਇੱਕ ਬਣ ਗਿਆ ਹੁਣ ਬੰਦਾ ਪੈਸੇ ਵਾਲਾ ਹੋ ਗਿਆ ਜੋ ਮਰਜ਼ੀ ਪਰ ਇਸ ਸਿੰਪਲਿਸਟੀ ਨੂੰ ਮੇਨਟੇਨ ਕਰਨ ਦਾ ਵੀ ਕਾਫੀ ਇੱਕ ਚੈਲੰਜ ਹੁੰਦਾ ਇੱਕ ਬੰਦੇ ਵਾਸਤੇ ਖਾਸ ਕਰਕੇ ਤੁਸੀਂ ਕਿਉਂਕਿ ਤੁਸੀਂ ਪਬਲਿਕ ਫਿਗਰ ਹੋ ਮੇਨਟੇਨ ਕਰਨਾ ਉਹ ਤਾਂ ਇੱਕੋ ਹੀ ਚੀਜ਼ ਹੈਗੀ ਆ ਜਿੱਦ ਤੱਕ ਮੈਂ ਸੋਚਦਾ ਪਰਮਾਤਮਾ ਨੂੰ ਨਾ ਭੁੱਲੋ ਤੇ ਮੌਤ ਨੂੰ ਨਾ ਭੁੱਲੋ ਉਹ ਸਭ ਤੇ ਆਣੀ ਹੈ ਇੱਕ ਤੈਨੂੰ ਸਭ ਤੇ ਆਣਾ ਆ ਅਸੀਂ ਜਦੋਂ ਉਸ ਚੀਜ਼ ਨੂੰ ਭੁੱਲ ਜਾਂਦੇ ਹਾਂ ਨਾ ਅਸੀਂ ਕਹਿੰਦੇ ਹਾਂ ਕਿ ਅਸੀਂ ਬਸ ਅਸੀਂ ਆਵਾਂ ਰਹੇ ਅਸੀਂ ਜਾਣਾ ਨੀ ਕਿਤੇ ਅਸੀਂ ਜਿੰਨਾ ਧੋਖਾ ਹੁੰਦਾ ਕਰੀਏ ਕਹਿੰਦੀ ਆ ਫਿਰ ਜਦੋਂ ਵੀ ਬੈਠੋ ਮੌਤ ਨੂੰ ਯਾਦ ਰੱਖੋ ਕਿ ਉਹ ਇੱਕ ਦਿਨ ਕਿਸੇ ਤੇ ਆਣਾ ਹੀ ਆਣਾ ਹੈ ਨਾ ਦੂਜਾ ਨੰਬਰ ਪਰਮਾਤਮਾ ਨੂੰ ਯਾਦ ਰੱਖੋ ਤੇ ਕਿ ਉਹ ਹੈਗਾ ਇਹ ਦੇਖ ਰਿਹਾ ਸਾਨੂੰ ਹਰ ਟਾਈਮ ਦੇਖ ਰਿਹਾ ਉਹ ਆਪੇ ਹੁਣ ਮੈਂ ਆ ਮੈਨੂੰ ਮੇਰੇ ਯਾਰ ਦੋਸਤ ਹੈਗੇ ਕਈ ਜਾਂ ਹੋਰ ਮੇਰੇ ਸਿੰਗਲ ਆਇਆਂ ਵਾਲੇ ਮੇਰੇ ਫਰੈਂਡ ਸਰਕਲ 'ਚ ਹੈਗੇ ਆ ਜਿਹੜੇ ਜਿਹਨਾਂ ਕੋਲ ਵੱਡੀਆਂ ਵੱਡੀਆਂ ਗੱਡੀਆਂ ਆ ਹੈਨਾ ਸਾਰਾ ਕੁਛ ਰੱਖਿਆ ਆ ਵੱਡੇ ਮਤਲਬ ਸ਼ਾਮੀ ਜਾਂਦੇ ਆ ਮਤਲਬ ਇੰਜੋਏ ਕਰਦੇ ਆ ਲਾਈਫ ਨੂੰ ਆਪਣੇ ਆਪਣੇ ਤਰੀਕੇ ਨਾਲ ਬਾਕੀ ਸਮਝਣ ਵਾਲੇ ਸਮਝ ਸਕਦੇ ਆ ਨਾ ਤੇ ਮੇਰਾ ਉਦੋਂ ਦਾ ਸੀ ਮੈਂ ਤੁਹਾਨੂੰ ਜਾਂ ਫਿਰ ਸਟੂਡੀਓ ਮਿਲੂੰਗਾ ਜਾਂ ਫਿਰ ਤੁਹਾਨੂੰ ਮੈਂ ਘਰੇ ਮਿਲਾਂਗਾ ਜਾਂ ਮੈਂ ਆਪਣੇ ਕਿਸੇ ਨਾ ਕਿਸੇ ਕੰਮ ਜਾਂ ਮੈਂ ਆਪਣੀ ਫੈਮਿਲੀ ਨਾਲ ਕਿਤੇ ਤੁਹਾਨੂੰ ਮਿਲਾਂਗਾ ਕਿਤੇ ਘੁੰਮਦਾ ਫਿਰਦਾ ਜਾਂ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ 'ਚ ਮਿਲ ਜਾਂਗੇ ਇਹਦੇ ਪਾਸੇ ਵੀ ਤੇ ਬਾਕੀ ਮੈਨੂੰ ਕਹਿੰਦੇ ਆ ਲੋਕੀ ਗੱਡੀ ਵੱਡੀ ਰੱਖਣੀ ਚਾਹੀਦੀ ਏਦਾਂ ਰੱਖਣੀ ਚਾਹੀਦੀ ਮੈਂ ਕਹਿੰਦਾ ਕੀ ਆ ਯਾਰ ਗੱਡੀ ਵੱਡੀ ਰੱਖਣੀ ਇਹ ਵੀ ਸਾਨੂੰ ਉੱਥੇ ਹੀ ਲੈ ਕੇ ਜਾਊਗੀ ਗੱਡੀ ਇਹਨੇ ਵੀ ਪਹੁੰਚਾ ਦੇਣਾ ਕਿਸੇ ਨੂੰ ਮੈਂ ਸ਼ੋਅ ਕਰਕੇ ਦੱਸਾਂ ਕੋਈ ਫਾਇਦਾ ਨੀ ਮੇਰੇ ਖਿਆਲ ਦੇ ਨਾਲ ਤਾਂ ਕੋਈ ਫਾਇਦਾ ਨਹੀਂ ਐਵੇਂ ਪੈਸੇ ਬਰਬਾਦ ਕਰਦਾ ਰਹਾਂ ਇਹਦੇ ਨਾਲ ਕਿਸੇ ਦੀ ਹੈਲਪ ਕਰ ਦੇਵਾਂ ਬਿਲਕੁਲ ਤੇ ਉਸ ਤੋਂ ਬਾਅਦ ਮਹਿੰਗੇ ਮਹਿੰਗੇ ਚੀਜ਼ਾਂ ਲੈ ਕੇ ਰੱਖ ਲਈ ਇੱਥੇ ਘਰੇ ਖਰਾਬ ਹੁੰਦੀਆਂ ਰਹਿਣ ਤੇ ਕੋਈ ਸਾਡੇ ਸਾਹਮਣੇ ਏਦੀ ਮਰਦਾ ਭੁੱਖਾ ਦੇ ਦੀ ਅਸੀਂ ਹੈਲਪ ਨਾ ਕਰੀਏ ਮੈਨੂੰ ਨੀ ਚੀਜ਼ ਸਹੀ ਲੱਗਦੀ ਹੈ ਖਾਸ ਕਰਕੇ ਅਗਰ ਦੇਖਿਆ ਜਾਵੇ ਅਸੀਂ ਇੰਡੀਆ ਦੀ ਗੱਲ ਕਰੀਏ ਆਈ ਥਿੰਕ ਇਹ ਚੀਜ਼ਾਂ ਹਰੇਕ ਬੰਦੇ ਤੇ ਲਾਗੂ ਹੁੰਦੀਆਂ ਆ ਕਿ ਜਿਹੜੀ ਵੀ ਚੀਜ਼ ਏਦਾਂ ਦਾ ਮਸਲਾ ਹੁੰਦਾ ਜਾਂ ਕੋਈ ਨੀਡੀ ਬੰਦਾ ਆ ਕਿਸੇ ਨੂੰ ਜ਼ਰੂਰਤ ਆ ਉਹਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਨੀ ਪਤਾ ਕਿ ਸਾਡੀ ਕਿਸਮਤ ਕਿੱਥੇ ਲੈ ਕੇ ਜਾਣੀ ਹੈ ਸਾਨੂੰ ਵੀ ਨੀ ਪਤਾ ਕਿ ਡੈਸਟੀਨੀ ਚ ਸਾਡੀ ਡੈਸਟੀਨੀ ਚ ਕੀ ਲਿਖਿਆ ਭਾਜੀ ਇਹ ਗ੍ਰਾਫ ਹੈ ਜ਼ਿੰਦਗੀ ਦਾ ਇਹ ਉੱਪਰ ਥੱਲੇ ਅੱਜ ਅਸੀਂ ਚੰਗੇ ਆ ਤਾਂ ਮਤਲਬ ਕੱਲ ਨੂੰ ਸਾਡਾ ਗ੍ਰਾਫ ਡਾਊਨ ਵੀ ਜਾ ਸਕਦਾ ਕੋਈ ਅਸੀਂ ਤੰਗੀ ਚ ਵੀ ਜਾ ਸਕਦੇ ਜੇ ਅਸੀਂ ਕਿਸੇ ਦੀ ਹੈਲਪ ਕਰਾਂਗੇ ਤਾਂ ਹੀ ਤੁਹਾਡੀ ਸਾਡੀ ਕੋਈ ਟਾਈਮ ਦੇ ਨਾਲ ਹੈਲਪ ਕਰੂਗਾ ਜਿਹੜਾ ਅੱਜ ਜਿਹੜਾ ਉਹ ਹਮੇਸ਼ਾ ਗਰੀਬ ਨਹੀਂ ਰਹਿਣਾ ਜਿਹੜਾ ਅੱਜ ਅਮੀਰ ਆ ਉਹਨੇ ਹਮੇਸ਼ਾ ਅਮੀਰ ਨਹੀਂ ਰਹਿਣਾ ਇਹ ਲਾਈਫ ਦਾ ਗ੍ਰਾਫ ਹੈ ਜਦੋਂ ਆਪਾਂ ਬਿਮਾਰ ਵੀ ਹੁੰਦੇ ਸਾਡੇ ਨਾਲ ਲਾ ਦਿੰਦੇ ਆ ਉਹ ਸੂਈ ਉਂਗਲ ਨਾਲ ਸੂਈ ਲਾ ਦਿੰਦੇ ਨਾ ਵੀ ਦੇਖੋ ਕਿੱਥੇ ਜਾ ਰਹੀ ਪਾਲਸੇ ਦੀ ਉਹ ਗ੍ਰਾਫ ਏਦਾਂ ਹੀ ਆਉਂਦਾ ਉਹ ਅੱਖਾਂ ਚ ਕੋਈ ਏਦਾਂ ਦੀ ਚੀਜ਼ ਨੀ ਹੋਣੀ ਚਾਹੀਦੀ ਜਾਂ ਦਿਮਾਗ ਚ ਕੋਈ ਏਦਾਂ ਦੀ ਚੀਜ਼ ਨੀ ਹੋਣੀ ਚਾਹੀਦੀ ਕਿ ਯਾਰ ਇਹ ਚੀਜ਼ ਮੈਂ ਰੋਂਗ ਕੀਤੀ ਹੈ ਜ਼ਿੰਦਗੀ ਚ ਕਿਉਂਕਿ ਉਸ ਟਾਈਮ ਉਹਨੂੰ ਠੀਕ ਕਰਨ ਦਾ ਕੋਈ ਵੀ ਸਾਡੇ ਕੋਲ ਟਾਈਮ ਨੀ ਹੋਣਾ ਤੇ ਉਹ ਆਪਾਂ ਪਹਿਲਾਂ ਹੀ ਉਹਨੂੰ ਸਾਫ਼ ਕਰਦੇ ਚੱਲੀਏ ਆਪਣਾ ਰਸਤਾ ਬਿਲਕੁਲ ਐਨ ਵਧੀਆ ਤਾਂ ਕਿ ਸਾਨੂੰ ਲਾਸਟ ਟਾਈਮ ਚ ਕੋਈ ਅਫਸੋਸ ਨਾ ਹੋਵੇ ਕਿ ਯਾਰ ਕਿਸੇ ਨਾਲ ਜ਼ਿੰਦਗੀ ਚ ਧੱਕਾ ਕੀਤਾ
वैसे भाजी अगर देखा जाए कि साड़ी करियर तो शुरुआत लैके हुण तक तुसी कह सकते हैं कि तुसी सैटिस्फाइड है जो तुसी सो फार अचीव किया? भाजी मैं देखो उम्मीद ही नहीं सी तक जावांगे। मेरा एम सी जिंदगी मेरा मैं तुहानू दसदा मैं एक बार गायकी छड भी दित्ती सी विचों। मैं इन्ना अपसैट हो गया सी कि कुछ हो नहीं रहा सी खान वाले मैनू चार सवेर मिल रहे सी मैं इन्ना दुखी हो गया सी। मैं एक दिन तो अपने डायरी गीत वाली जो डायरी सी चक के साइड करती सीढ़िया सूढ़िया अपने चक के कह दिता कि इन्हों सुट दो यार मैं नहीं करनी गायकी। एक मोबाइल शॉप खोल ली सी मैं मोबाइल शॉप अपना बना लिया अपना थले मोबाइल लिख लिया कि मोबाइल इतने मतलब इतने मोबाइल मिलते रिचार्ज इतने होंगे उपर अपना सैनी सुरिंदर पंजाबी सिंगर ओ बाद मतलब मेरा चलता रहा कीड़ा ते फिर कर दे कहना यार लाइट फिर उदे कर रही है ते बस फिर इदा आया एक दिन कि यार परमात्मा ने सुन ली ते वधिया हो गया। मतलब उदो भी मेरे दिमाग च यह चलता सी कि करा भावे कुछ ना करा एक गीत अपना हिट करना करना है जो मर्जी जिस दिन मेरा गीत हिट हो गया उस दिन मैं ये चीज छड़ देनी है सिंगिंग फिर मैं कुछ होर करना गायकी नहीं करनी सारी उम्र एक गीत पर अपना हिट करना है। बट ऐसा हुआ जब गीत हिट हो गया फिर शो आने शुरू हो गए फिर सोचा आ यार एक दो शो कर लेने छड़ देने फिर हो जावांगे पासे और फिर जो फैंस है जो चाहन वाले ने इन्ना प्यार दिता कि उस चीज तो मैं निकल ही नहीं सकिया ही रह गया फिर वो स्वाद भी आने लग पे होर ज्यादा क्योंकि जिहड़ी चीज का तुहानू शौक हुंदा वो तुहानू मिलनी शुरू हो जाए ना। मैं शुरू तो शौक से उ मैं मैं मिल गया मैं इधर ही सैट हो गया और परमात्मा की इन्नी कृपा कि 14 साल हो गया मैं नॉन स्टॉप 14 साल तो इंग्लैंड शो भी कर रहा हूँ इंग्लैंड की मैं पूरी दुनिया च शो कर रहा हूँ कनेडा अमेरिका कोई कंट्री मैं छड़ी नहीं जिते शो ना किते हूँ बिना किसी झिझक तो चल रहा काम सो परमात्मा की कृपा ना वधिया चली जा रहा भाजी ये मेरी जिंदगी दा सीगा। वैसे लाइफ दे विच कोई ना कोई ऐसी परफॉर्मेंस भी यादगारी हुंदी है जिदा हुण पहले तुसीं जिक्र कीता सी थोड़ी लाइफ दी पहली परफॉर्मेंस चलो गल होई इंडिया तो आए इतने परफॉर्म किया चलो एक गीत गाया जिंदगी का एक कोई ना कोई ऐसा भी परफॉर्मेंस होता है क्योंकि तुसी ब्याह शादियां ते काफी परफॉर्म करते हैं रिसेप्शन पार्टी चे है ना खास करके इंग्लैंड दे विच जो तुसी आंदे हैं बड़िया रौनक लगदिया है ना कोई ऐसी परफॉर्मेंस जो अज भी थानू कह लो तुसी अपनी लाइफ की बेस्ट परफॉर्मेंस कह सकते कि यार अज नजारा आ गया खुल के गाया मजा आ गया नजारे वाला काम है मैं हर स्टेज से कर लेना तो पता ही है। मेरा, मेरा, मेरी एक चीज है कि जदों भी स्टेज से जाने ना मतलब काफी हद तक हुंदा होना वैसे मैं पता नहीं बाकी किदा परफॉर्म करते हैं मैं किसी तो कदे पुछया नहीं पर मैं लगता है कि लोग भी दस दे कि यार साडा शो है असीं तैयारी करनी आ ते असीं शॉप ते जाके कपड़े खरीदने जां फिर असीं किहड़े किहड़े गीत गाने आ इस स्टेज दे उत्ते है ना ते बाकी किन्ना टाइम लाउणा मतलब चीजा सोच के जाने स्टेज दे उत्ते किदा तैयार होना किथे जाके मैं ऐनक खोलनी है किथे मैं लानी है किथे मैं पग दा लड़ सवारना किथे खड़ के किदा मैं स्टेज से जाना है ना लोकां नाल किदा करना मैं इदां दा कुछ नहीं सोचदा भाजी कोई चीज भी नहीं सोचदा मैं मैनू कुछ नहीं पता हुंदा मैं तां उस उठदा आ उठ के पग बन्नी दी तैयार होई जां जिहड़े कपड़े मोहरे मिल गए चक ले पा ले आपां कोई टेंशन नहीं सानू उस तों बाद मैनू इह नहीं पता हुंदा कि मैं अज जाके स्टेज से करना की आ कुछ नहीं पता हुंदा मैनू मैं सीधा स्टेज से चढ़ जांदा मेरी बैंड मेंबर्स नूं पता है कि इहनूं इहने कुछ नहीं पता गीत तां पता जिहड़े मैं गाणे आ ना पर मैनूं ना मेरी मेरी बैंड भी इहनी सुलझी हुई बैंड उहनूं भी मेरा सारा पता कि किथे आ इहने की करना सांभ रखदे पिछों ते मैनूं जिथे जिहड़ा मेरे दिमाग च आ गया आपां 4 घंटे स्टेज ते लाईदे आ और 4 घंटे च सानूं कुछ नहीं पता हुंदा किहड़ा गीत मैं किथे गाणा किहड़ा गीत किथे गाणा आपां थल्ले जिहड़ा कहिंदे आ मेरे फैनस जिहड़े थल्ले कह दिंदे कि आह गीत चाहीदा आपां नाल ही ओह ला लईदा चलते चलते साडा पता नहीं असीं किधर किहड़े रूप से चल जांदे आ फिर किहड़े रूप से वापस आ के किहड़े ते चल जांदे आ साडी कोई तैयारी नहीं हुंदी इदां दी जो करना ऑन स्टेज ऑन द स्पॉट फैसला ऑन द स्पॉट है साडा सो इवन इवन जदों फरमाइशां भी आउंदियां थानू जो स्टेज ते जदों तुसीं ऑडियंस फरमाइश करदी है कोई गीत दी तुसीं उस इंस्टेंटली ओह थानू लिरिक्स याद हुंदे आ हां जी लगभग क्योंकि देखो
ਕਈ ਵਾਰ ਕੀ ਹੁੰਦਾ ਨਾ ਆਰਟ ਜਿਹੜੇ ਥੋੜੀ ਬਹੁਤੀ ਜਿਆਦਾ ਕੋਈ ਬੰਦਾ ਹਵਾ ਕਰਦਾ ਤਾਂ ਉਹ ਨਾਰਮਲੀ ਉਹਨੇ ਗੀਤ ਸੁਣੇ ਹੁੰਦੇ ਯਾਰ ਇਹ ਨੀ ਮੈਂ ਸੁਣਿਆ ਨੀ ਜਾਂ ਮੈਂ ਕਿਸ ਦੇ ਗੀਤ ਕਿਉਂ ਗਾਵਾਂ ਜਾਂ ਫਿਰ ਕਈ ਜਣ ਹੁੰਦਾ ਕਿ ਮੇਰੇ ਤੋਂ ਯਾਰ ਇਹ ਗਾਇ ਨੀ ਹੋਣਾ ਪਰਮਾਤਮਾ ਨੇ ਇਹ ਕੀਤੀ ਹੈ ਮੇਰੇ ਤੇ ਕਿ ਮੈਂ ਕੋਈ ਵੀ ਸੌਂਗ ਕਿਸੇ ਵੀ ਸਕੇਲ ਦੇ ਉੱਤੇ ਕਿਸੇ ਵੀ ਰਾਗ ਦੇ ਵਿੱਚ ਮੈਂ ਗਾ ਸਕਦਾ ਆਸਾਨੀ ਨਾਲ ਔਰ ਮੈਂ ਸਾਰੇ ਆਰਟਿਸਟ ਨੂੰ ਸੁਣਦਾ ਚਾਹੇ ਉਹ ਵੱਡੇ ਆ ਸੀਨੀਅਰ ਆਰਟਿਸਟ ਹੈ ਜੂਨੀਅਰ ਆਰਟਿਸਟ ਹੈ ਨਵੇਂ ਆ ਪੁਰਾਣੇ ਆ ਕਿਹੜੇ ਵੀ ਹੈ ਮੈਂ ਸਾਰੇ ਆਰਟਿਸਟ ਨੂੰ ਸੁਣਦਾ ਸੋ ਨੋਰਮਲੀ ਮੈਨੂੰ ਸਾਰਾ ਕੁਛ ਹੀ ਪਤਾ ਹੁੰਦਾ ਮੈਂ ਸਾਰੇ ਸਾਰੇ ਗੀਤ ਫੁੱਲ ਤਾਂ ਨਹੀਂ ਕਿਸੇ ਦੇ ਗਾਉਂਦਾ ਹੈ ਨਾ ਜਦੋਂ ਕੋਈ ਕਹਿੰਦਾ ਤਾਂ ਉਨਾ ਗੀਤ ਅਗਲੇ ਨੂੰ ਜ਼ਰੂਰ ਗਾ ਕੇ ਸੁਣਾ ਦੇਈਦਾ ਕਿ ਯਾਰ ਇਹ ਹੈਗਾ ਬਸ ਇਹ ਪਤਾ ਚੱਲਦਾ ਹੈ ਵੈਸੇ ਕਿਉਂਕਿ ਜਿਹੜਾ ਹੁਣ ਆ ਪਿੱਛੇ ਤੁਹਾਡਾ ਰੀਸੈਂਟਲੀ ਗਾਣਾ ਆਇਆ ਨਫੇ 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 ਇੱਕ ਡਿਫਰੈਂਟ ਵਾਈਬ ਆ ਪੂਰੇ ਗਾਣੇ ਚ ਪੂਰਾ ਡਿਫਰੈਂਟ ਮਿਊਜ਼ਿਕ ਆ ਜੋ ਪਿਛਲੇ ਨਾਲੋਂ ਤੁਸੀਂ ਕੀਤਾ ਕੰਪਲੀਟਲੀ ਰੀਫਰੈਸ਼ਨ ਟਰੈਕ ਆ ਸੈਣੀ ਸੁਰਿੰਦਰ ਦੀ ਆਵਾਜ਼ ਤੇ ਅੱਜ ਦੀ ਟਾਈਮ ਦੀ ਜਿਹੜਾ ਮਿਊਜ਼ਿਕ ਪ੍ਰੋਡਕਸ਼ਨ ਆ ਉਹ ਤੁਸੀਂ ਕੀਤਾ ਆ ਜੀ ਇਹ ਪਤਾ ਚੱਲਦਾ ਹੈ ਕਿ ਤੁਸੀਂ ਸਾਰੇ ਆਰਟਿਸਟਾਂ ਨੂੰ ਇਸ ਵਕਤ ਤੁਸੀਂ ਸੁਣਦੇ ਆ ਤੁਸੀਂ ਕੁਛ ਉੱਥੋਂ ਪਿਕ ਕਰ ਰਹੇ ਆ ਕਿ ਯਾਰ ਆਹ ਚੀਜ਼ ਕਰੀਏ ਨਵਾਂ ਦੇਖੋ ਸਾਰੇ ਨੂੰ ਸੁਣਦਾ ਮੈਂ ਕੋਈ ਆਰਟਿਸਟ ਏਦਾਂ ਦਾ ਜਿਹਨੂੰ ਮੈਂ ਨਾ ਸੁਣਦਾ ਹਾਂ ਮਿਊਜ਼ਿਕ ਦੀ ਤੇ ਮਿਊਜ਼ਿਕ ਜਿੱਦਾਂ ਆਪਣੀ ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਸੀ ਤੁਹਾਨੂੰ ਪਤਾ ਮੇਰੇ ਗੀਤ ਆਉਣ ਵਾਲੇ ਆ ਹੁਣ ਦੇਖੋ ਸਾਰਾ ਪਤਾ ਹੈ ਤੁਹਾਡਾ ਸਾਰਾ ਪਤਾ ਹੈ ਸਾਨੂੰ ਪੂਰਾ ਕੀ ਹੋ ਗਿਆ ਤਕਰੀਬਨ ਕਿਉਂਕਿ ਦੇਖੋ ਸਟਾਰਡਮ ਵਾਲਾ ਗੀਤ ਵੀ ਆਇਆ ਸੀਗਾ ਉਹ ਵੀ ਬੜਾ ਖੂਬਸੂਰਤ ਵੀਡੀਓ ਬਣੀ ਸੀਗੀ ਬੜੀ ਪ੍ਰੋਪਰ ਹਾਈ ਕੁਆਲਿਟੀ ਵੀਡੀਓ ਬਣੀ ਉਹ ਅਲੱਗ ਕੰਸੈਪਟ ਆ ਇਹ ਸ਼ਾਇਦ ਹੀ ਤੁਸੀਂ ਕੋਈ ਵੀ ਸੈਣੀ ਸੁਰਿੰਦਰ ਮਿਊਜ਼ਿਕ ਵੀਡੀਓ ਚ ਦੇਖਿਆ ਹੋਵੇ ਜਾਂ ਨਹੀਂ ਆਈ ਡੋਂਟ ਨੋ ਪਰ ਜਿਹੜਾ ਆਹ ਜਿਹੜਾ ਹੈ ਨਾ ਰਹਿਣ ਦੇ 2 ਦਾ ਮੈਨੂੰ ਲੱਗਦਾ ਇਹ ਰੀਅਲੀ ਇੱਕ ਟਰਨਿੰਗ ਹੋਊਗਾ ਤੁਹਾਡਾ ਕਰੀਅਰ ਚ ਆਈ ਥਿੰਕ ਕਿਉਂਕਿ ਕਨਸੈਪਟ ਹੈਗਾ ਬੜਾ ਕਮਾਲ ਦਾ ਜੀ ਉਹ ਬਹੁਤ ਸੋਹਣਾ ਕਨਸੈਪਟ ਹੈ ਤੇ ਮੈਂ ਐਕਸਾਈਟਡ ਆ ਉਹਨੂੰ ਖੁਦ ਕਰਨ ਨੂੰ ਵੀ ਤੇ ਮੈਂ ਉਹ ਹੁਣ ਸਾਡੇ ਕੋਲ ਕਨਫਿਊਜ਼ਨ ਇਹ ਹੈ ਕਿ ਉਹਨੂੰ ਯਾਰ ਦੁਬਈ ਸ਼ੂਟ ਕਰੀਏ ਇੰਗਲੈਂਡ ਸ਼ੂਟ ਕਰੀਏ ਅਮਰੀਕਾ ਸ਼ੂਟ ਕਰੀਏ ਜਾਂ ਇੰਡੀਆ ਸ਼ੂਟ ਕਰੀਏ ਮੈਂ ਤੁਹਾਨੂੰ ਇੱਕ ਆਈਡੀਆ ਦਵਾਂ ਵੈਸੇ ਜੀ ਯਾ ਹੁਣ ਮੈਂ ਦੱਸਾਂ ਯਾ ਇੰਟਰਵਿਊ ਤੋਂ ਬਾਅਦ ਦੱਸਾਂ ਮੈਂ ਇਹ ਹੁਣ ਤੁਹਾਡੇ ਉੱਤੇ ਹੈ ਤੁਸੀਂ ਸਿਰਫ ਕਨਸੈਪਟ ਦੀ ਜਗ੍ਹਾ ਦਾ ਦੋ ਸ਼ੂਟ ਕਿੱਥੇ ਕਰਨਾ ਚਾਹੀਦਾ ਆਪਾਂ ਨੂੰ ਮੇਰੇ ਹਿਸਾਬ ਨਾਲ ਅਗਰ ਮੈਂ ਆਪਣਾ ਵਿੱਚ ਇਨਪੁਟ ਦਵਾਂ ਕਿ ਕਿੱਥੇ ਸ਼ੂਟ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਇਹਦੀ ਵੀਡੀਓ ਸ਼ੂਟ ਹੋਣੀ ਚਾਹੀਦੀ ਆ ਸਵਿਟਜ਼ਰਲੈਂਡ ਚ ਸਵਿਟਜ਼ਰਲੈਂਡ ਦੇ ਵਿੱਚ ਮਤਲਬ ਤੁਸੀਂ ਨਵੀਂ ਹੋਰ ਕੰਟਰੀ ਦਿਖਾਓਗੇ ਮੈਨੂੰ ਕੋਈ ਫਿਰ ਇਹੀ ਮੇਰਾ ਇਰਾਦਾ ਹੈ ਜੇ ਤੁਸੀਂ ਜਾਂ ਇਹ ਕਹਿ ਦੇਖੋ ਸਵਿਟਜ਼ਰਲੈਂਡ ਵੀ ਕਰ ਸਕਦੇ ਹਾਂ ਅਸੀਂ ਚਾਈਨਾ ਵੀ ਜਾ ਸਕਦੇ ਹਾਂ ਉਹ ਚਾਈਨਾ ਚੀਨਾ ਤੇ ਬਚਾਓ ਮੈਨੂੰ ਚੀਨਾ ਦੇਖੋ ਜੀ ਦੂਜਾ ਆਪਸ਼ਨ ਤੀਜਾ ਆਪਸ਼ਨ ਇਹ ਆ ਕਿ ਅਸੀਂ ਆਸਟ੍ਰੇਲੀਆ ਵੀ ਜਾ ਸਕਦੇ ਹਾਂ ਹਾਂ ਆਸਟ੍ਰੇਲੀਆ ਵੀ ਮੁਲਕ ਬੜਾ ਵਧੀਆ ਆ ਖਾਸ ਕਰਕੇ ਸ਼ੂਟਿੰਗ ਵਾਸਤੇ ਪੂਰਾ ਉੱਥੇ ਦਾ ਮਾਹੌਲ ਵੀ ਬੜਾ ਅਲੱਗ ਆ ਉੱਥੇ ਆਪਣਾ ਭਰਾ ਹੈਗਾ ਜਸਕਰਨ ਗੌਸਲ ਬਿਲਕੁਲ ਸੋਹਣਾ ਕਰਦਾ ਹਾਂ ਮਿਸਟਰ ਡੀਜੇ ਜਸਕਰਨ ਇੱਕ ਨਾ ਭਾਜੀ ਮੈਸੇਜ ਆ ਰਿਹਾ ਬਹੁਤ ਜ਼ਿਆਦਾ ਇਹ ਹੈਗਾ ਦਾ ਅਫੀਸ਼ੀਅਲ ਮਲਕਾ ਬੈਂਸ ਬੈਲ ਮਲਕਾ ਬੈਂਸ ਬਿਲਕੁਲ ਭਾਜੀ ਯੂ ਹੈਵ ਅ ਗ੍ਰੇਟ ਵੌਇਸ ਥੈਂਕ ਯੂ ਮਲਕਾ ਜੀ ਥੈਂਕ ਯੂ ਸੋ ਮਚ ਅਸੀਂ ਤੁਹਾਡੇ ਸਾਰੇ ਜਿੰਨੇ ਹੈਗੇ ਆ ਇਹਨਾਂ ਦੇ ਜਵਾਬ ਜ਼ਰੂਰ ਦੇਵਾਂਗੇ ਜਿਹੜੇ ਸਵਾਲ ਹੈ ਮੈਂ ਕਿਹਾ ਨਾਲ ਨਾਲ ਕੋਈ ਕਈ ਨਾਂ ਲਾਏ ਵੀ ਲਈਏ ਆਪਾਂ ਹਾਂਜੀ 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 ਤੇ ਭਾਜੀ ਆਪਾਂ ਜਾ ਕੇ ਉੱਥੇ ਕਰਨੀ ਹੈ ਫਿਰ ਆਪਾਂ ਵੀਡੀਓ ਸ਼ੂਟ ਦੇਖ ਲੈਂਦੇ ਆਪਾਂ ਆਸਟ੍ਰੇਲੀਆ ਕਰਦੇ ਨੇ ਹਾਂ ਕਿਉਂ ਦੇਖੋ ਨਾ ਇੰਡੀਆ ਬਥੇਰੇ ਤੁਸੀਂ ਸ਼ੂਟ ਕਰ ਲਏ ਇੰਗਲੈਂਡ ਚ ਕਾਫੀ ਕਰ ਲਏ ਅੱਛਾ ਇੰਗਲੈਂਡ ਦੀਆਂ ਸ਼ੂਟਿੰਗਾਂ ਤੇ ਇੰਨੀਆਂ ਵੈਸੇ ਜਿਸ ਟਾਈਮ ਦੀ ਤੁਸੀਂ ਗਾ ਰਹੇ ਆ ਜ਼ਿਆਦਾਤਰ ਜਿੱਦਾਂ ਵੈਨਿਊ ਲੈ ਲਿਆ ਜਾਂ ਕੋਈ
ਕਲੱਬ ਲੈ ਲਿਆ ਕਿਰਾਏ ਤੇ, ਉੱਥੇ ਤੁਸੀਂ ਸ਼ੂਟ ਕਰ ਲਿਆ, ਆਊਟਡੋਰ ਸ਼ੂਟ ਮੈਂ ਕਿਹਾ ਘੱਟ ਹੀ ਹੋਏ ਤੁਹਾਡੇ, ਮੈਂ ਕਿਹਾ ਭੰਗੜਾ ਸੌਂਗ ਸੀ ਜਾ ਆਊਟਡੋਰ ਸੀ। ਆਊਟਡੋਰ ਸ਼ੂਟ ਦੀ ਗੱਲ ਨਾ ਕਰੋ ਤੁਸੀਂ, ਜਿਹੜਾ ਇੱਕ ਮੇਰਾ ਗੀਤ ਹੈ ਗੈਟ ਫੰਕੀ, ਹਾਂ ਗੈਟ ਫੰਕੀ ਬੜਾ ਮਕਬੂਲ ਆਇਆ ਸੀ, ਉਹ ਬੱਸ ਚ ਕੀਤਾ ਸੀ ਯਾਰ, ਗਪਸੀ ਔਜਲਾ ਭਾਜੀ ਨਾਲ ਸੀ ਮੇਰਾ ਗੀਤ, ਹਾਂ ਬੱਸ ਤੇ ਕੀਤਾ ਸੀ ਸੈਂਟਰ ਦੇ ਵਿੱਚ। ਯੈਸ ਉਹ ਬੜਾ ਕਮਾਲ ਦਾ ਹੋਇਆ ਸੀ, ਉਹ ਕੀ ਸੈਂਟਰ ਦੇ ਵਿੱਚ ਕੀਤਾ ਸੀਗਾ, ਔਰ ਉਸ ਟਾਈਮ ਮਾਈਨਸ ਦੇ ਵਿੱਚ ਟੈਂਪਰੇਚਰ ਚੱਲਦਾ ਸੀ, ਔਰ ਬੱਸ ਦੇ ਉੱਪਰ ਚੱਲਦੀ ਜੀ ਕੀਤਾ, ਤੁਸੀਂ ਦੇਖੋ ਕਿੰਨਾ ਸਾਡਾ ਬੁਰਾ ਹਾਲ ਹੋਇਆ ਹੋਣਾ ਠੰਡ ਦੇ ਨਾਲ। ਹਾਂ ਮੈਨੂੰ ਚੇਤਾ, ਉਹ ਬੜਾ ਕਮਾਲ ਦੀ ਵੀਡੀਓ ਬਣੀ ਸੀ, ਵੈਸੇ ਕਨਸੈਪਟ ਹੀ ਬੜਾ ਅਲੱਗ ਸੀਗਾ ਬੱਸ ਤੇ ਕੀਤੀ। ਉਹ ਮੇਰਾ ਫਰੈਂਡ ਹੁੰਦਾ ਸੀ ਗੌਰਵ, ਗੌਰਵ ਸੈਣੀ ਨੈਕਸਟ ਡੋਰ ਰਹਿੰਦਾ ਸੀ ਸਾਡੇ ਤੋਂ, ਬੜਾ ਪਿਆਰ ਮੇਰਾ ਉਹਨਾਂ ਨਾਲ ਹੈ ਨਾ, ਤੇ ਮੈਨੂੰ ਕਹਿੰਦਾ, ਮੈਂ ਕਿਹਾ ਯਾਰ ਕੱਲ ਸ਼ੂਟ ਹੈ ਤੇ ਠੰਡ ਬਹੁਤ ਹੈ, ਇੱਕ ਆਪਾਂ ਸਿੰਗਲ ਹੱਡੀ ਆ ਗਿਆ, ਮੈਂ ਕਿਹਾ ਤੇ ਫਿਰ ਮੈਂ ਘਟਾਇਆ, ਹੁਣ ਫਿਲਮ ਕਰ ਰਹੇ ਹਾਂ ਇਸ ਕਰਕੇ ਸਰੀਰ ਥੋੜਾ ਘੱਟ ਕੀਤਾ ਹੋਇਆ, ਤੇ ਉਹ ਕਹਿੰਦਾ ਭਾਜੀ ਫਿਰ, ਮੈਂ ਕਿਹਾ ਯਾਰ ਉਹਨੇ ਤਾਂ ਮੈਨੂੰ ਬੱਸ ਦੇ ਖੜ ਨਾ, ਆਪਾਂ ਚੱਲਦੀ ਬੱਸ ਦੇ ਵਿੱਚ ਠੰਡ ਨਾਲ, ਮੈਂ ਕਿਹਾ ਮੈਂ ਮਤਲਬ ਕਿ ਐਡਜਸਟ ਕਿੱਦਾਂ ਕਰਾਂਗੇ, ਲੇਕਿਨ ਮੇਰੇ ਕੋਲ ਜਿਹੜੇ ਮੇਰੀ ਯੂਨੀਫਾਰਮ ਹੋਣੀ ਆ, ਮਤਲਬ ਬੱਸ ਵਾਲੀ ਪਾਈ ਹੋਣੀ ਕਿ ਮੈਂ ਲੱਗਾ, ਮਤਲਬ ਕਾਲੀ ਪਾਈ ਹੋਈ ਆ, ਜੈਕਟ ਪਾਈ ਹੋਈ ਆ ਮੈਂ, ਤੇ ਉੱਪਰ ਟਾਈ ਲੱਗੀ ਹੋਈ ਆ, ਤੇ ਗਪਸੀ ਭਾਜੀ ਦੇਖੇ ਮੈਂ ਉੱਪਰ ਕਰਨਾ, ਉਹਨੂੰ ਕਿੱਦਾਂ ਕਰਾਂਗੇ, ਉਹ ਕਹਿੰਦਾ ਭਾਜੀ ਕੋਈ ਚੱਕਰ ਨਹੀਂ, ਤੁਹਾਨੂੰ ਠੰਡ ਨੀ ਮੈਂ ਲੱਗਣ ਦਿੰਦਾ, ਮੈਂ ਕਿਹਾ ਉਹ ਕਿੱਦਾਂ, ਕਹਿੰਦਾ ਚਲੋ ਮੇਰੇ ਨਾਲ, ਉਹਨੇ ਭਾਜੀ ਪਤਾ ਨੀ ਕਿਹੜੀ ਮੱਛੀ ਲਈ, 35 ਪਾਉਂਡ ਦੀ ਆਈ ਆ ਥੋੜੀ ਜਿਹੀ, ਉਹ ਬਿਲਕੁਲ ਹੀ ਉਹ ਲਿਆ ਕੇ ਉਹਨੇ ਮੈਨੂੰ ਖਿਲਾਈ, ਯਕੀਨ ਕਰਿਓ ਮੈਨੂੰ ਅਗਲੇ ਦਿਨ ਠੰਡ ਹੀ ਨੀ ਲੱਗੀ, ਸਿਰਫ ਮੇਰਾ ਨੱਕ ਠੰਡ ਦੇ ਨਾਲ। ਓਹ ਮਾਈ ਗੋਡ, ਚੜ੍ਹਦੀ ਕਲਾ ਗੈਟ, ਦੇਖੋ ਜੀ ਗੈਟ ਫੰਕੀ, ਗੈਟ ਫੰਕੀ ਵਾਲਾ ਵੈਸੇ ਵੀ ਉਹ ਜਿਹੜਾ ਪੂਰਾ ਗੀਤ ਸੀਗਾ ਨਾ, ਉਹਦਾ ਇੱਕ ਤਾਂ ਕਨਸੈਪਟ ਬੜਾ ਕਮਾਲ ਦਾ ਸੀ ਵੀਡੀਓ ਦਾ, ਹਾਂ ਤੇ ਦੂਜਾ ਗੀਤ ਵੀ ਬੜਾ ਬਾਕਮਾਲ ਬਣਿਆ ਸੀ ਉਹ। ਉਹ ਸੈਂਟਰ ਲੰਡਨ ਦੇ ਵਿੱਚ ਘੱਟੋ ਘੱਟ ਆਪਾਂ ਸਾਰਾ ਦਿਨ ਹੀ ਬੱਸ ਘੁਮਾਉਂਦੇ ਰਹੇ ਭਾਜੀ, ਸਾਰਾ ਦਿਨ। ਅੱਛਾ ਹਾਂ, ਗੋਰੀਆਂ ਗੋਰੀਆਂ ਲਈਆਂ ਸੀ ਵਿੱਚ, ਹੋਰ ਕਾਫੀ ਸੀਗੇ ਉਹਦੇ ਵਿੱਚ, ਤੇ ਬਹੁਤ ਸੋਹਣਾ ਬਣਿਆ ਸੀ ਗੀਤ, ਉਹ ਪੂਰੇ ਲੰਡਨ ਚ ਬੱਸ ਘੁੰਮਦੀ ਰਹੀ ਸੈਂਟਰ ਲੰਡਨ ਦੇ ਵਿੱਚ, ਬਹੁਤ ਅਲੱਗ ਕਨਸੈਪਟ ਸੀ ਵੈਸੇ, ਬਹੁਤ ਕਮਾਲ ਦਾ ਬਣਿਆ ਸੀ, ਗੈਟ ਫੰਕੀ ਹੋ ਗਿਆ, ਈਵਨ ਸਿੱਧਾ ਸਾਦਾ ਸਿੱਧਾ ਸਾਦਾ ਵੱਡੀਆਂ ਵੱਡੀਆਂ ਵੀਡੀਓ ਕਰ ਛੱਡੀਆਂ। ਔਰ ਦੇਖੋ ਜੀ ਤਾਈ, ਤਾਂ ਅਸੀਂ ਤੁਹਾਨੂੰ ਸੈਣੀ ਸੁਰਿੰਦਰ ਕਹਿੰਦੇ ਆ, ਐਵੇਂ ਨਹੀਂ ਤੁਸੀਂ ਐ ਵੀ ਬੰਦੇ ਨਹੀਂ ਹੈਗੇ ਇੰਡਸਟਰੀ ਚ, ਕਿਉਂਕਿ ਦੇਖੋ ਇੰਡਸਟਰੀ ਦੇ ਬਜ਼ੁਰਗ ਬੰਦੇ ਹੋ ਗਏ ਹੁਣ ਅਸੀਂ, ਹੈ ਪਰ ਇਦਾਂ ਹੈ ਨਾ, ਦੇਖੋ ਹੁਣ ਇਹ ਨਾ ਤੁਸੀਂ ਕਹੋ ਕਿ ਮੈਂ ਦਾੜੀ ਤੇ ਰੰਗ ਲਾਉਂਦਾ, ਇਹ ਨਹੀਂ ਹੋ ਸਕਦਾ, ਇਹ ਮੈਂ ਨਹੀਂ ਮੰਨ ਸਕਦਾ, ਦਾੜੀ ਤੇ ਰੰਗ ਨਹੀਂ ਭਾਜੀ ਕਦੇ ਵੀ ਲਾਇਆ, ਅੱਜ ਤੱਕ ਨਹੀਂ ਲਾਇਆ। ਇਹ ਵਾਕਿਆ ਭਾਜੀ ਮੇਰੇ ਨਾਲ ਹੋਇਆ ਹੁਣੇ ਥੋੜੇ ਦਿਨ ਪਹਿਲਾਂ, ਹਾਂ ਮੈਂ ਸ਼ੂਟਿੰਗ ਤੇ ਸੀ, ਹਾਂ ਸ਼ੂਟਿੰਗ ਆਪਣੀ ਚੱਲ ਰਹੀ ਸੀ, ਦੈਨ ਮੇਰੀ ਕੋ ਆਰਟਿਸਟ ਕੁੜੀ, ਮੈਂ ਦੇਖੋ ਜਿਹੜੀ ਆਉਂਦਾ ਆਪਣੇ ਨਾਲ ਬੜਾ, ਉਹ ਵੀ ਆਰਟਿਸਟ, ਆਪਾਂ ਵੀ ਆਰਟਿਸਟ ਦਾ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ, ਤੇ ਸਾਡਾ ਸੀਨ ਸੀਗਾ ਇਕੱਠੇ, ਅਸੀਂ ਇੱਕ ਟੇਬਲ ਤੇ ਬੈਠੇ ਹੋਏ ਆ, ਤੇ ਮਤਲਬ ਤੇ ਬੈਠੇ ਅਸੀਂ ਗੱਲ ਕਰ ਰਹੇ ਹਾਂ ਨਾ, ਗੱਲ ਕਰਦੇ ਕਰਦੇ ਆਪਣਾ ਜਦ ਤੱਕ ਕਹਿੰਦੇ ਲੈਂਸ ਚੇਂਜ ਕਰਨਾ, ਕੈਮਰੇ ਦਾ ਲੈਂਸ ਚੇਂਜ ਹੋਣਾ ਸੀ, ਤੇ ਹੋਰ ਕਾਫੀ ਕੁਛ ਹੋਣਾ ਸੀਗਾ ਨਾ, ਮਤਲਬ ਲਾਈਟਿੰਗ ਲੂਟਿੰਗ ਪ੍ਰੋਪਰ ਚੈੱਕ ਹੋਣੀ ਸੀ, ਅਸੀਂ ਉੱਥੇ ਹੀ ਬੈਠੇ ਰਹੇ। ਮੈਨੂੰ ਮਤਲਬ ਕੁੜੀ ਕਹਿੰਦੇ ਕਹਿੰਦੇ ਤੁਹਾਡੀ ਸਟੱਡੀ ਕੰਪਲੀਟ ਹੋ ਗਈ, ਸਟੱਡੀ ਕੰਪਲੀਟ ਹੋ ਗਈ ਮਤਲਬ ਇਹਨੂੰ ਪਤਾ ਨੀ ਮੇਰੇ ਬਾਰੇ ਇੰਨਾ, ਸਟੱਡੀ ਕੰਪਲੀਟ ਮਤਲਬ ਕੀ ਕਹਿ ਰਹੇ ਹੋ, ਕਹਿੰਦੀ ਤੁਹਾਡੀ ਸਟੱਡੀ ਕਿਹੜੀ ਕਲਾਸ ਤੁਸੀਂ ਪੜ੍ਹਦੇ, ਮੈਂ ਕਿਹਾ ਮੈਂ ਤਾਂ ਕਿਹੜੇ ਟਾਈਮਾਂ ਦਾ ਪੜ੍ਹ ਚੁੱਕਾ, ਤੂੰ ਕਿਹੜੇ ਘੁੰਮੀ, ਕਹਿੰਦੀ ਨਹੀਂ ਤੁਸੀਂ ਲੱਗਦੇ ਨੀ ਸਟੱਡੀ ਤੁਹਾਡੀ, ਤੁਸੀਂ ਲੱਗਦੇ ਤੁਸੀਂ ਸਟੂਡੈਂਟ ਹੈ ਹਾਲੇ, ਤੁਸੀਂ ਝੂਠ ਬੋਲਦੇ ਮੈਨੂੰ, ਮੈਂ ਕਿਹਾ ਨਹੀਂ ਮੈਂ ਸਟੱਡੀ ਕਰ ਚੁੱਕਾ ਕਾਫੀ ਟਾਈਮ ਦਾ, ਹੁਣ ਨੀ, ਮੈਂ ਕਿਹਾ ਅਸੀਂ ਤਾਂ ਉਹਨਾਂ ਟਾਈਮਾਂ ਦੇ ਬੰਦੇ ਆ ਜਦੋਂ ਸਾਰਾ ਲਾਈਵ ਚੱਲਦਾ ਹੁੰਦਾ ਸੀ ਕੰਮ, ਕਹਿੰਦੀ ਉਹਨੇ ਮੈਨੂੰ ਧਿਆਨ ਨਾਲ ਦੇਖਿਆ ਕਿ ਯਾਰ ਦਾੜੀ ਦੂੜੀ ਨੂੰ ਵੀ ਕੁਛ ਨੀ ਲੱਗਾ ਹੋਇਆ ਇੱਦਾਂ ਦਾ, ਮੈਂ ਕਿਹਾ ਇਹ ਮੇਨਟੇਨ ਨਹੀਂ ਕੀਤਾ ਹੋਇਆ ਇੱਦਾਂ ਹੀ, ਬਾਕੀ ਗੋਡ ਗਿਫਟ ਹੈ ਪਰਮਾਤਮਾ ਦੀ ਕਿਰਪਾ ਹੈ, ਨੀ ਆਪਣੇ ਹੈ ਆਪਾਂ, ਮੈਂ ਕਿਹਾ ਉਹੀ ਆ ਉਹਨਾਂ ਟਾਈਮਾਂ ਤੋਂ ਲੈ ਕੇ ਅੱਜ ਦੇ ਟਾਈਮ ਤੱਕ ਆ ਗਿਆ, ਹੁਣ ਕੀ ਉਦੋਂ ਮੈਂ ਸਟੂਡੀਓ ਜਾਂਦਾ ਸੀ, ਅਸੀਂ ਬੁਲਾਉਂਦੇ ਹੁੰਦੇ ਸੀ ਕਿ ਬੈਂਜੋ ਵਾਲੇ ਨੂੰ ਬੁਲਾ ਲਓ, ਸਰੰਗੀ ਵਾਲੇ ਨੂੰ ਬੁਲਾ ਲਓ, ਢੋਲ ਵਾਲੇ ਨੂੰ ਬੁਲਾ ਲਓ, ਤਪਲੇ ਵਾਲੇ ਨੂੰ ਬੁਲਾ ਲਓ, ਫਿਰ ਉਹ ਨਾ ਕੇ ਆਪਣਾ ਰਿਆਜ਼ ਕਰਕੇ ਸਾਰਾ ਕੁਛ, ਫਿਰ ਇੱਕ ਟੇਕ ਨਾਲ ਉਹਨੂੰ ਰਿਕਾਰਡ ਕਰਦੇ ਹੁੰਦੇ ਸੀ, ਆਪਾਂ ਫੋਨ ਕਰੀਦਾ ਸੀ ਹਾਂਜੀ ਸਟੂਡੀਓ ਫ੍ਰੀ ਹੈ, ਫ੍ਰੀ ਹੈ ਜੀ, ਕੱਲੇ ਜਾਈਦਾ ਗੀਤ ਕਰਕੇ ਆ ਜਾਈਦਾ, ਸੋ ਉਸ ਟਾਈਮ ਤੋਂ ਲੈ ਕੇ ਇਸ ਟਾਈਮ ਦਾ ਸਫ਼ਰ ਜਿਹੜਾ ਉਹ ਦੁਨੀਆ ਦੇਖ ਲਈ ਆਪਾਂ, ਆਈ ਹੈ ਨਾ ਇੱਥੇ ਮੈਂ ਆਣ ਗਿਆ ਸੀ, ਕਿਉਂਕਿ ਕਾਫੀ ਐਕਸਪੀਰੀਅੰਸ ਤੁਸੀਂ ਕੀਤਾ ਇਨ ਦ ਸੈਂਸ ਕਿ ਟੈਕਨੋਲੋਜੀ ਚੇਂਜ ਹੋਈ ਟਾਈਮ ਦੇ ਨਾਲ, ਹਨਾ ਪਹਿਲੇ ਜਿੱਦਾਂ ਤੁਸੀਂ ਜ਼ਿਕਰ ਕਰਦੇ ਇੱਕ ਟੇਕ 'ਚ ਗਾਣਾ, ਅੱਜ ਦੀ ਡੇਟ 'ਚ ਅਗਰ ਸੁਰ ਗਲਤ ਲੱਗ ਗਿਆ ਜਾਂ ਟਿਊਨ 'ਚ ਨਹੀਂ ਹੈ ਜੋ ਵੀ ਆ,
ਤੁਸੀਂ ਕੱਟ ਕਰਕੇ ਉਹ ਦੁਬਾਰਾ ਤੁਸੀਂ ਕਰ ਸਕਦੇ ਹੋ। ਕਈ ਤਾਂ ਆਟੋ ਟਿਊਨ ਕਰ ਦਿੰਦੇ ਹਨਾ, ਫਿਰ ਜਿਹੜੀ ਕਮਿਊਨੀਕੇਸ਼ਨ ਆ ਉਹ ਵੀ ਸਹੀ ਹੋ ਗਈ ਕਿ ਤੁਸੀਂ ਵੋਕਲ ਕਰਕੇ ਈਮੇਲ ਤੇ ਭੇਜ ਦੋ ਜਾਂ ਲਿੰਕ ਡਰਾਉਣ ਦੀ ਲਿੰਕ ਭੇਜ ਦੋ। ਮਿਊਜ਼ਿਕ ਕਿਤੇ ਹੋ ਰਿਹਾ, ਬੰਦਾ ਕਿਤੇ ਬੈਠਾ, ਹਾਂ ਤੇ ਰਿਕਾਰਡਿੰਗ ਕਿਤੇ ਹੋਈ ਹੈ ਉਹਦੀ, ਕਿਸੇ ਹੋਰ ਜਗ੍ਹਾ ਹੋਈ ਆ, ਮਿਊਜ਼ਿਕ ਕਿਸੇ ਹੋਰ ਜਗ੍ਹਾ ਆਇਆ, ਮਿਕਸ ਮਾਸਟਰ ਕਿਸੇ ਹੋਰ ਜਗ੍ਹਾ ਹੋਇਆ। ਨਜ਼ਾਰਾ ਹੁੰਦਾ ਸੀ ਯਾਰ, ਮੇਰੀ ਵੀ ਟੇਪ ਸ਼ੈਲਫ ਤੇ ਪਈ ਹੋ, ਹਨਾ ਲੋਕੀ ਖਰੀਦ ਰਹੇ ਆ ਹਨਾ। ਅੱਜ ਕੱਲ ਚਲੋ ਡਿਜੀਟਲ ਪਲੇਟਫਾਰਮ ਹੋ ਗਿਆ ਜੀ, ਪਹਿਲੇ ਰਿਕਾਰਡਿੰਗ ਨੂੰ ਕਿੰਨਾ ਕਿੰਨਾ ਟਾਈਮ ਲੱਗਦਾ ਸੀ, ਪ੍ਰਿੰਟ ਹੋਣ ਜਾਂਦੇ ਸੀ ਪੋਸਟਰ ਨਾਲੇ, ਸੀਡੀ ਪ੍ਰਿੰਟ ਹੋਣ ਜਾਂਦੇ ਸੀ, ਪ੍ਰਿੰਟ ਹੋ ਗਏ ਸੀ, ਬਣ ਕੇ ਆਉਂਦੇ ਸੀ, ਕਿੰਨਾ ਆਰਡਰ ਦੇਣਾ ਤੁਸੀਂ, ਇੰਨੀ ਸੀਡੀ ਦਾ ਆਰਡਰ ਦੇ ਰਹੇ ਹੋ, ਇੰਨੀ ਕੈਸ਼ ਦਾ ਆਰਡਰ ਦੇ ਰਹੇ ਹੋ, ਇੰਨੇ ਪੋਸਟਰ ਤਿਆਰ ਹੋ ਗਿਆ, ਕਿੱਥੋਂ ਪੋਸਟਰ ਆਣੇ ਬਣ ਕੇ, ਸੀਡੀਆਂ ਆਣੀਆਂ ਬਣ ਕੇ, ਫਿਰ ਉਹਦੇ ਪੋਸਟਰ ਆਣੇ, ਉਹਨਾਂ ਨੂੰ ਬੈਠ ਕੇ ਆਪ ਪੈਕ ਕਰਨਾ ਸਾਰਿਆਂ ਨੂੰ, ਆਪ ਪੈਕ ਕਰਦੇ, ਫਿਰ ਪੈਕ ਕਰਕੇ ਫਿਰ ਡਿਸਟ੍ਰੀਬਿਊਟਰ ਨੂੰ ਦੇਣੀਆਂ, ਅੱਗੇ ਡਿਸਟ੍ਰੀਬਿਊਟ ਕਰਨ ਨੂੰ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ, ਫਿਰ ਜਾ ਕੇ ਮਾਲ ਲਿਖਾਣਾ ਵੀ ਇੰਨਾ ਮਾਲ ਤੁਹਾਡੇ ਕੋਲ ਆ ਗਿਆ, ਫਿਰ ਜਾ ਕੇ ਬਾਅਦ ਚ ਕਲੈਕਸ਼ਨ ਕਰਨੀ ਉਹਨਾਂ ਕੋਲੋਂ ਵੀ ਇੰਨਾ ਮਾਲ ਵਿਕਿਆ, ਇੰਨਾ ਹੋਇਆ, ਕੀ ਰਿਸਪੋਂਸ ਹੈ। ਜਦੋਂ ਤੁਸੀਂ ਫਰਜ ਕਰੋ ਜਦੋਂ ਉਸ ਟਾਈਮ ਸੇਲ ਹੁੰਦੀ ਸੀ, ਚਲੋ ਸੀਡੀਆਂ ਵਿਕੀਆਂ, ਸਮੈਸ਼ ਹਿੱਟ ਹੋ ਗਿਆ, ਲੋਕਾਂ ਨੇ ਖਰੀਦੀਆਂ, ਬਲੌਕਬਸਟਰ ਹੋ ਗਿਆ ਗਾਣਾ ਜੀ, ਹਿੱਟ ਹੋ ਗਈ ਐਲਬਮ, ਹਨਾ। ਅੱਜ ਦੀ ਡੇਟ ਤੇ ਤੁਸੀਂ ਓਨਲੀ ਹਿੱਟ ਐਲਬਮ ਨੂੰ ਜਾਂ ਹਿੱਟ ਸੌਂਗ ਨੂੰ ਜਿਹੜੇ ਆਡੀਅੰਸ ਲਿਸਨਰਸ ਆ ਉਹਨਾਂ ਦੇ ਕਮੈਂਟਾਂ ਤੋਂ ਹੀ ਬੰਦੇ ਨੂੰ ਥੋੜਾ ਬਹੁਤਾ ਪਤਾ ਲੱਗ ਸਕਦਾ ਕਿ ਹਾਂ ਯਾਰ ਵਧੀਆ ਬਣਿਆ ਰਿਸਪੌਂਸ। ਔਰ ਉਸ ਟਾਈਮ ਚ ਭਾਜੀ ਪਤਾ ਕੀ, ਉਸ ਟਾਈਮ ਜਿਹੜੇ ਸੁਣਨ ਵਾਲੇ ਜਿਹਨਾਂ ਨੂੰ, ਉਹਨਾਂ ਨੂੰ ਇੱਕ ਉਹ ਵੀ ਇੱਕ ਵੇਟ ਕਰਦੇ ਹੁੰਦੇ ਸੀ, ਉਹ ਕਿ ਟੇਪ ਆਵਾਂਗੇ ਮਾਰਕੀਟ ਤੋਂ ਲੈ ਕੇ ਆਵਾਂਗੇ, ਟੇਪ ਸੁਣਾਂਗੇ ਸਾਰੀ, ਔਰ 6 ਗੀਤ ਹੁੰਦੇ ਸੀ, 6 ਗੀਤਾਂ ਨੂੰ ਘੱਟੋ ਘੱਟ 5-5 ਮਹੀਨੇ ਵਜਾਉਂਦੇ ਹੁੰਦੇ ਸੀ ਲੋਕੀ, ਟੇਪ ਲੈ ਕੇ ਆਣੀ 45 ਰੁਪਏ ਦੀ ਆਣੀ, 20 ਰੁਪਏ ਦੀ ਟੇਪ ਆਣੀ ਨਵੀਂ, ਉਹ ਬੁਲਾਣੀ ਬਾਰ ਬਾਰ ਉਹਨੂੰ ਚਲਾ ਕੇ ਸੁਣਨਾ, ਟੇਪ ਦੇ ਵਿੱਚ ਕੁਛ ਹੁੰਦਾ ਸੀ, ਕੋਈ ਕੋਈ ਟੇਪ ਆਉਂਦੀ ਸੀ ਮਹੀਨੇ ਚ 1-2 ਟੇਪਾਂ ਆਉਂਦੀਆਂ, ਅੱਜ ਕੱਲ ਤਾਂ ਡੇਲੀ 10-10-20-20 ਤਾਂ ਗੀਤ ਨਵੇਂ ਰਿਲੀਜ਼ ਹੁੰਦੇ ਆ ਹਰ ਘੰਟੇ ਦੇ ਵਿੱਚ। ਯੈਸ, ਸੁਣੂਗਾ ਵੀ ਕਿੰਨਾ ਬੰਦਾ ਘਰ ਘਰ ਕਲਾਕਾਰ, ਕਿਉਂਕਿ ਦੇਖੋ ਕਲਾਕਾਰ ਵੀ ਕਾਫੀ ਹੋ ਗਏ ਆ ਨਾ ਹੁਣ, ਇਨ ਦ ਸੈਂਸ ਕਿ ਜਿਹੜੀ ਹੁਣ ਜਿਹੜੀ ਜਨਰੇਸ਼ਨ ਵੀ ਚੱਲ ਰਹੀ ਆ, ਕੋਈ ਨਾ ਕੋਈ ਜਿੱਦਾਂ ਹੁਣ ਕਈ ਯੰਗਸਟਰ ਹੈਗੇ ਆ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਵੀ ਥੋੜਾ ਕੁ ਮਿਊਜ਼ਿਕ ਲਾਈਨ ਦੇ ਵਿੱਚ ਆਈਏ, ਆਪਣਾ ਇੱਕ ਐਸਟੈਬਲਿਸ਼ਮੈਂਟ ਕਰੀਏ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀਕਲੀ ਕੋਈ ਨਾ ਕੋਈ। ਹਾਂ ਬਹੁਤ ਸੋਹਣਾ ਕਰ ਰਿਹਾ, ਹਾਂ ਓ ਯੈਸ, ਹਾਂ ਵਾਹ ਕਮਾਲ ਹੈਗੀ ਆ ਮੁੰਡਾ ਕੋਲ ਤੇ ਕਨਸੈਪਟ, ਜਦੋਂ ਅਸੀਂ ਗੀਤ ਗਾਉਂਦੇ ਸੀ ਲੱਗਦਾ ਨਹੀਂ ਸੀ ਯਾਰ ਇਹ ਤੋਂ ਬਿਨਾਂ ਹੋਰ ਕੀ ਆਊਗਾ ਕਨਸੈਪਟ, ਹੋਰ ਕੀ ਆ ਸਕਦਾ, ਹਾਂ ਲਿਖਣ ਵਾਲੇ ਵੀ ਕੱਢੀ ਜਾ ਰਹੇ ਕਨਸੈਪਟ, ਨਵੇਂ ਤੇ ਨਵਾਂ ਆ ਰਿਹਾ ਡੇਲੀ, ਦੇਖੋ ਸੁਣਨ ਨੂੰ ਕਿੰਨੇ ਸੋਹਣੇ ਲੱਗਦੇ ਆ। ਇਹਦੀ ਵਜ੍ਹਾ ਨਾਲ ਮੈਂ ਕਿਹਾ ਸਾਡਾ ਜਿਹੜੀ ਸਾਡੀ ਇੰਡਸਟਰੀ ਵੀ ਆ ਪੰਜਾਬੀ ਮਿਊਜ਼ਿਕ ਇੰਡਸਟਰੀ, ਇਸ ਕਰਕੇ ਵੀ ਗਰੋ ਹੋ ਗਈ ਆ ਵਰਲਡ ਵਾਈਡ, ਕਿਉਂਕਿ ਇੱਕ ਤਾਂ ਸਾਡਾ ਜਿਹੜਾ ਜੋ ਸਾਡਾ ਸਟਾਈਲ ਆ ਗਾਇਕੀ ਦਾ ਜਾਂ ਕੰਟੈਂਟ ਜੋ ਲੈ ਕੇ ਅਸੀਂ ਆਉਂਦੇ ਹਾਂ, ਉਹ ਮੇਰਾ ਖਿਆਲ ਬਾਲੀਵੁੱਡ ਤੋਂ ਵੀ ਅੱਗੇ ਮੈਂ ਕਹਿ ਸਕਦਾ ਹੋ ਗਿਆ। ਬਾਲੀਵੁੱਡ ਦੀ ਮਜਬੂਰੀ ਹੋ ਗਈ ਆ ਕਿ ਇੱਕ ਗੀਤ ਪੰਜਾਬੀ ਪਾਉਣਾ ਪਾਉਣਾ ਜਾਂ ਫਿਲਮ ਦੇ ਵਿੱਚ ਜੋ ਮਰਜ਼ੀ ਹੋ ਜਾਏ, ਜੋ ਮਰਜ਼ੀ ਹੋ ਜਾਏ, ਹਾਂ ਕਿਉਂਕਿ ਉਹਨੇ ਹੀ ਹਿੱਟ ਕਰਨਾ। ਹਾਂਜੀ ਹਾਂਜੀ ਹਾਂਜੀ, ਬਾਲੀਵੁੱਡ ਦੇ ਗੀਤ ਕਿੰਨੇ ਕਿੰਨੇ ਗੀਤ ਆਪਣੇ ਹੈਗੇ ਜਿਹੜੇ ਬਾਲੀਵੁੱਡ ਦੇ ਵਿੱਚ ਚੱਲਦੇ ਆ ਦੇਖ ਲਓ ਜੀ, ਈਵਨ ਤੁਸੀਂ ਦੇਖੋ ਕਿੰਨੇ ਹੈਗੇ ਆ ਮੁੰਡਿਆਂ ਤੋਂ ਬਚ ਕੇ ਰਹੇ ਨੇ, ਤੂੰ ਹੁਣੇ ਮੁਟਿਆਰ ਜੰਝੂ ਸਾਹਿਬ ਜੀ ਦਾ ਗੀਤ ਦੇਖ ਲਓ, ਲਾਭ ਜੰਝੂ ਉਹ ਗੋਰੇ ਵੀ ਗਾਉਂਦੇ ਆ ਸਾਰੇ ਦੇਖ ਲਓ, ਕੱਲੇ ਕੱਲੇ ਗੋਰੇ ਨੂੰ ਪਤਾ ਹੈ ਉਹਦੇ ਬਾਰੇ ਕਿਹੜਾ ਗੀਤ ਹੈ ਇਹ, ਉਹ ਚੜਿਆ ਵੀ ਗੀਤ ਉਹ ਏਦਾਂ ਸੀਗਾ ਜੀ, ਕਿਉਂਕਿ ਮੈਨੂੰ ਯਾਦ ਆ ਅਜੇ ਵੀ, ਮੈਂ ਖਿਆਲ ਹਾਈ ਸਕੂਲ ਚ ਮੈਂ ਪੜ੍ਹਦਾ ਸੀ, ਪਹਿਲਾ ਸਾਲ ਸੀ ਮੇਰਾ ਹਾਈ ਸਕੂਲ ਦਾ ਜੇ ਉਹ ਰਿਲੀਜ਼ ਹੋਇਆ ਸੀ, ਆਈ ਥਿੰਕ ਉਸ ਸਾਲ ਦੇ ਵਿੱਚ ਹੀ ਉਸ ਗੀਤ ਨੂੰ ਇੰਨਾ ਮਕਬੂਲੀਅਤ ਮਿਲੀ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਉਹ ਤਾਂ ਗੋਰੇ ਅੰਗਰੇਜ਼ ਸਾਰੇ ਉਸ ਗਾਣੇ ਤੋਂ ਫੈਮਿਲੀਅਰ ਹੋ ਗਏ ਜੀ। ਹਾਂ ਹਾਂ, ਸੋ ਐਂਡ ਆਫ ਡੇ ਜੇ ਦੇਖਿਆ ਜਾਵੇ ਇੰਗਲੈਂਡ ਆ ਚੱਲ ਰਿਹਾ, ਹਾਂ ਚੱਲ ਰਿਹਾ। ਅੱਛਾ ਜਗੀਤ ਐਮ ਜੀ ਇਹ ਵੀ ਕੈਨੇਡਾ ਦਾ ਹੀ ਹੈ ਜੀ, ਦੇਖ ਰਹੇ ਸਾਨੂੰ, ਕਹਿੰਦੇ ਜੀ ਰਾਈਟ, ਪੰਜਾਬ ਇਜ਼ ਰੌਕਿੰਗ ਬਾਲੀਵੁੱਡ। ਬਿਲਕੁਲ ਜੀ, ਪੰਜਾਬ ਨੇ ਕਹਿ ਲਓ ਮਤਲਬ ਇੰਡਸਟਰੀ ਸਾਰੀ ਲੈ ਲਈ ਉਹਨਾਂ ਨੇ ਇੱਕ ਕਿਸਮ ਦੇ, ਕਿਉਂਕਿ ਸਿਨੇਮਾ ਵੀ ਬੜਾ ਕਮਾਲ ਦਾ ਹੋ ਗਿਆ ਹੁਣ ਪੰਜਾਬ ਦਾ। ਸੋਰੀ ਭਾਜੀ ਮੈਂ ਕਹਿ ਰਿਹਾ, ਜੇ ਤੁਸੀਂ ਕਿਸੇ ਨੇ ਸਾਨੂੰ ਕੋਈ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਆ, ਅਸੀਂ ਬੈਠੇ ਆ ਅੱਜ ਤੁਹਾਡੀਆਂ ਸਾਰੀਆਂ ਗੱਲਾਂ ਦੇ ਜਵਾਬ ਦੇ। ਬਿਲਕੁਲ ਬਿਲਕੁਲ,
ਇੱਕ ਦੇਖੋ ਨਾ ਸਵਾਲ ਮੈਂ ਨੋਟਿਸ ਤੇ ਕੀਤਾ ਸੀ, ਕਿਸੇ ਨੇ ਪੁੱਛਿਆ ਸੀ ਸਵਾਲ ਜੀ। ਅੱਛਾ ਹਾਂ, ਕਿਸੇ ਨੇ ਪੁੱਛਿਆ ਸੀ, ਅਗਰ ਮੈਨੂੰ ਨਾਮ ਮਿਲ ਜਾਏ ਉਹਨਾਂ ਦਾ, ਇਹ ਪੁੱਛ ਰਹੇ ਸੀਗੇ ਕਿ ਤੁਸੀਂ ਕੈਨੇਡਾ ਕਦੋਂ ਆ ਰਹੇ ਹੋ ਪਰਫਾਰਮ ਕਰਨ? ਮੈਂ ਅਕਤੂਬਰ ਦੇ ਵਿੱਚ ਜਿਹੜਾ ਮੇਰਾ ਸ਼ੋਅ ਹੈਗੇ ਉਹ ਹੈਗੇ ਆ ਅਮਰੀਕਾ ਦੇ ਵਿੱਚ, ਤੇ ਅਗਸਤ ਸਤੰਬਰ ਮੇਰਾ ਜਿਹੜਾ ਬੁੱਕ ਹੈਗਾ ਇਹ ਹੈਗਾ ਇੰਗਲੈਂਡ ਦੇ ਵਿੱਚ, ਐਂਡ ਕੈਨੇਡਾ ਦੇ ਵਿੱਚ ਹਲੇ ਕੋਈ ਆ ਸ਼ੋਅ ਹੈਗੇ ਪਰ ਮੈਂ ਹਲੇ ਉੱਥੇ ਦਾ ਕੋਈ ਪਲਾਨ ਕੀਤਾ ਨਹੀਂ ਸੀ, ਬਟ ਮੈਨੂੰ ਜਿੱਥੇ ਤੱਕ ਉਮੀਦ ਹੈ ਮੈਂ ਉੱਥੇ ਹੋਊਗਾ ਨਵੰਬਰ ਤੇ ਦਸੰਬਰ ਦੇ ਵਿੱਚ। ਕੈਨੇਡਾ ਦੀ ਠੰਡ ਦਾ ਨਜ਼ਾਰਾ ਲੈਣਾ ਹੈ ਤੁਸੀਂ ਨਵੰਬਰ ਦਸੰਬਰ ਦਾ? ਕੈਨੇਡਾ ਨਾਲ ਪਿਆਰ ਵਾਧੂ ਪਿਆਰ ਹੈ ਕੈਨੇਡਾ ਦੇ ਨਾਲ, ਕਿੰਨੇ ਹੀ ਸ਼ੋਅ ਕੀਤੇ ਮੈਂ ਕੈਨੇਡਾ ਦੇ ਵਿੱਚ, ਬਹੁਤ ਜ਼ਿਆਦਾ ਸ਼ੋਅ ਕੀਤੇ, ਉੱਥੇ ਦੀ ਸਨੋਅ ਦਾ ਨਜ਼ਾਰਾ ਵੀ ਲਿਆ ਹੋਇਆ, ਰੈਂਡੀ ਜੇ ਮੁੰਡਾ ਹੈਗਾ ਉਹਦੇ ਨਾਲ ਗੀਤ ਬਣਾਇਆ ਸੀ, ਉਹ ਵੀ ਉੱਥੇ ਸ਼ੂਟ ਕੀਤਾ ਸੀ, ਵਾਧੂ ਸ਼ੋਅ ਕੀਤੇ ਆ, ਤੇ ਮਤਲਬ ਨਜ਼ਾਰਾ ਉੱਥੇ ਦਾ ਨਜ਼ਾਰਾ ਤਾਂ ਮਤਲਬ ਭੁੱਲਦਾ ਨੀ, ਪੰਜਾਬੀ ਉੱਥੇ ਵੱਜਦੇ ਆ, ਉਹਦਾ ਸੜਕਾਂ ਤੇ ਵੀ ਆਪਣੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ। ਹਾਂ ਦੇਖੋ ਇਹ ਇਹ ਗੱਲ ਹੈ ਨਾ, ਕਿਉਂਕਿ ਦੇਖੋ ਜੀ ਪੂਰਾ ਪੰਜਾਬ ਤੋਂ ਕੈਨੇਡਾ ਚ ਬੈਠਾ ਹੈ ਜੀ ਜੀ, ਸੋ ਉਹ ਤਾਂ ਮਜਬੂਰੀ ਨਾਲ ਗਵਰਨਮੈਂਟ ਨੂੰ ਕਰਨਾ ਪਿਆ ਕਿ ਪੰਜਾਬੀ ਚ ਬੋਰਡ ਲਿਖਣੇ ਪੈਣੇ ਸਾਨੂੰ। ਪੰਜਾਬੀ ਬੱਚੀ ਹੈ ਉੱਥੇ ਜਿੱਥੇ ਜਾਂਦੇ ਆ ਪੰਜਾਬ ਬਣਾ ਰੱਖਦੇ ਆ ਆਪਣਾ, ਮਜ਼ਾ ਲੈ ਕਿਸੇ ਦੀ ਦੇਖੋ ਹੈ। ਦੇਖੋ ਜੀ ਭਾਵੇਂ ਤੁਸੀਂ ਬਰਮਿੰਗਮ ਦੇ ਸੋ ਰੋਡ ਚਲ ਜਾਓ ਹਨਾ, ਉੱਥੇ ਵੀ ਏਦਾਂ ਹੀ ਹੈ, ਵਾਧੂ ਨਜ਼ਾਰਾ ਵਾਧੂ। ਉਹ ਮੈਂ ਬਾਜੀ ਹੁਣ ਜਿੱਦਣ ਹੁਣ ਮੈਂ ਇੰਗਲੈਂਡ ਦੇ ਵਿੱਚ ਸੀ ਤੇ ਮੈਨੂੰ ਕਹਿੰਦਾ ਆਪਣੇ ਭੁੱਲਰ ਸਾਹਿਬ ਕਹਿੰਦੇ, ਤੇ ਆਪਾਂ ਵਿਆਹ ਦੀ ਸ਼ੋਪਿੰਗ ਕਰਨੀ ਸੀ, ਮਤਲਬ ਬ੍ਰਦਰ ਦਾ ਹੀ ਵਿਆਹ ਸੀ ਡੈਨੀ ਦਾ, ਤੇ ਆਪਾਂ ਉਹਦੇ ਵਿਆਹ ਦੀ ਸ਼ੋਪਿੰਗ ਕਰਨੀ ਸੀ, ਮੈਨੂੰ ਕਹਿੰਦੇ ਭਾਜੀ ਚੱਲਦੇ ਆ ਆਪਾਂ ਸਲੋ ਦੇ ਵਿੱਚ ਚੱਲਦੇ ਆ, ਸਲੋ ਸਲੋ ਨੀ ਆਪਣਾ ਹਾਂਜੀ ਸੋਹਰ ਹੋਣ ਨੀ ਭਾਜੀ ਲੰਡਨ ਦੇ ਵਿੱਚ ਸਾਊਥ ਹੋਲ, ਸਾਊਥ ਹਾਲ ਕਹਿੰਦਾ ਸਾਊਥ ਹਾਲ, ਠੀਕ ਹੈ ਕੋਈ ਗੱਲ ਨੀ ਚੱਲਦੇ ਜਿੱਦਾਂ ਨਾਰਮਲ ਆਪਾਂ ਨਿਕਲਦੇ ਆ ਨਾ, ਭਾਜੀ ਮੈਂ ਸਾਊਥ ਹਾਲ ਚਲੇ ਗਿਆ, ਯਕੀਨ ਕਰਿਓ ਨਾ ਤਾਂ ਦੁਕਾਨਾਂ ਚ ਕੋਈ ਫਰਕ ਇੰਡੀਆ ਨਾਲੋਂ ਤੇ ਨਾ ਲੋਕਾਂ ਚ, ਏਦਾਂ ਹੀ ਆਪਣੇ ਪੰਜਾਬੀ ਸੀਗੇ ਸਾਰੇ, ਲੱਗਦਾ ਨੀ ਸੀ ਇੰਗਲੈਂਡ ਚ, ਲੱਗਦਾ ਸੀ ਕਿ ਆਪਾਂ ਕਿਤੇ ਆਪਣੇ ਨੇੜੇ ਤੇੜੇ ਕਿਤੇ ਫਿਰ ਰਹੇ ਹਾਂ ਕਿਤੇ ਮਾਰਕੀਟ ਦੇ ਵਿੱਚ, ਸਾਰੇ ਦੁਕਾਨਾਂ ਪੰਜਾਬੀ ਔਰ ਸੂਟ ਵੀ ਇੱਥੇ ਵਾਂਗੂ ਸਿੱਟੇ ਹੋਏ ਸੀ, ਫਟਾਫਟ ਲਓ ਜੀ ਜਿਹਨੇ ਚੱਕਣਾ ਜੀ, ਰੇਟ ਵੀ ਏਦਾਂ ਹੀ। ਅੱਛਾ ਮੈਂ ਬੀਬੀਆਂ ਨਾਲ ਗਿਆ ਸੀ, ਮੇਰੇ ਨਾਲ ਆਂਟੀ ਸੀਗੇ ਤੇ ਨਾਲ ਸਾਡੇ, ਤੇ ਉਹ ਰੇਟ ਵੀ ਏਦਾਂ ਤਲਾ ਰਹੇ ਸੀਗੇ, ਨਹੀਂ ਅਸੀਂ ਤਾਂ ਤੈਨੂੰ 60 ਪਾਉਂਡ ਨੀ ਦੇਣੇ ਹੈਗੇ ਭਾਜੀ, ਕਿਆ ਗੱਲ ਠੀਕ ਹੈ ਯਾਰ, ਠੀਕ ਹੈ ਤਾਂ ਪੰਜਾਬ ਯਾਦ ਆ ਗਿਆ। ਪੰਜਾਬੀ ਜਿੱਥੇ ਜਾਂਦੇ ਆ ਉਹ ਆਪਣਾ ਪੰਜਾਬੀਅਤ ਵੀ ਨਾਲ ਲੈ ਕੇ ਜਾਂਦੇ ਆ, ਜਿਹੜਾ ਰੇਟ ਘਟਾਉਣ ਦਾ ਫਾਰਮੂਲਾ ਹੁੰਦਾ। ਉਹ ਬੀਬੀਆਂ ਨੇ ਕਹਿੰਦੇ ਨੇ ਉਹਦੇ ਕੋਲ 10-15 ਸੂਟ ਕਢਵਾਏ, ਲਿਆ ਇੱਕ, ਮੈਂ ਕਿਹਾ ਸਾਨੂੰ ਕਰਦੋ ਤੁਸੀਂ ਜਿੱਦਾਂ ਮਰਜ਼ੀ ਕਰਦੇ ਰਹੋ, ਹਰੇਕ ਬੰਦਾ ਪਹਿਚਾਣਦਾ ਸੀ, ਹਰੇਕ ਜਾਣਦਾ ਸੀ ਕੌਣ ਹੈ ਨਾਲ, ਹਾਂ ਭਾਜੀ ਮੈਂ ਤੁਹਾਡਾ ਗੀਤ ਦੇਖਿਆ ਸੀ ਬਹੁਤ ਸੋਹਣਾ ਗੀਤ ਆ ਉਹ, ਉੱਧਰ ਬੀਬੀਆਂ ਲੱਗੀਆਂ ਇਹ ਨੀ ਸਾਨੂੰ ਪਸੰਦ, ਹੋਰ ਕੱਢ ਭਾਈ ਇਹਦਾ ਰੇਟ, ਗਾਇਕੀ ਦੇ ਨਾਲ ਨਾਲ ਖਾਣ ਪੀਣ ਦਾ ਵੀ ਦੱਸੋ ਥੋੜਾ ਜਿਹਾ, ਕਿਉਂਕਿ ਤੁਸੀਂ ਵਲੌਗ ਵੀ ਇੱਕ ਸ਼ੁਰੂ ਕੀਤਾ ਸੀ ਨਾ ਯੂਟਿਊਬ ਤੇ? ਹਾਂਜੀ ਹਾਂਜੀ, ਵਲੌਗ ਕਰਨੇ ਸ਼ੁਰੂ ਕੀਤੇ ਸੀਗੇ ਤੁਸੀਂ, ਤੇ ਖਾਣ ਪੀਣ ਦਾ ਵੀ ਸਾਨੂੰ ਦੱਸੋ। ਹਾਂ ਵਲੌਗ ਮੈਂ ਹੁਣ ਵੀ ਕਰਦਾ, ਵਲੌਗ ਜਦੋਂ ਮੈਂ ਟਰੈਵਲ ਕਰਦਾ ਕਿਤੇ, ਯੂਟਿਊਬ ਤੇ ਮੇਰੇ ਆਫੀਸ਼ੀਅਲ ਸੈਂਡ ਸੁਰਿੰਦਰ ਮਿਊਜ਼ਿਕ ਤੇ ਜਾ ਕੇ ਸਾਰੇ ਦੇਖ ਸਕਦੇ ਆ। ਬਾਕੀ ਖਾਣ ਪੀਣ ਦਾ ਏਦਾਂ ਹੈ ਭਾਜੀ, ਮੈਂ ਸਮੋਸੇ ਖਾਂਦਾ ਹਾਂ, ਸੌਸ ਵੀ ਨਾਲ ਲਾ ਕੇ ਖਾਂਦਾ ਹਾਂ, ਤੇ ਦਹੀਂ ਦੁਹੀਂ ਸਾਰਾ ਕੁਛ ਚੱਲਦਾ ਆਪਣੇ ਕੋਲ, ਖੱਟੀਆਂ ਖੁੱਟੀਆਂ ਚੀਜ਼ਾਂ ਜਿੰਨੀਆਂ ਹੈਗੀਆਂ, ਖੱਟੀਆਂ ਮਿੱਠੀਆਂ ਸਭ ਚੱਲਦੀਆਂ, ਮਿੱਠਾ ਮਿੱਠਾ ਸਭ ਚੱਲਦਾ, ਕੋਈ ਚੱਕਰ ਨਹੀਂ ਆਪਣੇ ਕੋਲ। ਤੇ ਕੋਈ ਏਦਾਂ ਨਹੀਂ ਹੈ ਕਿ ਮੈਂ ਪਰਹੇਜ ਰੱਖਣਾ ਹੈ ਕਿ ਮੇਰੇ ਸੁਣ ਨਹੀਂ ਲੱਗਣੇ, ਤੇ ਮੈਂ ਅੱਜ ਨੂੰ ਸਮੋਸਾ ਨਹੀਂ ਖਾਣਾ, ਮੈਂ ਕੱਲ ਨੂੰ ਖਾਊਂਗਾ। ਸ਼ੋਅ ਤੋਂ 5 ਮਿੰਟ ਪਹਿਲੇ ਮੈਂ ਖਾ ਕੇ ਦੇ ਚੜਦਾ ਯਾਰ, ਕੁਛ ਖਾਣੇ ਨੂੰ ਦੇ ਦੋ ਸੌਸ, ਕੋਈ ਆਪਣੇ ਕੋਲ ਪਲੇਟ ਨਹੀਂ ਹੈਗਾ ਭਾਜੀ। ਹਾਂ ਉਹ ਕਈ ਕਹਿੰਦੇ ਹੈਗਾ ਕਿ ਬਈ ਅਸੀਂ ਕਿ ਆਹ ਚੀਜ਼ ਨੀ ਖਾਂਦੇ, ਅਸੀਂ ਤਲੀਆਂ ਚੀਜ਼ਾਂ ਨੀ ਖਾਂਦੇ, ਫਰਾਈਡ ਚੀਜ਼ਾਂ ਹੈ, ਆਰਟਿਸਟ ਵਾਸਤੇ ਚੰਗਾ ਨੀ, ਸਾਨੂੰ ਸਾਹ ਚੱਲ ਜਾਣਾ ਅਸੀਂ ਸਟੇਜ ਤੇ ਹੈ, ਕੁਛ ਨੀ ਭਾਜੀ ਆਪਣੇ ਕੋਲ, ਆਪਾਂ ਤਾਂ ਕਹਿੰਦੇ ਆਣ ਦਿਓ ਜੋ ਆਣਾ ਆਪਾਂ ਨੂੰ ਨਹੀਂ ਚਾਹੀਦਾ ਇਹਦਾ। ਦੇਖੋ ਜੀ ਆਪਣਾ ਸਿੱਧਾ ਫੰਡਾ ਹੈ, ਤੇ ਸਾਡੇ ਘੈਂਟ ਸਿੰਘ ਜੀ ਆ ਗਏ, ਕਹਿੰਦੇ ਸਤਿ ਸ੍ਰੀ ਅਕਾਲ ਆਪ ਜੀ ਨੂੰ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ, ਠੀਕ ਹੋ ਜੀ? ਸਤਿ ਸ੍ਰੀ ਅਕਾਲ, ਕੀ ਬਾਤ ਹੈ, ਘੈਂਟ ਸਿੰਘ ਇੱਕ ਸਟਾਰ, ਪ੍ਰੀਤ ਕਲਸੀ, ਤੁਹਾਡੇ ਤੁਹਾਡੇ ਫੇਵਰਿਟ ਚੱਕ ਦੇ ਡੀਜੇ ਵੀ ਆ ਗਏ ਡੋਂਕਾਸਟਰ ਤੋਂ। ਅੱਛਾ ਟੋਨੀ ਸਿੰਘ ਉਹ ਵੀ ਦੇਖ ਰਿਹਾ ਸਾਨੂੰ, ਚੱਕ ਦੇ ਡੀਜੇ ਆਪਣਾ ਗੀਤ ਆ ਰਿਹਾ ਭਾਜੀ ਟੋਨੀ ਭਾਜੀ ਦੇ ਨਾਲ, ਵਾਹ ਜੀ ਵਾਹ,
बेशक बहुत आर्टिस्टां नाल मेरी गलबात हुंदी आ, पर मैं ख्याल सैनी पाजी एक ऐसे आर्टिस्ट आ जिन्हां नाल हफ्ते च मेरा ख्याल दो तीन वारी गल हुंदी रहिंदी आ, दो तीन वार गल हो जांदी आ, हां रेगुलरली हुंदी आ जो बुक कर अगला सोचता कि यार इना सा मतलब असि करना है किस तरीके करना मतलब उस गाने दी क्योंकि दे लिरिक्स बड़े पावरफुल बड़े कमाल दा गीत आ वैसे बनया बहुत सोहना गीत है बस आया लो थोड़े दिन तैयारी आपां खिंच दित्ती होई आ सारी ते मैं इधर लगा होया क्योंकि मैं इंग्लैंड हुण मैं इंग्लैंड आ जाणा थोड़े दिन दे विच विच इंडिया च हिप हॉप ते अर्बन म्यूजिक दा जिहड़ा चल रहा अजकल मैं काफी टाइम हो गया है कोई वधिया यूके स्टाइल डांस फ्लोर वाला भंगड़ा गीत नहीं आया मैं ख्याल इस बार बस ਅਸੀਂ ਤਿਆਰੀ ਕਰੀ ਬੈਠੇ ਮੈਂ ਟੋਨੀ ਭਾਜੀ ਇਹ ਗੀਤ ਨਾਲ ਨਾਲ ਅਸੀਂ ਨੈਕਸਟ ਸੌਂਗ ਜਿਹੜਾ ਅਗਲਾ ਗੀਤ ਕਰਨਾ ਹੈ ਉਹ ਵੀ ਅਸੀਂ ਸਿਲੈਕਟ ਕਰ ਲਿਆ ਹੋਇਆ ਬਸ ਇਹ ਗੀਤ ਦੀ ਤਿਆਰੀ ਹੈ ਲੇਟ ਉਹਨਾਂ ਵੱਲੋਂ ਸਾਰਾ ਕੁਝ ਸੈੱਟ ਹੈ ਡਿਲੇ ਮੇਰੇ ਵੱਲੋਂ ਹੋ ਰਿਹਾ ਇਧਰੋਂ ਤੇ ਉਹ ਦੇਖੋ ਜੀ ਤੁਹਾਡੀ ਡਿਮਾਂਡ ਬਹੁਤ ਆ ਨਾ ਉਹ ਤੁਹਾਡੀ ਡਿਮਾਂਡ ਬਹੁਤ ਆ ਉਹ ਨਹੀਂ ਭਾਜੀ ਬਾਕੀ ਵੇਲੇ ਅੱਜ ਦਾ ਵੇਲੇ ਜੀ ਨੂੰ ਕਹਿੰਦੇ ਹੋ ਅਸੀਂ रमन भाजी नाल कर रहे वीडियो शूट दा प्लान भी इत्थे ही कर लिया सही है कमाल दा गीत बनिया सी हुण 2 आ रहा है सो सानू थोड़ा जिहा सारे दसो केड़े मुल्क च करनी चाहीदी शूट सानू किहड़ी शूट किथे करना चाहीदा हां बिलकुल वैसे एक चीज है बेशक पंजाबी गाने यू नो इंग्लैंड च कनेडा च इंडिया दे विच शूट होए आ ਮੈਂ ਕਿਹਾ ਇੱਕ ਵਾਰੀ ਬੂਟਾ ਮੁਹੰਮਦ ਹੁਣਾਂ ਨੇ ਗ੍ਰੀਸ 'ਚ ਕੀਤੀ ਸੀ ਸ਼ੂਟਿੰਗ ਹਰਭਜਨ ਮਾਨ ਭਾਜੀ ਹੁਣਾਂ ਨੇ ਵੀ ਗ੍ਰੀਸ 'ਚ ਕੀਤੀ ਸੀ ਇੱਕ ਸ਼ੂਟ ਪਰ ਕਿਸੇ ਨੇ ਅਫਰੀਕਾ ਦੇ ਜੰਗਲਾਂ 'ਚ ਹੀ ਨਹੀਂ ਕੋਈ ਸ਼ੂਟ ਕੀਤੀ ਇਹ ਕਿਉਂ ਹੋ ਭਾਜੀ ਮੈਨੂੰ ਬਖਸ਼ ਲਓ ਮੈਂ ਡਿਸਕਵਰੀ ਨਹੀਂ ਕਰਦਾ ਹੈ ਹੈ ਨਹੀਂ ਸ਼ੇਰ ਪੰਜਾਬੀ ਸਾਰੇ ਕਰਦੇ ਰਹਿੰਦੇ ਗਾਇਕ ਬਈ ਸ਼ੇਰਾਂ ਦੇ ਨਾਲ ਤੁਸੀਂ ਸ਼ੇਰਾਂ ਦੇ ਵਿੱਚ ਖੜ ਕੇ ਕਰੋ ਹੈ ਸ਼ੇਰਾਂ ਦੇ ਵਿੱਚ ਖੜ ਕੇ ਗਾਓ ਬੋਟਾਂ ਬੋਟਾਂ ਹੀ ਪਾਉਣੀਆਂ ਪੈਣੀਆਂ ਇਹ ਤਾਂ ਹੁਣ ਜਿੱਥੇ ਸਭ ਨੇ ਕਹਿਣਾ ਵੀ ਜਿਆਦਾ ਮੈਨੂੰ ਲੱਗਾ ਵੀ ਹਾਂ ਇੱਥੇ ਤਾਂ ਜਿਆਦਾ ਕਹਿ ਰਹੇ ਵੀ ਇੱਥੇ ਸ਼ੂਟ ਮੈਂ ਉੱਥੇ ਹੀ ਸ਼ੂਟ ਕਰੂੰਗਾ ਜਿਹੜੀ ਕੰਟਰੀ ਕਹਿ ਦਿੱਤਾ ਇੱਕ ਦੇਖੋ ਜੀ ਪ੍ਰੀਤ ਕਲਸੀ ਕਹਿੰਦੇ ਮੈਨੂੰ ਲੱਗਿਆ ਸ਼ਾਇਦ ਭਾਜੀ ਚੰਡੀਗੜ੍ਹ ਹੀ ਸੌਣ ਆਉਣ ਲੱਗੇ ਅੱਛਾ ਆਉਣ ਲੱਗੇ ਉਹ ਪਹਿਲੇ ਹੀ ਉਹਨੇ ਸਮਝ ਲਿਆ ਹੈ ਵੈਸੇ ਪ੍ਰੀਤ ਕਲਸੀ ਵੀ ਬੜੇ ਅੱਛੇ ਰਾਈਟਰ ਆ ਵੈਸੇ ਇਹਨਾਂ ਦੇ ਫਾਦਰ ਸਾਹਿਬ ਵੀ ਬੜੇ ਕਮਾਲ ਦੇ ਰਾਈਟਰ ਰਹਿ ਚੁੱਕੇ ਜੈਜ਼ੀ ਭਾਜੀ ਦੇ ਇਹਨਾਂ ਨੇ ਕਾਫੀ ਗੀਤ ਲਿਖੇ ਸੀਗੇ ਇਹਨਾਂ ਦੇ ਫਾਦਰ ਸਾਹਿਬ ਨੇ ਆਪਣੇ ਡਾਇਰੈਕਟਰ ਸਾਹਿਬ ਕਹਿ ਰਹੇ ਆ ਹਾਂ ਸਾਹਿਬ ਕਹਿੰਦੇ ਸਾਹਿਬ ਦੀ ਵੋਕਲ ਗਰਮ ਆ
ਬਸ ਵੇਖੋ ਵੋਕਲ ਦੀ ਗੱਲ ਕਰ ਰਹੇ ਨਾ, ਮੇਰੇ ਖਿਆਲ ਹੁਣ ਭਾਜੀ ਮੈਂ ਨਾ ਇੱਕ ਥਰਡ ਫਰਮੈਸ਼ ਆ ਦੇਖੋ ਮੈਂ ਲਿਖਾਂ ਦੀ ਹਾਂ ਦੀ ਵੋਕਲ ਕਹਿ ਰਹੇ ਵੋਕਲ ਵੋਕਲ ਆ ਇਹ ਕਹਿ ਰਹੇ ਵੋਕਲ ਵੋਕਲ ਗਰਮ ਆ ਜੀ 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 ਕਹਿਦਾ ਵੋਕਲ ਨੂੰ ਰਹੇ ਬਾਕੀ ਨਹੀਂ ਕਹਿ ਸਕਦੇ ਦੇਖੋ ਜੀ ਮੈਂ ਤੁਹਾਨੂੰ ਦੱਸਾਂ ਭਾਜੀ ਬੇਸ਼ੱਕ ਤੁਸੀਂ ਇੰਨੇ ਗਾਣੇ ਗਾਏ ਇੰਨੇ ਗਾਣੇ ਗਾਏ ਜ਼ਿੰਦਗੀ ਦੇ ਵਿੱਚ ਇੰਨੇ ਗਾਣੇ ਕਈਆਂ ਨੂੰ ਐਂਟਰਟੇਨ ਵੀ ਕੀਤਾ ਕਈਆਂ ਨੂੰ ਰਵਾਇਆ ਤੁਸੀਂ ਹੈ ਪਰ ਮੈਨੂੰ ਤੁਹਾਡਾ ਭੰਗੜਾ ਗੀਤ ਬਹੁਤ ਪਸੰਦ ਆ ਦਿਲੋਂ ਜਿਹੜਾ ਗੁਪਸੀ ਪਾਜੀ ਨਾਲ ਤੁਸੀਂ ਉਹ ਕੱਢਿਆ ਸੀ ਬਹੁਤ ਸੋਹਣਾ ਗੀਤ ਉਹ ਸਰੋਂ ਦੇ ਉਹ ਸਰੋਂ ਦੇ ਖੇਤਾਂ 'ਚ ਤੁਸੀਂ ਸ਼ੂਟ ਕੀਤੀ ਸੀ ਮੇਰਾ ਖਿਆਲ ਮੈਂ ਸਰੋਂ ਦੇ ਖੇਤ ਪਹਿਲੀ ਵਾਰ ਦੇਖੀ ਸੀ ਇੰਗਲੈਂਡ ਦੇ ਵਿੱਚ ਉਦੋਂ ਮੈਨੂੰ ਪਤਾ ਨਹੀਂ ਸੀ ਦੇਖ ਲਓ ਮੇਰਾ ਖਿਆਲ ਦੇਖੋ ਮੈਂ ਖਿਆਲ ਭਾਜੀ ਦੋ ਗਲੈਨਾਂ ਬਣਦੀਆਂ ਉਸ ਗਾਣੇ ਦੀਆਂ ਮਜ਼ਾ ਆ ਜਾ ਉਹ ਸੁਣਾਉਂਦਾ ਵੀ ਭਾਜੀ ਮੈਂ ਤੁਹਾਨੂੰ ਮੈਂ ਕੱਪੜੇ ਵੀ ਸਰੋਂ ਦੇ ਖੇਤ 'ਚ ਖੜ ਕੇ ਚੇਂਜ ਕੀਤੇ ਸੀ ਕੁਰਤਾ ਚਾਦਰਾ ਹਾਂ ਅੱਛਾ ਬੂਟੇ ਥੱਲੇ ਕੋਨਾ ਜਾ ਪੋਤ ਲੈ ਕੇ ਕੱਪੜੇ ਚੇਂਜ ਕੀਤੇ ਸੀ ਮੇਰੀ ਮੈਂ ਉਹ ਗਾਣਾ ਭਾਜੀ ਵਨ ਆਫ ਮਾਈ ਫੇਵਰਿਟ ਗਾਣਾ ਵਨ ਆਫ ਮਾਈ ਬੈਸਟ ਸੌਂਗਸ ਪਲੇਲਿਸਟ 'ਚ ਅਜੇ ਵੀ ਮੇਰੇ ਪਲੇਅਰ ਤੇ ਮੈਂ ਗੱਡੀ 'ਚ ਉਹ ਗਾਣਾ ਮੈਂ ਸੁਣਦਾ ਹੁੰਦਾ ਅਜੇ ਵੀ ਕਿਉਂਕਿ ਮੈਨੂੰ ਉਸ ਗਾਣੇ ਦੀ ਇੱਕ ਮਿਊਜ਼ਿਕ ਵੋਕਲ ਵਰਡਿੰਗ ਤੇ ਸਭ ਤੋਂ ਵੱਧ ਉਹਦੀ ਵੀਡੀਓ ਬੜੀ ਪਸੰਦ ਆਈ ਬਹੁਤ ਵਧੀਆ ਵੀਡੀਓ ਬਣੀ ਸੀ ਵੈਸੇ ਉਸ ਟਾਈਮ ਦੀ ਗੱਲ ਕਰਨਾ ਉਸ ਟਾਈਮ ਦੀ ਸਭ ਤੋਂ ਬੈਸਟ ਮਿਊਜ਼ਿਕ ਵੀਡੀਓ ਮੈਂ ਕਹਿ ਸਕਦਾ ਜੀ 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 ਬਹੁਤ ਸੋਹਣੀ ਸੀ ਉਹ ਮੈਂ ਤੁਹਾਨੂੰ ਉਹ ਵੀ ਸੁਣਾਉਂਦਾ ਬਾਕੀ ਤਾਂ ਗੀਤ ਆਪਣੇ ਚੱਲਦੇ ਰਹਿਣੇ ਆ ਤੇ ਭਾਜੀ ਜਿਹੜਾ ਗੀਤ ਤੁਸੀਂ ਪਹਿਲਾਂ ਦੇਖਿਆ ਨਾ ਪਟਵਾਰੀ ਗੀਤ ਆਇਆ ਸੀ ਆਪਣਾ ਉਹ ਅਮਰ ਭਾਜੀ ਨੇ ਕੀਤਾ ਸੀ ਸ਼ੂਟ ਤੇ ਹੁਣ ਆਪਣਾ ਬਿਲਕੁਲ ਗੋਲਡ ਦੁਬਈ ਗੀਤ ਆ ਰਿਹਾ ਉਹ ਵੀ ਇਹਨਾਂ ਦਾ ਸ਼ੂਟ ਕੀਤਾ ਹੋਇਆ ਹਾਏ 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 ਤੇ ਕਾਫੀ ਗੀਤ ਹੈਗੇ ਆਪਾਂ ਹੋਰ ਨੈਕਸਟ ਅਗਲੇ ਗੀਤ ਵੀ ਸ਼ੂਟ ਕਰ ਰਹੇ ਹਾਂ ਇਕੱਠੇ ਤੇ ਇਹਨਾਂ ਨਾਲ ਵੀ ਸਾਡੀ ਮੁਲਾਕਾਤ ਹੋਣੀ ਹੈ ਅਜੇ ਪ੍ਰੋਮੋ ਪਾਇਆ ਨੀ ਮੈਂ ਇਹਨਾਂ ਨੂੰ ਵੀ ਅਸੀਂ ਲਾਈਵ ਲਿਆ ਰਹੇ ਹਾਂ ਅਸੀਂ ਆਹ ਕੀ ਬਾਤ ਹੈ ਕੀ ਵਧਾ ਸ਼ਿੰਦਾ ਭਾਈ ਦੇ ਸ਼ੂਟ ਵੀ ਇਹਨਾਂ ਨੇ ਕੀਤੇ ਆ ਹਾਂ ਬਿਲਕੁਲ ਇਹਨਾਂ ਨੇ ਕੀਤੀ ਸੀ ਤਾਂ ਹੀ ਮੈਂ ਸੋਚਿਆ ਯਾਰ ਇਹਨਾਂ ਨੇ ਇਹਨਾਂ ਦੇ ਪੋਰਟਫੋਲੀਓ ਇੰਨਾ ਬੜਾ ਕਮਾਲ ਦਾ ਆ ਕਿ ਬਹੁਤ ਸਾਰੀਆਂ ਗੱਲਾਂ ਇਹਨਾਂ ਨਾਲ ਵੀ ਕਰਨੀਆਂ ਕਿਉਂਕਿ ਇਹ ਹੈਗੇ ਵੀਡੀਓ ਡਾਇਰੈਕਟਰ ਬੰਦੇ ਵੀ ਕਮਾਲ ਦੇ ਆ ਇਹ ਹਾਂ ਬੰਦੇ ਵੀ ਕਮਾਲ ਦੇ ਬਿਲਕੁਲ ਸੋਹਣਾ ਕੰਮ ਕਰਦੇ ਆ ਬਿਲਕੁਲ ਹਾਂ ਜੀ 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 ਮੇਰਾ ਮੈਂ ਪਹਿਲਾਂ ਗੀਤ ਇਹਨਾਂ ਨਾਲ ਕੀਤਾ ਪਟਵਾਰੀ ਤੇ ਉਹ ਤੋਂ ਮੈਂ ਪੰਜ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਨੂੰ ਮਿਲਿਆ ਸੀਗਾ ਪਰ ਮਿਲ ਕੇ ਰੂਹ ਖੁਸ਼ ਹੋ ਗਈ ਲੱਗਦਾ ਸੀ ਕਿ ਹਾਂ ਯਾਰ ਬੰਦੇ ਮਿਹਨਤੀ ਵੀ ਆ ਤੇ ਮਿਲਣਸਾਰ ਵੀ ਹੈਗੇ ਆ ਸਾਰੀ ਟੀਮ ਵੀ ਬਹੁਤ ਵਧੀਆ ਆ ਸਾਰੀ ਟੀਮ ਵੀ ਬਹੁਤ ਵਧੀਆ ਕੰਮ ਕਰਦੀ ਤੇ ਇਹਨਾਂ ਨੇ ਮਤਲਬ ਮਾਹੌਲ ਬਣਾ ਕੇ ਰੱਖਿਆ ਦੁਬਈ ਦੇ ਵਿੱਚ ਵੀ ਮਤਲਬ ਵਧੀਆ ਸ਼ੂਟ ਕੀਤਾ ਸਾਰੇ ਦੇਖੋ ਜੀ ਦੁਬਈ ਵੀ ਮੁਲਕ ਬੜਾ ਕਮਾਲ ਦਾ ਵੈਸੇ ਉੱਥੇ ਵੀ ਕਾਫੀ ਵਧੀਆ ਜਿੱਦਾਂ ਨਾ ਕਹਿ ਲਓ ਵੀਡੀਓ ਚ ਬੜਾ ਵਧੀਆ ਲੱਗਦਾ ਬਹੁਤ ਸੋਹਣਾ ਲੱਗਦਾ ਪਰ ਮੇਰੇ ਨਾਲ ਬੈਡ ਐਕਸਪੀਰੀਅੰਸ ਰਿਹਾ ਇਸ ਵਾਰ ਦਾ ਪਹਿਲਾਂ ਮੈਂ ਸ਼ੋ ਪਹਿਲਾਂ ਦੁਬਈ ਹੋ ਕੀਤਾ ਇਸ ਵਾਰ ਫੜ ਲਿਆ ਸੀ ਭਾਜੀ ਬਿਠਾ ਲਿਆ ਸੀ ਉੱਥੇ ਹੀ ਅੱਛਾ ਮੈਨੂੰ ਕਹਿੰਦੇ ਤੁਹਾਡੀ ਹਿਸਟਰੀ ਕਿਸੇ ਨਾਲ ਮਿਲਦੀ ਆ ਮਤਲਬ ਕਿ ਕੋਈ 2005 ਚ ਕ੍ਰਾਈਮ ਕੀਤਾ ਆ ਤੁਸੀਂ 2005 ਮੈਂ ਕਿਹਾ ਸੀ ਓ ਮਾਈ ਗੋਡ ਮੇਰੇ ਸਰੀਰ ਦੇਖ ਕੇ ਲੱਗਦਾ ਕਿ ਮੈਂ ਕੋਈ ਕ੍ਰਿਮੀਨਲ ਹੋ ਸਕਦਾ ਪਹਿਲਾਂ ਤੁਸੀਂ ਓ ਮਾਈ ਗੋਡ ਇਹ ਸਾਰੇ ਵੀਡੀਓ ਸ਼ੂਟ ਲੱਗੇ ਕਰਨ ਤੇ ਮੈਨੂੰ ਤੇ 에ਅਰਪੋਰਟ ਤੇ ਬਿਠਾਇਆ ਹੋਇਆ ਓ ਮਾਈ ਗੋਡ ਮੈਚ ਕਰ ਰਹੀ ਹੈ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਯਾਰ ਕਿਹੜੇ ਸੰਨ ਚ ਮੈਨੂੰ ਕ੍ਰਾਈਮ ਕੀਤਾ ਮੈਂ ਕਿਹਾ ਮੈਨੂੰ ਦੱਸਦਾ ਦਿਓ ਸਾਲਾ ਮੈਨੂੰ ਪਰਦਾ ਲੱਗੇ ਯਾਰ ਵੀ ਕਿਹੜੇ ਸੰਨ ਚ ਮੈਂ ਕ੍ਰਾਈਮ ਕਰ ਗਿਆ ਕਹਿੰਦੇ 2005 ਚ ਮੈਂ ਕਿਹਾ 2005 ਦਾ ਮੈਂ ਪੜ੍ਹਦਾ ਸੀਗਾ ਕਾਲਜ ਦੇ ਵਿੱਚ ਮੈਂ ਕਿੱਥੇ ਕ੍ਰਾਈਮ ਕਰ ਗਿਆ 2010 ਚ ਮੈਂ ਕੰਟਰੀ ਤੋਂ ਬਾਹਰ ਪਹਿਲੀ ਵਾਰ ਨਿਕਲਿਆ ਓ ਮਾਈ ਗੋਡ ਪਿੱਛੇ ਆ ਜਾਵੇ ਕੋਈ ਚੱਕਰ ਨਹੀਂ ਦੇਖ ਲੈਂਦੇ ਆ ਗਏ ਮੇਰੇ ਉਹਨੇ ਬਾਇਓਮੈਟ੍ਰਿਕ ਵਗੈਰਾ ਕੀਤੀ ਮਤਲਬ ਫਿੰਗਰਪ੍ਰਿੰਟ ਆਈਪ੍ਰਿੰਟ ਕੀਤੇ ਕਹਿੰਦੇ ਨਹੀਂ ਤੁਸੀਂ ਹੈ ਨਹੀਂ ਉਹ ਵਾਲੇ ਇਹ ਤਾਂ ਕੋਈ ਹੋਰ ਆ ਮੈਂ ਕਿਹਾ ਭਾਈ ਜਾਣਦੇ ਹੋ ਇੰਗਲੈਂਡ ਮੇਰਾ ਸ਼ੋਅ ਸੀ ਅਗਲੇ ਦਿਨ ਤੇ ਮੈਨੂੰ ਕਹਿੰਦੇ ਆ ਲੈ ਕੇ ਫਿਰ ਉੱਥੇ ਗਏ ਉਹਨੇ ਫਿਰ ਉਹਦੇ ਸਿਸਟਮ ਨੇ ਚੱਕ ਲਿਆ ਵੀ ਯਾਰ ਇਹ ਬੰਦਾ ਇਹਨੇ ਕੀਤਾ ਹੋਇਆ ਤੇ ਕਹਿੰਦਾ ਲੱਕੀ ਸਾਹਿਬ ਭੁੱਲਰ ਸਾਹਿਬ ਕਹਿ ਰਿਹਾ ਕਹਿੰਦਾ ਰਮਨ ਭਾਜੀ ਨੂੰ ਅਗਲੇ ਵੀਡੀਓ ਚ ਨੈਕਸਟ ਵੀਡੀਓ ਚ ਰੱਖਿਓ ਆਏ ਹਾਏ ਵਾਹ ਪਹਿਲੀ ਵਾਰੀ ਕਿਸੇ ਨੇ ਮੇਰਾ ਚੇਤਾ ਕੀਤਾ ਹੋਇਆ ਫਿਰ ਕਿਸੇ ਨੇ ਕਿਹਾ ਹੱਦ ਹੋ ਗਈ ਹੈ ਤੁਹਾਨੂੰ ਸਾਈਨ ਕਰ ਲਈ ਹੈ ਹੁਣ ਨਾਲ ਲੱਗਦੇ ਵੀ ਉਸ ਵੀਡੀਓ ਮੈਂ ਕਿਹਾ ਇੱਕ ਵਾਰ ਐਕਸਪੀਰੀਅੰਸ ਲੈ ਹੀ ਲੈਂਦੇ ਆ ਅਸੀਂ ਦੇਖੀ ਜਾਏਗੀ ਹੈ ਆਉਣਾ ਹੀ ਪੈਣਾ ਨਾ ਕੁਝ ਕਰਨਾ ਪੈਣਾ ਆਪਾਂ ਨੂੰ ਆ ਤਾਂ ਲੱਕੀ ਸਾਹਿਬ ਨੇ ਨਾ ਬਹੁਤ ਵੱਡੀ ਜ਼ਿੰਮੇਵਾਰੀ ਹੁਣ ਲਾਤੀ ਆ ਇਹ ਵੀ ਹੁਣ ਕਰਨਾ ਪੈਣਾ ਹੀ ਆ ਸਾਨੂੰ ਇਹ ਲੱਕੀ ਸਾਹਿਬ ਉਹੀ ਲੱਕੀ ਸਾਹਿਬ ਆ ਜਿਹੜੇ ਇੰਗਲੈਂਡ ਦੇ ਵਿੱਚ ਜਿਹਨਾਂ ਨਾਲ ਮੈਂ ਭਰਾਵਾਂ ਵਾਂਗੂ ਮਤਲਬ ਹਰ ਦਿਨ ਰਾਤ ਮੇਰੇ ਨਾਲ ਹੁੰਦੇ ਸੀ ਇਕੱਠੇ ਰਹਿੰਦੇ ਆ ਵਾਹ ਜੀ ਵਾਹ
ਕਿਆ ਬਾਤ ਹੈ, ਇਸ ਬਹਾਨੇ ਨਾਲ ਇਹਨਾਂ ਦੇ ਵੀ ਦਰਸ਼ਨ ਹੋ ਗਏ। ਵਾਹ, ਜੇ ਇੰਗਲੈਂਡ ਦੇ ਵਿੱਚ ਮੈਂ ਹੈਗਾ ਆ, ਮੈਂ ਚੱਲ ਰਿਹਾ ਜਾਂ ਮੈਂ ਕਿਤੇ ਕੁਛ ਕਰ ਰਿਹਾ ਤਾਂ ਇਹਨਾਂ ਦੀ ਬਦੌਲਤ ਆ। ਆਏ ਹਾਏ ਹਾਏ ਕੂਲਰ ਸਾਹਿਬ ਜੀ, ਹਾਂ ਮੇਰਾ ਮਤਲਬ ਕਿ ਬਹੁਤ ਵਾਧੂ ਭਰਾਵਾਂ ਭਰਾਵਾਂ ਨਾਲ ਵੀ ਕਿਤੇ ਵੱਧ ਕੇ ਕਰਦੇ ਆ ਬਹੁਤ ਜ਼ਿਆਦਾ। ਮਤਲਬ ਕਦੇ ਕਦੇ ਮੈਂ ਤੁਹਾਨੂੰ ਦੱਸਿਆ ਸੀ ਨਾ ਆਪਾਂ ਜਦੋਂ ਪਹਿਲਾਂ ਸਟਾਰਟਿੰਗ ਦੀ ਗੱਲ ਕੀਤੀ ਸੀ ਕਿ ਕਦੇ ਫੀਲ ਹੀ ਨਹੀਂ ਹੋਇਆ ਕਿ ਮੈਂ ਇੰਗਲੈਂਡ ਦੇ ਵਿੱਚ ਆ, ਵਾਹ ਘਰ ਹੀ ਲੱਗਦਾ ਕਿ ਮੈਂ ਘਰ ਆ। ਵਾਹ ਜੀ ਵਾਹ, ਦੇਖੋ ਜੀ ਇਹ ਵੀ ਇੱਕ ਕਹਿ ਲਓ ਲਾਈਫ ਦੇ ਵਿੱਚ ਕਈ ਹੁਣ ਅਸੀਂ ਇੱਕ ਦੂਜੇ ਨੂੰ ਅਸੀਂ ਕਦੀ ਪਰਸਨਲੀ ਮਿਲੇ ਨਹੀਂ ਜੀ, ਸਾਡੀ ਗੱਲਬਾਤ ਚੱਲ ਰਹੀ ਹੈ ਜਦੋਂ ਤੁਹਾਡਾ ਗੀਤ ਆਇਆ ਸੀ ਬਹਿ ਜਾ ਬਹਿ ਜਾ ਰੈਸ਼ ਫਰੰਟਿਕ ਦੇ ਨਾਲ। ਬਿਲਕੁਲ ਦੇਖ ਲੋ ਹੈ, ਹਾਲਾਂਕਿ ਫੋਨ ਤੇ ਗੱਲਾਂ ਬਾਤਾਂ ਬੇਸ਼ਕ ਹੁੰਦੀਆਂ ਆ ਪਰ ਵੀਡੀਓ ਕਾਲ ਵੀ ਨੀ ਕਦੀ ਕੀਤੀ ਹਜੇ। ਰਮਨ ਭਾਜੀ ਜਦੋਂ ਗੱਲ ਕਰਦੇ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਫੋਨ ਤੇ ਆ, ਅਸੀਂ ਘੰਟਾ ਘੰਟਾ ਡੇਢ ਡੇਢ ਘੰਟਾ ਵੀ ਨੋਨ ਸਟੋਪ ਗੱਲ ਕੀਤੀ ਹੋਈ ਹੈ ਦੋਨਾਂ ਨੇ, ਸਾਨੂੰ ਬਿਲਕੁਲ ਪਤਾ ਹੀ ਨਹੀਂ ਚੱਲਦਾ ਕਿ ਕਿੱਥੇ ਦੀ ਕਿੱਥੇ ਗੱਲ ਚੱਲ ਗਈ। ਸਹੀ ਗੱਲ, ਬੰਦਾ ਸਟਾਰਟ ਕਿਤੋਂ ਕਰਦੇ ਪੁਜਾ ਦਿੰਦੇ ਕਿਤੇ, ਅੱਜ ਵੀ ਕੀਤਾ ਆਪਾਂ ਕਿੱਥੇ ਆ ਗਏ ਆ। ਹਾਂ ਦੇਖ ਲਓ ਹੈ, ਗੱਲ ਸੀ ਕਹਿ ਰਹੀ ਹੈ ਇਹ ਬ੍ਰੋ ਪਿਛਲੇ ਜਨਮ ਦੇ ਰਿਸ਼ਤੇ ਹੁੰਦੇ ਨੇ। ਸਹੀ ਗੱਲ ਹੈ ਜੀ, ਇਹ ਰਿਸ਼ਤੇ ਦੇਖੋ ਡੈਸਟੀਨੀ ਤਾਂ ਹੁੰਦਾ ਹੈ, ਮਾਤਮਾ ਵੱਲੋਂ ਬਣਾਏ ਹੁੰਦੇ ਹਨਾ, ਤੁਸੀਂ ਦੇਖ ਲਓ ਨਾ ਅਸੀਂ ਜਾਣਦੇ ਨਹੀਂ ਸੀ। ਤੇ ਭੁੱਲਰ ਸਾਹਿਬ ਮੇਰੇ ਕਿਸੇ ਸ਼ੋਅ ਤੇ ਆਏ ਸੀ, ਲੱਕੀ ਸਾਹਿਬ ਇਹ ਮੇਰੇ ਸ਼ੋਅ ਤੇ ਆਏ ਸੀ ਕਿਤੇ, ਤੇ ਸ਼ੋਅ ਚੱਲ ਰਿਹਾ ਸੀ, ਮੈਂ ਯਾਦ ਨਹੀਂ ਲੱਕੀ ਭਾਈ ਕਿੱਥੇ ਸੀਗਾ ਸ਼ੋਅ ਯਾਰ, ਉਹ ਜਿੱਥੇ ਆਇਆ ਸੀ ਮੈਂ ਸ਼ੋਅ ਕਰ ਰਿਹਾ ਲੱਗਾ ਸੀਗਾ, ਤੇ ਇਹਨਾਂ ਨੇ ਇੱਕ ਸਾਈਡ ਨਾ ਉੱਤੇ ਸੀਗੇ ਮਤਲਬ ਹਾਲ ਪੂਰਾ ਭਰਿਆ ਸੀ, ਇਹਨਾਂ ਦੀ ਇੱਕ ਸਾਈਡ ਤੋਂ ਮੈਨੂੰ ਲੱਗਾ ਵੀ ਉੱਪਰੋਂ ਯਾਰ ਆਵਾਜ਼ ਆਈ ਇੱਕ ਸਾਈਡ ਤੋਂ, ਉਹ ਸੈਣੀ ਸਾਹਿਬ ਨਹੀਂ ਰੀਸਾਂ ਤੇਰੀਆਂ ਏਦਾਂ ਕੁਛ ਕੀਤਾ ਸੀ, ਮੈਂ ਕਿਹਾ ਯਾਰ ਕੌਣ ਆ, ਤੇ ਮੈਨੂੰ ਇਹਨਾਂ ਨੇ ਬਾਅਦ ਦੱਸਿਆ ਕਿ ਮੈਂ ਬੋਲਿਆ ਸੀ ਪਿੱਛੋਂ, ਤੇ ਆਪਣੇ ਘਰੇ ਖੁਸ਼ ਆ, ਤੇ ਅਸੀਂ ਅਸੀਂ ਮਸਤ ਮੌਲਾ ਬੰਦੇ ਤਿੰਨੇ ਛੜੇ ਉੱਥੇ ਲੈਣੇ ਆ ਪੰਗੇ। ਵਾਹ ਜੀ ਵਾਹ ਜੀ, ਮਾਤਾ ਸਾਨੂੰ ਪਕਾ ਪਕਾ ਦੇਣੀ ਆ, ਬਸ ਅਸੀਂ ਟੀਵੀ ਮੋਰੇ ਬੈਠੇ ਰਹਿੰਦੇ ਆ ਜਾਂ ਕੁਛ ਕਰਦੇ ਆ। ਯਾ ਹਾਰਮੋਨੀਅਮ ਲੈ ਕੇ ਮਹਿਫਲ ਲਾ ਲਈ ਹੈ, ਮਹਿਫਲਾਂ ਵਾਧੂ ਹਾਰਮੋਨੀਅਮ ਲਾ ਕੇ, ਹਾਰਮੋਨੀਅਮ ਨਾਲ ਕਾਫੀ ਵਾਰ ਮਹਿਫਲ ਲਾਈ ਅਸੀਂ। ਹਾਂ ਬਾਕੀ ਜਾਂਦੇ ਆਦੇ ਘੁੰਮਦੇ ਰਹਿੰਦੇ ਮੇਰੇ ਜਿੰਨੇ ਹੈਗੇ, ਜੇ ਕੋਈ ਗੀਤ ਵੀ ਆਉਂਦਾ ਕੋਈ ਨਵਾਂ ਆਉਣ ਵਾਲਾ ਗੀਤ ਜਾਂ ਕੋਈ ਲਿਰਿਕਸ ਮੈਂ ਲੈਣਾ ਹੈ ਕਿਸੇ ਕੋਲੋਂ ਜਾਂ ਫਿਰ ਮੈਂ ਵੀਡੀਓ ਆਪਣਾ ਸ਼ੂਟ ਕੀਤਾ ਜਾਂ ਵੀਡੀਓ ਸ਼ੂਟ ਕਰਨਾ, ਮੈਂ ਇਹਨਾਂ ਦੀ ਜ਼ਿਆਦਾ ਸਲਾਹ ਲੈਂਦਾ ਲੱਕੀ ਸਾਹਿਬ ਦੀ ਵੀ, ਮੈਂ ਇਹਨਾਂ ਨੂੰ ਦੱਸਦਾ ਯਾਰ ਆਹ ਚੀਜ਼ ਕਰਨੀ ਹੈ ਕਿੱਦਾਂ ਕਰੀਏ, ਠੀਕ ਹੈ ਸ਼ੋਅ ਤੇ ਜਾਣਾ ਤਾਂ ਕੱਪੜੇ ਠੀਕ ਹੈ ਕਿੱਦਾਂ ਲੱਗਦਾ ਹੈ, ਪੱਗ ਠੀਕ ਵੱਜੀ ਹੈ ਮੇਰੀ ਜਾਂ ਨਹੀਂ, ਇਹ ਮੇਰੇ ਦਾ ਕੰਮ ਵੀ ਕਰਦੇ ਭਰਾ ਵਾਂਗੂ ਜਿੱਦਾਂ। ਵਾਹ ਇਹ ਮੇਰੀ ਬਿੱਲੋ ਬਣ ਜਾਂਦੀ ਹੈ ਕਈ ਵਾਰ, ਬਿੱਲੋ ਕਰ ਲੈ ਬਲੋਰੀ ਅੱਖਾਂ ਸਾਹਮਣੇ ਨੀ ਮਿੱਤਰਾਂ ਦੇ ਪੱਗ, ਵਾਹ ਜੀ ਵਾਹ, ਕਹਿ ਲਓ ਭਰਾ ਆ ਦੋਸਤ ਹੈ ਸਭ ਕੁਛ ਹੈ। ਵਾਹ ਦੇਖੋ ਜੀ ਲਾਈਫ ਦੇ ਵਿੱਚ ਏਦਾਂ ਦੇ ਲੋਕ ਚਾਹੀਦੇ ਆ ਜਿਹੜੇ ਤੁਸੀਂ ਭਰਾਵਾਂ ਤੋਂ ਵੱਧ ਕੇ ਉਹਨਾਂ ਨੂੰ ਸਮਝੋ। ਮਿਲਦੇ ਆ ਭਾਜੀ, ਮੈਂ ਲੱਕੀ ਸਮਝਦਾ ਆਪਣੇ ਆਪ ਨੂੰ ਵੀ ਲੱਕੀ, ਹਾਲਾਂਕਿ ਉਹ ਹੈ ਨਾ ਉਹਦਾ ਲੱਕੀ ਹੈ ਪਰ ਲੱਕੀ ਕਿਸਮਤ ਵੱਲੋਂ ਮੈਂ ਕਿ ਮੈਨੂੰ ਏਦਾਂ ਦੇ ਭਰਾ ਮਿਲੇ ਆ ਦੁਨੀਆਂ ਦੇ ਵਿੱਚ, ਕਿੱਥੇ ਕਿਸੇ ਨੇ ਫੀਲ ਨਹੀਂ ਕਦੇ ਹੋਣ ਦਿੱਤਾ ਕਿ ਮੈਂ ਕਿੱਥੇ ਬੈਠਾ ਆ। ਚਲੋ ਇਸ ਇਸ ਖੁਸ਼ੀ ਚ ਕੋਈ ਗੀਤ ਹੀ ਗਾਓ ਫਿਰ, ਹੁਣ ਤਾਂ ਸਾਰੇ ਹੁਣ ਇੰਨੇ ਜ਼ਿਆਦਾ ਦੇਖੋ ਜੀ ਤੁਸੀਂ ਦੁਬਈ ਦੇ ਸ਼ੇਖਾਂ ਨੂੰ ਇੰਨਾ ਨਚਾਇਆ ਕਿ ਉਹਨਾਂ ਨੇ ਤੁਹਾਨੂੰ ਕ੍ਰਿਮੀਨਲ ਦੀ ਬੁਲਾ ਦਿੱਤਾ, ਆਣ ਦਿੱਤਾ ਫਿਰ ਉਹਨੇ ਮੈਨੂੰ ਭੇਜ ਦਿੱਤਾ, ਮਤਲਬ ਫਿਰ ਉਹਨਾਂ ਦੇ ਰਿਕਾਰਡ ਸ਼ੋ ਹੋ ਗਿਆ ਸੀ, ਉਹ ਕਹਿੰਦੇ ਨਹੀਂ ਸਾਡੇ ਤੋਂ ਆਈਡੈਂਟੀ ਜਦੋਂ ਤੁਸੀਂ ਅਰਾਈਵ ਕੀਤੇ ਉਦੋਂ ਆਈਡੈਂਟੀ ਕੋਈ ਹੋਰ ਪੈ ਗਈ ਸੀ ਮੇਰੀ, ਉਹ ਮੈਚ ਕਰ ਗਈ ਸੀ ਕਿਸੇ ਨਾਲ, ਮੈਚ ਕਰ ਗਈ ਹਾਂ ਉਹਦੇ ਨਾਲ ਮੈਚ ਕਰ ਗਿਆ ਸੀ, ਫਿਰ ਉਹਨੇ ਮੈਨੂੰ ਭੇਜ ਦਿੱਤਾ, ਪਰ ਮੈਂ ਸ਼ੋਅ ਤੋਂ ਸ਼ੋਅ ਮੇਰਾ ਕੈਂਸਲ ਹੋ ਗਿਆ, ਸ਼ੋਅ ਤੇ ਨਹੀਂ ਮੈਂ ਪਹੁੰਚ ਸਕਿਆ ਕਿਉਂਕਿ ਟਾਈਮ ਤੋਂ ਮੈਂ ਲੇਟ ਹੋ ਗਿਆ ਸੀ, ਫਲਾਈਟ ਨਹੀਂ ਟਾਈਮ ਨਾਲ ਫੜ ਹੋਈ ਸੀ। ਅੱਛਾ ਭਾਈ ਤੁਸੀਂ ਇੱਦਾਂ ਕਰੋ, ਪ੍ਰੀਤ ਕੌਸੀ ਨੇ ਨਾ ਬਹਿ ਜਾ ਦੀ ਫਰਮਾਇਸ਼ ਕੀਤੀ ਆ, ਤੇ ਸਿੰਗਾਪੁਰ ਵਾਲੇ ਵੀ ਬਹਿ ਜਾ ਮਲਿਕਾ ਬੈਂਸ ਕਹਿ ਰਹੇ ਬਹਿ ਜਾ, ਮੈਂ ਕਿਹਾ ਬਹਿ ਜਾ ਜੀ ਕਰ ਦੋ ਯਾਰ। ਹਾਂ ਠੀਕ ਹੈ ਭਾਜੀ, ਬਹਿ ਜਾ ਵੀ ਸੁਣਾਉਂਦੇ। ਇੱਕ ਨਾ ਇਹ ਸੌਰਵ ਕਹਿ ਰਿਹਾ ਸਰ ਓਏਸੀ ਚੈਨਲ ਯੂਟਿਊਬ ਕਦੋਂ ਬਣੂਗਾ ਤੁਹਾਡਾ ਭਾਜੀ, ਉਹ ਯਾਰ ਇਹ ਗੱਲਾਂ ਇੱਥੇ ਪੁੱਛਣ ਵਾਲੀਆਂ ਨਹੀਂ ਆ, ਮੈਨੂੰ DM ਕਰ ਲਿਆ ਕਰੋ, ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਇਹ ਚੀਜ਼ਾਂ ਅਸੀਂ ਕਰ ਰਹੇ ਹਾਂ, ਪਰ ਪੂਰੀ ਟੀਮ ਇਹਦੇ ਵਿੱਚ ਲੱਗੀ ਹੁੰਦੀ,
ਪਰ ਇਹ ਚੀਜ਼ਾਂ ਇਦਾਂ ਨਹੀਂ ਮਿਲਦੀਆਂ ਹੁੰਦੀਆਂ, ਇੰਨੀਆਂ ਆਸਾਨ ਨਹੀਂ ਹੁੰਦੀਆਂ ਲੈਣੀਆਂ, ਤੇ ਹੋ ਰਹੀਆਂ ਉਹ ਕਿਉਂਕਿ ਮੇਰੇ ਜਿੰਨੇ ਗੀਤ ਆਏ ਆ ਪਹਿਲੇ ਹੋਰ ਹੋਰ ਮੈਂ ਲੈਵਲ ਨਾਲ ਕੀਤੇ ਆ, ਸਾਰਿਆਂ ਨੂੰ ਪਤਾ ਹੁਣ ਮੈਂ ਆਪਣੇ ਅਫੀਸ਼ੀਅਲੀ ਭਾਜੀ ਚੈਨਲ ਯੂਟਿਊਬ ਚੈਨਲ ਤੋਂ ਆਪਣੇ ਗੀਤ ਰਿਲੀਜ਼ ਕਰ ਰਿਹਾ ਨਾ। ਸੋ ਇਹ ਮੁੰਡਾ ਮੇਰਾ ਵੱਡਾ ਬਹੁਤ ਤਕੜਾ ਫੈਨ ਆ ਤੇ ਫੋਲੋ ਕਰਦਾ ਹਾਂ, ਤੇ ਇਹ ਮੇਰਾ ਬੜਾ ਮਤਲਬ ਖਿਆਲ ਰੱਖਦਾ ਇਸ ਇਹਨਾਂ ਚੀਜ਼ਾਂ ਦੇ ਵਿੱਚ, ਪੁੱਛਦਾ ਰਹਿੰਦਾ ਸਰ ਤੁਸੀਂ ਏਦਾਂ ਕਰੋ ਇਸ ਚੀਜ਼ ਨੂੰ, ਕਾਫੀ ਮੈਨੂੰ ਚੀਜ਼ਾਂ ਵਧੀਆ ਵਧੀਆ ਦੱਸਦਾ, ਤੇ ਮੈਂ ਇਹਦੀ ਮਤਲਬ ਕਈ ਚੀਜ਼ਾਂ ਮੈਨੂੰ ਨਹੀਂ ਪਤਾ ਸੀ ਜਿਹੜੀਆਂ ਮੈਨੂੰ ਇਹਨਾਂ ਨੇ ਦੱਸੀਆਂ, ਭਾਵੇਂ ਅਸੀਂ ਮਿਊਜ਼ਿਕ ਇੰਡਸਟਰੀ 'ਚ ਰਹਿੰਦੇ ਹਾਂ ਪਰ ਇਹਨੂੰ ਮੇਰੇ ਨਾਲੋਂ ਜ਼ਿਆਦਾ ਪਤਾ, ਜਦਕਿ ਕਾਫੀ ਛੋਟਾ ਬੱਚਾ ਹਾਲੇ। ਅੱਛਾ, ਪਰ ਇਹਦੀ ਇੱਧਰ ਦੀ ਸਾਰੀ ਨੌਲੇਜ ਬਹੁਤ ਜ਼ਿਆਦਾ ਆ, ਤੇ ਆਹੀ ਤਾਂ ਗੱਲ ਆ ਨਾ ਕਿਉਂਕਿ ਉਮਰ ਦਾ ਕੋਈ ਫਰਕ ਨੀ ਹੁੰਦਾ, ਪਰ ਕਹਿਣ ਦਾ ਮਕਸਦ ਇਹ ਆ ਕਿ ਕਈਆਂ ਕੋਈ ਪਤਾ ਨੀ ਹੁੰਦਾ ਕਿ ਕਿੱਥੋਂ ਆਈਡੀਆ ਵਧੀਆ ਮਿਲ ਜਾਏ ਕੋਈ। ਇਹੀ ਗੱਲ ਹੈ ਜੀ, ਤੇ ਉਹ ਚੀਜ਼ ਆ। ਫਿਰ ਹੁਣ ਆਪਾਂ ਗੀਤ ਬੁਲਾਈਏ, ਭੰਗੜਾ ਪਹਿਲਾਂ ਭੰਗੜਾ ਕਰ ਲੈਂਦੇ ਆਪਾਂ ਨਾ। ਚਲੋ ਭੰਗੜਾ ਕਰ ਲਓ, ਭੰਗੜਾ ਪਹਿਲੇ ਕਰ ਲਓ ਫਿਰ ਬਹਿ ਜਾ ਬਹਿ ਜਾ। ਭੰਗੜੇ ਕਰੇ ਇੱਧਰ ਮੇਰਾ ਫੋਨ ਵੀ ਨਾ ਓਵਰਹੀਟ ਹੋ ਜਾਏ, ਇਹਦਾ ਵੀ ਕੁਛ ਨੀ ਪਤਾ ਵਿਚਾਰੇ ਦਾ। ਫੋਨ ਵੈਸੇ ਥੋੜਾ ਆਈਫੋਨ ਹੈ ਜਾਂ ਸੈਮਸੰਗ ਦਾ ਹੈ? ਨਹੀਂ ਆਈਫੋਨ ਹੈ ਭਾਜੀ, ਪਰ ਉਹ ਮੈਂ ਨਾ ਇਸ ਦੇ ਬਿੰਗਸ ਕਰਤੇ ਸੀ ਦੂਜੀ ਸਾਈਡ, ਮੈਂ ਕਿਹਾ ਇੱਧਰ ਹਵਾ ਵੱਜਦੀ ਹੋਣੀ ਸਿੱਧੀ। ਠੀਕ 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 ਠੀਕ, ਉਹਦੇ ਕਰਕੇ ਫਿਰ ਕੰਮ ਖਰਾਬ ਹੋ ਗਿਆ ਸ਼ਾਇਦ। ਭੰਗੜਾ ਗੀਤ ਸਟਾਰਟ ਕਿੱਦਾਂ ਹੁੰਦਾ? ਸਮਾਂ ਵਾਲੀ ਡਾਂਗ ਇੱਦਾਂ ਕੁਛ ਕਰਕੇ ਹੈ ਨਾ ਯਾ ਸਾਡੇ ਕੋਲ ਹੈਗਾ ਆ, ਸਰਚ ਮਾਰ ਸਕਦੇ ਅਸੀਂ ਲੈਪਟਾਪ ਤੇ, ਕੀ ਪਤਾ ਸਾਨੂੰ ਲਿਰਿਕਸ ਇੱਥੇ ਮਿਲ ਜਾਏ। ਕਿੱਡੀ ਤਕੜੀ ਗੱਲ ਹੈ, ਆਪਣੇ ਗੀਤ ਦੇ ਲਿਰਿਕਸ ਨੈਟ ਤੋਂ ਲੱਭਣੇ ਪੈ ਰਹੇ ਸਾਨੂੰ। ਦੇਖ ਲੋ ਹਾਲਾਤ, ਦੇਖ ਲੋ ਗਾਇਕ ਕਲਾਕਾਰਾਂ ਦੇ ਅੱਜ ਕੱਲ ਹੈ, ਆਪਣੇ ਗੀਤ ਹੀ ਭੁੱਲ ਗਏ ਹੈ। ਦੇਖੋ ਜੀ, ਜ਼ਰੂਰੀ ਨੀ ਹੈ ਕਿ ਕਲਾਕਾਰ ਨੂੰ ਹਰ ਗਾਣੇ ਦਾ ਪਤਾ ਹੋਵੇ, ਹੈ ਜ਼ਰੂਰੀ ਨੀ। ਮੈਂ ਸੋਚਦਾ ਕਿ ਸ਼ੇਰ ਗਾਵਾਂ ਜਾਂ ਨਹੀਂ, ਉਦੋਂ ਮੈਨੂੰ ਪਤਾ ਹੁਣ ਗੱਭਰੂ ਬਨ ਬਨਡਾ। ਹਾਂ 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 ਹਾਂ, ਏਦਾਂ ਸ਼ੁਰੂ ਹੁੰਦਾ ਨਾ ਸ਼ੇਰ, ਫੁੱਲਾਂ ਵਾਂਗ ਖਿੜਕੇ ਤੇ ਫਿਰ ਆਸ਼ਿਕ ਹੋਣ ਮੁਟਿਆਰਾ, ਏਦਾਂ ਹੈ ਨਾ ਸਾਰਾ ਹੀ ਇਹ, ਏਦਾਂ ਹਾਂ ਹਾਂ। ਬਾਕੀ ਮੈਂ ਚੱਕਮਾ ਹੀ ਰੱਖਦਾ ਕੰਮ। ਉਹ ਸਮਾਂ ਵਾਲੀ ਡਾਂਗ ਮੋਟਿਆਂ ਤੇ ਰੱਖ ਕੇ, ਮੋਹਲੇ ਤੇ ਦਿਲ ਯਾਰੂ ਹੱਸ ਹੱਸ ਕੇ, ਡਗਾ ਲਾ ਕੇ ਜਦ ਢੋਲੀ ਪਾਵੇ ਬੋਲੀਆਂ, ਵੀ ਸੋਹਣੇ ਗੱਭਰੂ ਪੰਜਾਬ ਦੇ, ਹੱਕੋ ਦੇ ਭੰਗੜਾ ਨੇ ਬੰਨ ਬੰਨ ਟੋਲੀਆਂ, ਵੀ ਸੋਹਣੇ ਗੱਭਰੂ ਪੰਜਾਬ ਦੇ, ਹੋ ਸੋਹਣੇ ਗੱਭਰੂ ਪੰਜਾਬ ਦੇ। ਹਾਏ ਹਾਏ ਵਾਹ, ਦੇਖੋ ਜੀ ਭਾਵੇਂ ਤੁਸੀਂ ਥੋੜਾ ਜਿਹਾ ਗਾਇਆ ਹੋਵੇ ਨਾ, ਉਹਦੇ ਚ ਹੀ ਸਵਾਦ ਆ ਜਾਂਦਾ ਬੰਦੇ ਨੂੰ, ਤੁਹਾਡੀ ਟੋਨ ਆਵਾਜ਼ ਦੀ ਐਸੀ ਹੈ ਕਿ ਬੰਦੇ ਕੀਲ ਕੀਲ ਕੇ ਰੱਖ ਦਿੰਦੇ ਤੁਸੀਂ। ਵਾਹ, ਕਹਿੰਦੇ ਗੀਤ ਓਵਰਲੋਡ ਹੋ ਗਏ, ਓਵਰਲੋਡ ਹੋ ਗਿਆ ਹੈ, ਇਹ ਤਾਂ ਪੰਗਾ ਪੈ ਗਿਆ ਨਾ। ਆਹ ਸਹੀ ਗੱਲ ਆ, ਓਵਰਲੋਡ ਹੀ ਹੋ ਗਿਆ। ਬਾਕੀ ਭਾਈ ਤੁਸੀਂ ਕਹਿ ਰਹੇ ਸੀ ਮਜ਼ਾ ਆਉਂਦਾ, ਭਾਜੀ ਦੇਖੋ ਮਿਹਨਤ ਕੀਤੀ ਆ ਉਹਨਾਂ ਦੇ, ਪਰ ਬਾਕੀ ਰੱਬ ਦੀ ਕਿਰਪਾ ਹੈ, ਬਾਕੀ ਫੈਨਸ ਦਾ ਪਿਆਰ। ਦੇਖੋ ਮੈਂ ਤੁਹਾਨੂੰ ਦੱਸਦਾ, ਮੈਂ ਕਦੇ ਰਿਆਜ਼ ਨਹੀਂ ਕੀਤਾ, ਹੁਣ ਮੈਨੂੰ 10 ਸਾਲ ਹੋ ਗਏ ਰਿਆਜ਼ ਕੀਤੇ ਨੂੰ, ਕਦੇ ਰਿਆਜ਼ ਹੀ ਨਹੀਂ ਕੀਤਾ। ਹਾਂ, ਕਿਉਂਕਿ ਪਰਫਾਰਮੈਂਸ 'ਚ ਹੀ ਹੋ ਜਾਂਦੀ ਨਾ, ਲਾਈਵ ਸਟੇਜ 'ਤੇ ਹੀ ਹੋ ਜਾਂਦੀ ਕਿਸਮ ਦੀ, ਸਾਰਾ ਪਰਫਾਰਮੈਂਸ ਵਿੱਚ ਹੋ ਜਾਂਦਾ। ਆਈ ਆ ਨਾ ਜੀ, ਇੱਕ ਭੰਗੜਾ ਗੀਤ ਬਿੰਦ ਰੱਖਿਆ ਜੀ ਦਾ ਸੁਣਾ ਦਿਓ, ਬਿੰਦ ਰੱਖਿਆ ਦਾ ਵੀ ਸੁਣਾ ਦਈਏ ਇੱਕ। ਬਿਲਕੁਲ, ਉਹਨਾਂ ਦੀ ਹਾਜ਼ਰੀ ਲਾਓ ਯਾਰ, ਬਿੰਦ ਰੱਖਿਆ ਦੇ ਬਿੰਦ ਰੱਖਿਆ ਸਾਹਿਬ ਦੇ ਮੈਂ ਵੀ ਬੜਾ ਫੈਨ ਰਹਿ ਚੁੱਕਾ ਆ ਸ਼ੁਰੂ ਤੋਂ ਹੀ, ਹਨਾ। ਹੋ ਨੀਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਦੇਖ ਕੇ, ਨੀਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਦੇਖ ਕੇ, ਨਸ਼ਾ ਅੱਜ ਜਿਹਾ ਚੜ ਗਿਆ ਨੀ, ਉਹ ਦਿਲ ਤਾਂ ਪਤਾ ਨੀ ਤੇਰਾ, ਦਿਲ ਤਾਂ ਪਤਾ ਨੀ, ਦਿਲ ਤਾਂ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ, ਮੈਂ ਤਾਂ ਮੁੱਖੜਾ ਦੇਖ ਕੇ ਮਰ ਗਿਆ ਨੀ, ਦਿਲ ਤਾਂ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ, ਮੈਂ ਤਾਂ ਮੁੱਖੜਾ ਦੇਖ ਕੇ ਮਰ ਗਿਆ ਨੀ। ਵਾਹ, ਆਏ ਹਾਏ, ਕਿਆ ਬਾਤ ਹੈ ਯਾਰ। ਦੇਖੋ ਬਿੰਦਰਖੀਆ ਸਾਹਿਬ ਦਾ ਸਟਾਈਲ ਵੀ ਬੜਾ ਕਾਬਲੇ ਤਾਰੀਫ ਆ, ਵੈਸੇ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀਗੀ ਨਾ, ਉਹਨਾਂ ਦਾ ਸਟਾਈਲ ਖਾਸ ਕਰਕੇ ਮਿਊਜ਼ਿਕ ਵੀਡੀਓਜ਼ 'ਚ, ਬਸ ਸਿੰਪਲ ਜਿਹਾ ਸਟਾਈਲ, ਬੜਾ ਕਮਾਲ ਦਾ ਉਹੀ ਅੰਦਾਜ਼, ਹਨਾ। ਵੈਸੇ ਗਿਤਾਸ ਨਾਲ ਕਦੀ ਕੋਲੈਬੋਰੇਸ਼ਨ ਕਰਨ ਦਾ ਮੌਕਾ ਨਹੀਂ ਮਿਲਣਾ ਕਦੀ, ਕਿਉਂਕਿ ਮੇਰਾ ਖਿਆਲ ਅਸੀਂ ਚਾਹੁੰਦੇ ਹਾਂ ਕਿ ਕੋਈ ਏਦਾਂ ਦਾ ਕੋਈ ਗੀਤ ਆਵੇ ਸਾਡੇ ਇਕੱਠਿਆਂ ਦਾ। ਭਾਜੀ ਉਹ ਦੇਖਾਂਗੇ, ਹਾਲੇ ਕੋਈ ਇਤਨਾ ਪਲਾਨ ਨਹੀਂ ਹੈਗਾ, ਪਰ ਹੁਣ ਤੁਸੀਂ ਦਿਮਾਗ 'ਚ ਗੱਲ ਪੜਦੀ ਆ, ਹੁਣ ਦੇਖਾਂਗੇ, ਜ਼ਰੂਰ ਕਰਦੇ ਆ ਕੁਛ ਨਾ ਕੁਛ, ਬੜਾ ਇੰਟਰਸਟਿੰਗ ਹੋਏਗਾ ਵੈਸੇ ਕਨਸੈਪਟ। ਜੀ ਜੀ ਜੀ, ਸਾਡਾ ਤੇ ਗਿਤਾਰ ਇਕੱਠੇ, ਹਾਂ ਉਹ ਕੁਛ ਬਣਾਉਂਦੇ ਆ ਕੋਈ ਚੀਜ਼ ਇਦਾਂ ਦੀ।
ਜ਼ਰੂਰ ਕਰਾਂਗੇ ਜੀ। ਤੇ ਬਾਕੀ ਦੇਖੋ ਅੱਛਾ ਭਾਜੀ, ਆ ਦੇਖੋ ਦੇਖੋ ਜੀ, ਸਾਡੇ ਕੋਲ ਕੈਨੇਡਾ ਵਾਲੇ ਵੀ ਹੈਗੇ ਆ, ਇੰਗਲੈਂਡ ਵਾਲੇ ਵੀ ਹੈਗੇ, ਹੁਣ ਹਰਿਆਣੇ ਤੋਂ ਵੀ ਆ ਗਏ ਆ ਜੀ। ਇਹ ਹਰਿਆਣੇ ਤੋਂ ਸਾਨੂੰ ਸਰ ਦੱਸਦਾ, ਤੁਸੀਂ ਸਾਨੂੰ ਪੁੱਛ ਰਹੇ ਤੁਸੀਂ ਕੁਰੂਕਸ਼ੇਤਰ ਹੈ ਹਰਿਆਣੇ ਤੋਂ ਹੋ ਜਾਂ ਕਿਸੇ ਹੋਰ ਨੂੰ ਪੁੱਛ ਰਹੇ, ਕਿਉਂਕਿ ਇੱਕ ਮੈਸੇਜ ਪਹਿਲਾਂ ਹੋਰ ਆਇਆ ਸੀ ਕਿਸੇ ਹੋਰ, ਅੱਛਾ ਆਪਣੀ ਵੀ ਗੱਲਬਾਤ ਹੋ ਰਹੀ ਹੈ ਵਿੱਚ ਇਹਨਾਂ ਦੀ। ਵਾਹ ਰੇ ਵਾਹ, ਦੇਖੋ ਜੀ ਆਪਸ ਚ ਵੀ ਲੱਗੇ ਹੋਏ ਇਹ ਰਿਸ਼ਤੇਦਾਰੀ ਕੱਢਣ, ਹਾਂ। ਹੈ ਆਪਸੀ ਰਿਸ਼ਤੇਦਾਰੀ ਕੱਢਣ ਨੂੰ ਫਾਇਦੇ ਹੋ ਸਾਰੇ ਹੁਣ। ਆਪਣਾ ਚੱਲ ਰਿਹਾ ਜੀ, ਚਲੋ ਪਰਮਾਤਮਾ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਨੂੰ। ਠੀਕ ਆ, ਬਿਲਕੁਲ ਬਣਦਾ ਬਿਲਕੁਲ ਬਿਲਕੁਲ ਬਣਦਾ ਜੀ, ਦੇਖੋ ਆਪਸੀ ਮਿਲ ਵਰਤ ਕੇ ਰਹਿਣਾ ਚਾਹੀਦਾ, ਕਿਉਂਕਿ ਅੱਜ ਕੱਲ ਤਾਂ ਹਾਲਾਤ ਏਦਾਂ ਦੇ ਹੋ ਗਏ ਇੱਕ ਦੂਜੇ ਨੂੰ ਵੀ ਗਾਲਾਂ ਕੱਢਦੇ ਸੋਸ਼ਲ ਮੀਡੀਆ ਤੇ, ਲੈਣਾ ਇੱਕ ਦਾ ਦੇਣੇ ਦੋ ਹੈ, ਇਸ਼ੂ ਕਿਸੇ ਹੋਰ ਦਾ ਹੁੰਦਾ ਹੈ, ਸਿਆਪਾ ਆਪਣੇ ਸਿਰ ਪਾ ਲੈਂਦੇ। ਕਹਿੰਦੇ ਕੋਈ ਬੱਬੂ ਮਾਨ ਦਾ ਗੀਤ ਵੀ ਸੁਣਾ ਦਿਓ। ਬੱਬੂ ਮਾਨ, ਦੇਖੋ ਜੀ ਬੱਬੂ ਮਾਨ ਹੁਣਾਂ ਨੇ ਵੀ ਕਾਫੀ ਆਪਣਾ ਦੇਖੋ ਜੀ ਇੰਡਸਟਰੀ ਦੇ ਵਿੱਚ ਆਪਣਾ ਨਾਮ ਬਣਾਇਆ ਸਹੀ ਗੱਲ ਹੈ ਜੀ। ਹੈ ਉਹ ਦੇਖੋ ਉਹਨਾਂ ਨੇ ਆਂਸਰ ਦਿੱਤਾ, ਨਾ ਭਾਜੀ ਮੈਂ ਹਰਿਆਣਾ ਤੋਂ ਆ। ਅੱਛਾ ਇਹ ਹਰਿਆਣੇ ਤੋਂ, ਸਾਨੂੰ ਨਹੀਂ ਕੁਛ ਨਹੀਂ ਸੀ, ਰਿਸ਼ਤੇਦਾਰੀ ਕੱਢਣ ਲੱਗੇ ਹੋਏ ਸੀ ਇਹ। ਅੱਛਾ, ਹਰਿਆਣੇ ਵਾਲੇ ਵੀ ਕਾਫੀ ਜੁੜ ਗਏ ਹੁਣ ਪੰਜਾਬ ਦੇ ਨਾਲ, ਕਾਫੀ ਗੂੜੀ ਸਾਂਝ ਪਾ ਲਈ ਹੈ ਹਰਿਆਣੇ ਵਾਲਿਆਂ ਨੇ ਹੁਣ। ਜੀ, ਇੱਦਾਂ ਚੱਲ ਰਿਹਾ। ਹਾਂ, ਅੱਜ ਕੱਲ ਤਾਂ ਆਪਣੇ ਪੰਜਾਬ ਦੇ ਸਿੰਗਰ ਹੀ ਹਰਿਆਣਵੀ ਗੀਤ ਗਾਉਣ ਆਪ ਹੈ। ਸਹੀ ਗੱਲ ਹੈ, ਹੈ ਹਰਿਆਣਵੀ ਗੀਤ ਆਪਣੇ ਪੰਜਾਬ ਚ ਕਾਫੀ ਚੱਲਦੇ ਆ, ਜਦੋਂ ਕਰਦੇ ਆ ਵਿਆਹ ਸ਼ਾਦੀ ਦੇ ਵਿੱਚ ਕਾਫੀ ਭੰਗੜਾ ਚੱਲਦਾ ਇਹਨਾਂ ਦੇ ਵਿੱਚ, ਹਰਿਆਣਵੀ ਗੀਤਾਂ ਦੇ ਵਿੱਚ। ਵੈਸੇ ਆਪਣੇ ਗੀਤ ਵੀ ਪੰਜਾਬ ਦੇ, ਦੇਖੋ ਜੀ ਆਪਣੇ ਪੰਜਾਬ ਦੇ ਗੀਤ ਵੀ ਕਾਫੀ ਉੱਥੇ ਕਾਫੀ ਸੁਣਦੇ ਆ। ਮੈਂ ਇੱਕ ਵਾਰੀ ਇੱਕ ਕਲਿੱਪ ਦੇਖ ਰਿਹਾ ਸੀਗਾ, ਕਿਸੇ ਨੇ ਮੈਨੂੰ ਸ਼ੇਅਰ ਕੀਤੀ, ਇੱਕ ਗਾਣਾ ਆਇਆ ਸੀਗਾ ਹਰਭਜਨ ਸ਼ੇਰਾ ਹੋਣਾ ਦਾ, ਅੱਛਾ ਪੁਰਾਣਾ ਗਾਣਾ ਸੀ ਕੋਈ, ਤੇ ਰਾਜਸਥਾਨ ਚ ਵੱਜ ਰਿਹਾ ਸੀ ਕਿਸੇ ਦੇ ਵਿਆਹ ਤੇ, ਤੇ ਰਾਜਸਥਾਨੀ ਨੱਚਦੇ ਸੀ ਉਸ ਗੀਤ ਤੇ। ਫਿਰ ਇੱਕ ਸੁਰਿੰਦਰ ਸ਼ਿੰਦਾ ਹੋਣਾ ਦਾ ਇੱਕ ਆਇਆ ਸੀਗਾ ਕੋਕਾ ਤੇਰਾ ਸੱਤ ਰੰਗ ਦਾ ਪੁਰਾਣਾ ਗੀਤ, ਅੱਛਾ ਤੇ ਉਹ ਮੇਰਾ ਖਿਆਲ ਹਰਿਆਣੇ ਚ ਕੋਈ ਵਿਆਹ ਦਾ ਕੋਈ ਫੰਕਸ਼ਨ ਹੋਣਾ ਤੇ ਉੱਥੇ ਰਿਸੈਪਸ਼ਨ ਚ ਨੱਚ ਰਹੇ ਸੀ ਉਸ ਗਾਣੇ ਤੇ। ਮੈਂ ਕਿਤੇ ਮਨਿੰਦਰ ਸ਼ਿੰਦਾ ਹੋਣਾ ਨੂੰ ਭੇਜ ਬੈਠਾ, ਸਾਨੂੰ ਉਹਨਾਂ ਦੇ ਬੇਟੇ ਹੋਣਾ ਨੂੰ, ਉਹ ਕਹਿੰਦੇ ਭਾਜੀ ਤੁਸੀਂ ਤਾਂ ਬੜੀ ਕਮਾਲ ਦੀ ਚੀਜ਼ ਭੇਜੀ, ਤੁਸੀਂ ਤਾਂ ਮੈਨੂੰ ਇਮੋਸ਼ਨਲ ਕਰਤਾ, ਤੇ ਕਿਉਂਕਿ ਉਹ ਇੱਕ ਫਿਲਮ ਦੇ ਵਿੱਚ ਵੀ ਆਇਆ ਸੀ ਨਾ ਗੀਤ ਉਹ ਪੰਜਾਬੀ ਫਿਲਮ ਚ, ਤਾਂ ਮਨਿੰਦਰ ਸ਼ਿੰਦਾ ਜੂਨੀਅਰ ਆਰਟਿਸਟ ਸੀ ਉਸ ਫਿਲਮ ਚ, ਤੇ ਉਹ ਕਾਫੀ ਪੁਰਾਣੀਆਂ ਯਾਦਾਂ ਉਹਨਾਂ ਦੀਆਂ ਤਾਜ਼ੀਆਂ ਹੋ ਗਈਆਂ ਸੀ ਉਸ ਗਾਣੇ ਦੇ ਨਾਲ। ਤੇ ਪੰਜਾਬ ਦੇ ਕਾਫੀ, ਦੇਖੋ ਜੀ ਪੰਜਾਬ ਤੇ ਹਰਿਆਣਾ ਰਾਜਸਥਾਨ ਕਾਫੀ ਪੰਜਾਬੀ ਗੀਤਾਂ ਨੂੰ ਅੱਜ ਸੁਣਨ ਆਪੇ ਹੁਣ। ਵੈਸੇ ਵੀ ਪ੍ਰੀਤ ਕਲਸ ਜੀ ਨੇ ਮੈਸੇਜ ਕੀਤਾ ਕਿ ਹਰਿਆਣਾ ਦੇ ਪੰਜਾਬ ਇਕੱਠੇ ਰਹਿਣ ਰਹਿਣਗੇ ਤਾਂ ਹੀ ਇੰਡੀਆ ਸੇਫ ਹੈ ਬ੍ਰੋ। ਸਹੀ ਗੱਲ ਹੈ ਤੁਹਾਡੀ, ਹਰਿਆਣਾ ਤਾਂ ਵੈਸੇ ਵੀ ਕਹਿੰਦੇ ਕਹਿੰਦੇ ਛੋਟਾ ਭਰਾ ਹੈ ਆਪਣਾ ਸਾਰੇ, ਹੈ ਨਾ। ਤੇ ਬਿਲਕੁਲ ਬਿਲਕੁਲ, ਮੈਂ ਭਾਜੀ ਹਰਿਆਣਾ ਚ ਕਾਫੀ ਸ਼ੋਅ ਕੀਤੇ ਆ ਮੈਂ ਅੱਛਾ ਜੀ, ਵਾਧੂ ਸ਼ੋਅ ਕੀਤੇ ਆ। ਉੱਥੇ ਕਰੀ ਤੇ ਉੱਥੇ ਕਰੀ ਫਰਮਾਇਸ਼ ਆਈ ਤੁਹਾਨੂੰ ਸਟੇਜ ਤੇ ਕੋਈ ਹਰਿਆਣਵੀ ਗਾਣਾ ਗਾਉਣ ਨੂੰ? ਨਹੀਂ, ਪੰਜਾਬੀ ਗੀਤਾਂ ਦੀ ਆਈ ਹੈ ਜ਼ਿਆਦਾ, ਮੈਂ ਹਰਿਆਣਵੀ ਗੀਤ ਦੀ ਇੱਦਾਂ ਕਦੇ ਫਰਮਾਇਸ਼ ਨਹੀਂ ਆਈ। ਇੱਕ ਰੀਸੈਂਟਲੀ ਮੇਰੀ ਇੱਕ ਸਿਸਟਰ ਬਣੇ ਆ ਹਰਿਆਣੇ ਤੋਂ ਜਾਂ, ਬੜਾ ਮੈਨੂੰ ਪਿਆਰ ਕਰਦੇ ਤੇ ਮੈਨੂੰ ਭਰਾ ਬਣਾਇਆ ਨਾ, ਹੁਣੇ ਰੱਖੜੀ ਦੇ ਦਿਨ ਵੀ ਆ ਜਾਂਦੇ ਤੇ 10-15 ਦਿਨ ਹੋਏ ਆ, ਬੜਾ ਪਿਆਰ ਕਰਦੇ ਉਹ ਮੈਨੂੰ ਲੋ ਦੇ, ਗੱਲ ਵੀ ਹੁੰਦੀ ਹੈ, ਵੀਡੀਓ ਕਾਲ ਤੇ ਵੀ ਗੱਲ ਹੋ ਜਾਂਦੀ ਉਹਨਾਂ ਨਾਲ, ਤੇ ਵੀਡੀਓ ਤੇ ਵੀ ਵਧੀਆ ਸਾਰੇ, ਉਹਦਾ ਪਿਆਰ ਹਰਿਆਣਾ ਤੋਂ ਮਤਲਬ ਕਾਫੀ ਪਿਆਰ ਮਿਲਦਾ ਹਰਿਆਣਾ ਤੋਂ, ਤੇ ਉਹਨਾਂ ਨੇ ਮੈਨੂੰ ਭਰਾ ਬਣਾਇਆ ਹੋਇਆ, ਹੁਣ ਮੈਂ ਜਾਣਾ ਕਿਸੇ ਦਿਨ ਆਪਣਾ ਭਰਾ ਦਾ ਫਰਜ਼ ਅਦਾ ਕਰਨ ਪਹੁੰਚਾਂਗਾ। ਵਾਹ ਜੀ ਵਾਹ, ਆਹੀ ਤੇ ਗੱਲ ਹੈ ਨਾ, ਆਰਟਿਸਟ ਦੀ ਗੱਲ ਏਦਾਂ ਹੈ ਨਾ ਕਿ ਆਰਟਿਸਟ ਦਾ ਕੋਈ ਏਦਾਂ ਨਹੀਂ ਹੈ ਕਿ ਉਹ ਕਿਸੇ ਇੱਕ ਹੀ ਕਮਿਊਨਿਟੀ ਨਾਲ ਦੇ ਵਿੱਚ, ਉਹ ਬਰੋਡ ਆ, ਉਹ ਸਾਰੇ ਆਰਟਿਸਟ ਸਭ ਦਾ, ਹਰ ਬੰਦੇ ਨਾਲ ਸਾਡਾ ਸਭ ਦਾ, ਉਹਦਾ ਕੋਈ ਹੈ ਨਹੀਂ ਕਿ ਉਹ ਇੱਕ ਹੀ ਕਮਿਊਨਿਟੀ ਦੇ ਨਾਲ ਰਿਲੇਸ਼ਨ ਰੱਖਣਾ ਹੈ ਜੀ, ਉਹ ਸਭ ਦਾ ਆਰਟਿਸਟ ਸਭ ਦਾ ਸਾਂਝਾ। ਬਿਲਕੁਲ ਬਿਲਕੁਲ ਜੀ, ਵਾਹ ਕਿਆ ਬਾਤ ਹੈ। ਵੈਸੇ ਭਾਜੀ 1 ਘੰਟਾ 30 ਮਿੰਟ ਹੋ ਗਏ ਆ ਤੇ 3 ਗੀਤ ਵੀ ਗਾਏ ਤੁਸੀਂ, ਗੱਲਾਂ ਬਾਤਾਂ ਬੜੀਆਂ ਕਮਾਲ ਦੀਆਂ ਹੋਈਆਂ ਜੀ। ਹੁਣ ਹੁਣ ਗੱਲ ਇਦਾਂ ਆ ਕਿ ਭਾਜੀ, ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਉਹ ਕਾਰਤਿਕ ਸਾਹਿਬ ਆ ਗਏ, ਕਾਰਤਿਕ ਸੋਨੀ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਕਾਰਤਿਕ ਸਾਹਿਬ ਤੁਹਾਡੇ ਹਾਂ ਤੋਂ ਪਹਿਲਾਂ ਹੋਲੀ, ਹਾਂ ਵਾਹ ਦੇਖ ਲਓ ਐ, ਦੇਖੋ ਇਹ ਵੀ ਕੁਦਰਤੀ ਜੁਆਇਨ ਹੋ ਗਏ ਸਾਡੇ ਨਾਲ, ਵਾਹ ਜੀ ਵਾਹ, ਕਾਰਤਿਕ ਸਾਹਿਬ ਆ ਗਏ। ਕਾਰਤਿਕ ਸਾਹਿਬ ਤੁਸੀਂ ਸੋਚੋ ਤੁਹਾਡੀਆਂ ਗੱਲਾਂ ਇੰਗਲੈਂਡ ਕੈਨੇਡਾ ਅਮਰੀਕਾ ਚ ਪਹੁੰਚ ਗਿਆ ਕਾਫੀ ਦੇਰ ਪਹਿਲਾਂ, ਤੁਸੀਂ ਲੇਟ ਹੋ ਗਏ ਥੋੜੇ ਜਿਹੇ, ਦੇਖ ਲਓ ਜੀ ਲੇਟ ਹੋ ਗਿਆ, ਦੇਖੋ ਅਸੀਂ ਤਾਂ ਕੀ ਗੱਲਾਂ ਕੀਤੀਆਂ ਹੈ, ਤੁਹਾਡੇ ਕੱਪੜਿਆਂ ਤੇ ਅਸੀਂ ਪੂਰੀ ਪ੍ਰਮੋਸ਼ਨ ਕੀਤੀ ਹੈ, ਪੂਰੀ ਪ੍ਰਮੋਸ਼ਨ ਕੀਤੀ, ਹੁਣ ਤਾਂ ਆਪਾਂ ਵੀ ਕੱਪੜੇ ਉੱਥੋਂ ਲੈਣੇ ਆ ਅਸੀਂ ਇੰਡੀਆ ਆ ਕੇ, ਹੁਣ ਦੇਖੀਏ ਤਾਂ ਸਹੀ ਕਿ ਕਿਹੜਾ ਸਟੋਰ ਆ ਇਹ।
ਨਹੀਂ ਭਾਜੀ ਇਹ ਗੱਲ ਸੀਰੀਅਸ ਹੈ, ਮਤਲਬ ਕਿ ਤੁਸੀਂ ਆਓ ਆ ਕੇ ਕਾਰਤਿਕ ਸਾਹਿਬ ਦੇ, ਮਤਲਬ ਕਿ ਵਧੀਆ ਨੇਚਰ ਵੀ ਬਹੁਤ ਸੋਹਣੀ ਆ, ਮਤਲਬ ਜਦੋਂ ਵੀ ਆਉਂਦੇ ਇੰਡੀਆ ਤਾਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਇਹਨਾਂ ਕੋਲੋਂ। ਮੈਂ ਬਾਕੀਆਂ ਨੂੰ ਵੀ ਕਹਿੰਦਾ ਜਿੰਨੇ ਵੀ ਇੰਡੀਆ ਆਉਂਦੇ ਇਹਨਾਂ ਕੋਲ ਕੱਪੜੇ ਜ਼ਰੂਰ ਇੱਕ ਵਾਰ ਲੈਣ ਆਓ, ਅਨੰਦਪੁਰ ਸਾਹਿਬ ਦੇ ਵਿੱਚ ਹੀ ਸ਼ੋਪ ਹੈ ਇਹਨਾਂ ਦੀ, ਤੇ ਮਤਲਬ ਵਧੀਆ ਹੈ, ਮਤਲਬ ਕਿ ਜਿੰਨਾ ਵੀ ਹੈਗਾ ਟ੍ਰੈਂਡ ਦੇ ਹਿਸਾਬ ਨਾਲ, ਕਿਉਂਕਿ ਜੰਕਸਟਰ ਹੈਗੇ ਆ ਵੀ ਟ੍ਰੈਂਡ ਦੇ ਹਿਸਾਬ ਨਾਲ ਸਾਰੇ ਕੱਪੜੇ ਹੁੰਦੇ ਇਹਨਾਂ ਕੋਲ, ਵਾਹ ਮੈਂ ਲੈਣਾ ਸਾਰੇ। ਕਹਿਣਾ ਮਤਲਬ ਇਸ ਬਹਾਨੇ ਨਾਲ ਇਹਨਾਂ ਦੇ ਸਟੋਰ ਦੀ ਥੋੜੀ ਬਹੁਤ ਹੀ ਜਿੱਦਾਂ ਨਾ ਇੰਡੋਰਸਮੈਂਟ ਹੋ ਗਈ ਇੰਟਰਨੈਸ਼ਨਲੀ ਗਲੋਬਲੀ ਇੰਡੋਰਸਮੈਂਟ ਹੋ ਗਈ ਆ ਕਿ ਜਿਹਨਾਂ ਨੇ ਕੱਪੜੇ ਲੈਣੇ ਆ ਪ੍ਰੋਮੋਸ਼ਨ ਕੀਤੀ ਹੁਣ ਸਾਡਾ ਬਣਦੀ ਹੈ ਇੱਕ ਇੱਕ ਟੀ-ਸ਼ਰਟ ਭਾਜੀ ਬਣਦਾ ਤਾਂ ਹੈ, ਵੈਸੇ ਬਣਦਾ ਤਾਂ ਹੈ। ਹਾਂ ਲਿਆਉਂਗਾ ਇੱਥੋਂ ਆਂਦਾ ਹੈ, ਮੈਂ ਆਪਣਾ ਲਾ ਕੇ ਚੈੱਕ ਕਰ ਲੂਗਾ ਕਿਦਾਂ ਦੀ ਆ। ਹਾਂ ਸਹੀ ਆ ਸਹੀ ਆ, ਨਹੀਂ ਸਹੀ ਆ। ਅੱਛਾ ਆਪਾਂ ਨੂੰ 1 ਘੰਟੇ 30 ਮਿੰਟ, ਹਾਂ ਭਾਜੀ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਲੱਗਿਆ ਨੂੰ, ਦੇਖ ਲੋ ਹੈ ਕੋਈ ਪਤਾ ਚੱਲਦਾ। ਇਹ ਤਾਂ ਰਿਕਾਰਡ ਤੋੜਤਾ ਤੁਸੀਂ, ਕਿਉਂਕਿ ਪਿਛਲੇ ਵੀਕ ਮੈਂ ਕਿਹਾ ਅਸੀਂ ਗੱਲ ਕੀਤੀ ਇੱਕ ਇੱਕ ਘੰਟੇ ਦੀ, ਇੱਕ ਘੰਟੇ ਦੀ ਹੋਈ ਸੀ ਗੱਲ। ਹਾਂ ਤੇ ਹੁਣ 1 hour 40 minutes ਹੋ ਗਏ ਜੀ ਪੂਰੇ ਜੀ, ਜੇ 30 ਹੋ ਗਏ 40 ਮਿੰਟ ਹੋ ਗਏ ਹੈ ਨਾ, 40 ਮਿੰਟ ਦੇਖ ਲੋ ਹੈ। ਤੇ ਗੱਲਾਂ ਬਾਤਾਂ ਵੀ ਬੜੀਆਂ ਕਮਾਲ ਹੋਈਆਂ, ਕਿਉਂਕਿ ਦੇਖੋ ਗੱਲਾਂ ਅਸੀਂ ਇੱਦਾਂ ਕਰਨੀਆਂ ਸੀ, ਸ਼ੁਗਲ ਮਜ਼ਾਕ ਵੀ ਕਰਨਾ ਸੀ ਤੇ ਨਾਲ ਨਾਲ ਸਾਡਾ ਫੋਨ ਵੀ ਡਿੰਗਾ ਹੋ ਗਿਆ। ਹਾਂ ਸਿੱਧਾ ਗੱਲ ਹੈ ਹੁਣ ਆਈਫੋਨ ਵਾਲਿਆਂ ਨੂੰ ਕੰਪਲੇਨ ਕਰਨੀ ਸੀ ਲੱਕੀ ਭੁੱਲਰ ਸਾਹਿਬ ਤੁਹਾਨੂੰ ਫਰਮਾਇਸ਼ ਪਾ ਰਿਹਾ, ਕਹਿੰਦੇ ਹਾਂਜੀ ਰਮਨ ਭਾਜੀ ਕੋਈ ਕੀ ਗਾਣਾ ਆਪ ਸੁਣਾ ਦਿਓ। ਓਹੋ ਸਾਨੂੰ ਤਾਂ ਗਾਣਾ ਆਉਂਦਾ ਹੀ ਨਹੀਂ, ਇੰਨੇ ਉਸਤਾਦ ਬੰਦੇ ਸੀਨੀਅਰ ਬੰਦੇ ਮੇਰੇ ਸਾਹਮਣੇ ਬੈਠੇ ਆ, ਅਸੀਂ ਉਹਨਾਂ ਦੀ ਸੀਨੀਅਰ ਪੁਰਾ ਦੀ ਤਰਹੀਨ ਨਹੀਂ ਕਰਨਾ ਚਾਹੁੰਦੇ। ਆਪ ਬਹੁਤ ਸੋਹਣਾ, ਆਪ ਬਹੁਤ ਸੋਹਣੀ ਗਾਇਕੀ ਆ ਲੱਕੀ ਸਾਹਿਬ ਦੇ ਕੋਲ, ਮੇਰੇ ਨਾਲ ਸਟੇਜ ਤੇ ਵੀ ਕਾਫੀ ਵਾਰ ਗਾਉਂਦੇ ਆ, ਤੇ ਅਸੀਂ ਇਕੱਠਿਆਂ ਨੇ ਇੱਕ ਦੋ ਪ੍ਰੋਗਰਾਮ ਆਪਣੇ ਘਰ ਦੇ ਸੀਗੇ ਜਿਹਨਾਂ ਤੇ ਅਸੀਂ ਇਕੱਠਿਆਂ ਨਾਲ ਸਟੇਜ ਸਾਂਝੀ ਕੀਤੀ, ਦੋਨਾਂ ਨੇ ਗਾਇਆ ਇਕੱਠਿਆਂ ਨੇ ਦੋ ਮਾਈਕ ਲੈ ਕੇ, ਤੇ ਭੰਗੜਾ ਆਰਟਿਸਟ ਤਾਂ ਹੈ ਹੀ ਆ ਬਹੁਤ ਸੋਹਣੇ, ਭੰਗੜਾ ਪਲੇਅਰ ਤਾਂ ਬਹੁਤ ਵਧੀਆ ਹੈ, ਤੇ ਗਾਇਕੀ ਵੀ ਓਦਾਂ ਦੀ ਹੈ। ਗਾਉਂਦੇ ਹੁੰਦੇ ਸੀ ਉਹ ਕਿਹੜੀ ਹੈ ਗੋਰੀ, ਜਿਹੜੀ ਗੋਰੀ ਕਿਹੜੀ ਗਾਉਂਦੀ ਉਹ, ਉਹਨਾਂ ਦੇ ਨਾਲ ਵਾਧੂ ਸ਼ੋਅ ਕੀਤੇ ਹੋਏ ਇਹਨਾਂ ਨੇ ਡਿਊਟ ਸੌਂਗ। ਅੱਛਾ ਉਹ ਕੀ ਉਹ ਜਿਹੜੀ ਸਵੀਡਨ ਦੀ ਸੀ ਮੈਂ ਕਿਹਾ ਜਾਂ ਨਾਰਵੇ ਦੀ? ਹਾਂਜੀ ਹਾਂਜੀ ਹਾਂਜੀ, ਬਸ ਉਹ ਮੈਨੂੰ ਲੱਗਦਾ ਉਹੀ ਆ। ਅੱਛਾ ਕੀ ਨਾਮ ਸੀ ਉਹਦਾ? ਉਹ ਕਾਫੀ ਪੋਪੂਲਰ ਹੋਈ ਸੀਗੀ ਉਸ ਟਾਈਮ, ਕਿ ਉਹਨੂੰ ਪੰਜਾਬੀ ਗਾਇਕੀ ਆਉਂਦੀ ਹੈ। ਜੀ ਜੀ ਕਾਰਤਿਕ ਸਾਹਿਬ ਦੀ ਮੇਰੀ ਜੇਬ ਚ ਕੋਈ ਪੈਸਾ ਨੀ ਹੁੰਦਾ, ਸੱਚੀ ਗੱਲ ਹੈ। ਇੱਥੋਂ ਜਾ ਕੇ ਸੋਚ ਸੋਚ ਕੇ ਸਾਹਮਣੇ ਦਿਖ ਜਾਂਦੇ ਆ, ਮੈਂ ਅੰਦਰ ਸ਼ੋਪ ਚ ਵੜ ਜਾਂਦਾ ਕੱਪੜੇ ਚੱਕ ਕੇ ਮੈਂ ਆ ਜਾਂਦਾ, ਨਾ ਇਹਨਾਂ ਨੇ ਮੈਨੂੰ ਕਦੇ ਪੈਸੇ ਨੂੰ ਪੁੱਛਿਆ, ਨਾ ਮੈਂ ਕਦੇ ਇਹਨਾਂ ਨੂੰ ਕਿਹਾ ਵੀ ਕਿੰਨੇ ਬਣਦੇ ਕਦੋਂ ਦੇਣੇ ਕਦੋਂ ਨੇ, ਭਾਜੀ ਲੈ ਜਾਓ ਚੱਕ ਕੇ ਕੱਪੜੇ ਤੁਸੀਂ ਬਸ। ਪੰਜਾਬੀ ਪੂਰੀ ਲਾ ਰੱਖਦੇ ਨੱਚਣੇ, ਗੋਰੀਆਂ ਵੀ ਲਾ ਰੱਖੀਆਂ ਪੰਜਾਬੀਆਂ ਨੇ ਨੱਚਣ, ਦੇਖ ਲੋ ਹੈ ਕੋਈ ਕਸਰ ਨੀ ਛੱਡੀ ਪੰਜਾਬੀਆਂ ਨੇ। ਵੈਸੇ ਭੁੱਲਰ ਸਾਹਿਬ ਨੇ ਜਮੇ ਨੀ ਛੱਡੀ, ਕੁੜਤਾ ਚਾਦਰਾ ਲਾ ਹੋਰ ਗੱਲ ਮੈਂ ਦੱਸਾਂ, ਹੁਣ ਜਿੱਦਾਂ ਹੁਣ ਇੱਥੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੁਣ, ਹਨਾ ਸੱਦੇ ਪੱਤਰ ਆਏ ਹੁੰਦੇ ਆ। ਅੱਛਾ ਸੋ ਅਸੀਂ ਟੇਬਲ ਤੇ ਬੈਠੇ ਹੁੰਦੇ ਆ, ਬੰਦੇ ਅਲੱਗ ਹੁੰਦੇ ਆ, ਬੁੱਧੀਆਂ ਅਲੱਗ ਟੇਬਲ ਤੇ ਹੁੰਦੀਆਂ। ਅੱਛਾ ਇੱਕ ਵਾਰੀ ਕੀ ਹੋਇਆ, ਮੇਰੀ ਇੱਕ ਸਿਸਟਰ ਨੇ ਮੈਨੂੰ ਪੁੱਛਿਆ, ਯਾਰ ਤੁਸੀਂ ਬੰਦਿਆਂ ਦੇ ਵਿੱਚ ਤੁਸੀਂ ਬੈਠੇ ਬੈਠੇ ਹੁੰਦੇ ਆ ਕਿ ਅਸੀਂ ਤਾਂ ਬੁੜੀਆਂ ਤੋਂ ਸੂਟਾਂ ਬਾਰੇ ਹਨਾ ਕੱਪੜਿਆਂ ਬਾਰੇ ਗੱਲਾਂ ਕਰਦੇ ਆ, ਹਨਾ ਤੇ ਤੁਸੀਂ ਕਿਸ ਟੋਪਿਕ ਦੀਆਂ ਗੱਲਾਂ ਕਰਦੇ?
ਮੈਂ ਕਿਹਾ ਸੀ ਯਾਰ ਸਾਡੇ ਤਾਂ ਸਿਰਫ ਬਿਜ਼ਨਸ ਦੀਆਂ ਗੱਲਾਂ ਹੁੰਦੀਆਂ ਜੇ ਹੁੰਦੀਆਂ ਸਿਰ ਪੁੱਛਦੇ ਯਾਰ ਬਿਜ਼ਨਸ ਕਿੱਦਾਂ ਚੱਲ ਰਿਹਾ ਆ ਠੀਕ ਠਾਕ ਚੱਲ ਰਿਹਾ ਚੱਲੀ ਜਾ ਰਿਹਾ ਹੈ ਹਨਾ ਕਿ ਕਹਿੰਦੇ ਜੀ ਸਟੈਡੀ ਆ ਹੈ ਫਿਰ ਬਿਜ਼ਨਸ ਦੀਆਂ ਗੱਲਾਂ ਕਰਨਾ ਪੈਂਦੇ ਆ ਹਨਾ ਪ੍ਰੋਪਰਟੀ ਦੀਆਂ ਗੱਲਾਂ ਕਰਨਾ ਪੈਂਦੇ ਆ ਗੱਡੀਆਂ ਦੀਆਂ ਗੱਲਾਂ ਕਰਨਾ ਪੈਂਦੇ ਆ ਟੈਲੈਂਟ ਦਿਖਾ ਰਹੇ ਨਾ ਅਗਲੇ ਆਪਣਾ ਇੱਕ ਦਿਖਾ ਰਹੇ ਨਾ ਟੈਲੈਂਟ ਹਰ ਇੱਕ ਲਈ ਕਿੱਦਾਂ ਜਾਣਾ ਆ ਕੀ ਕਰਨਾ ਆ ਕਾਫੀ ਸੋਸ਼ਣ ਹੁੰਦਾ ਸੀ ਸਾਰਿਆਂ ਦੇ ਹਨਾ ਕਿੰਨੇ ਹੁੰਦਾ ਸੀ ਪਰ ਅੱਜ ਕੱਲ ਹੈਗਾ ਹਰੇਕ ਕੋਲ ਆਪਣਾ ਪਲੇਟਫਾਰਮ ਹੈਗਾ ਹਰੇਕ ਟੈਲੈਂਟ ਦਿਖਾ ਸਕਦਾ ਔਰ ਕਾਮਯਾਬ ਵੀ ਹੁੰਦੇ ਆ ਵਾਧੂ ਟੈਲੈਂਟ ਬਿਲਕੁਲ 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 ਨਹੀਂ ਸਹੀ ਹੈ ਅੱਛਾ ਸੈਨੀਓਲੋਜੀ ਨੇ ਬੱਬੂ ਮਾਨ ਦਾ ਵੀ ਸੁਣਾ ਦਿਓ ਤੇ ਕੈਨੇਡਾ ਵਾਲਿਆਂ ਨੂੰ ਵੀ ਖੁਸ਼ ਕਰ ਦਿਓ ਬਹਿ ਜਾ ਦੇ ਨਾਲ ਬਹਿ ਜਾ ਅਸੀਂ ਨੀ ਅਸੀਂ ਭੁੱਲਣਾ ਕਿਉਂਕਿ ਕੈਨੇਡਾ ਤੇ ਸਿੰਗਾਪੁਰ ਵਾਲਿਆਂ ਨੇ ਵੀ ਇਹੀ ਫਰਮਾਇਸ਼ ਕੀਤੀ ਹੈ ਗਾਣਾ ਚੜਿਆ ਵੀ ਬਹੁਤ ਸੀਗਾ ਵੈਸੇ ਬੱਬੂ ਮਾਨ ਦਾ ਵੈਸੇ ਚਲੋ ਪਰਮਾਤਮਾ ਸਾਰੇ ਦੇ ਭਲੀ ਕਰੇ ਪਤਾ ਨੀ ਇਹਦਾ ਹਾਸਾ ਮਜ਼ਾਕ ਹਾਸੀਆਂ ਖੇਡੀਆਂ ਜਿੰਨੀਆਂ ਹੋ ਗਈਆਂ ਬਿਲਕੁਲ ਮੈਂ ਖਿਆਲ ਭਾਜੀ ਇੱਕ ਵਧੀਆ ਐਂਡਿੰਗ ਕਰਨ ਵਾਸਤੇ ਅੱਜ ਕਿਉਂਕਿ ਪਹਿਲਾਂ ਤਾਂ ਮੈਂ ਬਹੁਤ ਥਾਦਾ ਥੈਂਕ ਯੂ ਕਰਦਾ ਸ਼ੁਕਰ ਗੁਜ਼ਾਰ ਆ ਕਿ ਤੁਸੀਂ ਸਮਾਂ ਕੱਢਿਆ ਲਾਈਵ ਹੋਣ ਕਿਉਂਕਿ ਜਿੱਦਾਂ ਮੈਂ ਸ਼ੁਰੂ ਚ ਕਿਹਾ ਸੀ ਕਿ ਪਿਛਲੇ ਸੀਜ਼ਨ ਦਾ ਇੱਕ ਨਾਂ ਸੀ ਲਿਸਟ ਦੇ ਵਿੱਚ ਜਿਹੜਾ ਰਹਿ ਗਿਆ ਸੀ ਉਹ ਇਸ ਸੈਕਿੰਡ ਸੀਜ਼ਨ ਦੇ ਵਿੱਚ ਹੋ ਗਿਆ ਪੂਰਾ ਮੇਰਾ ਹੁਣ ਸੋ ਉਹ ਲਿਸਟ ਪੂਰੀ ਹੋ ਗਈ ਮੇਰੀ ਹੁਣ ਤੇ ਜਿਹੜੇ ਵੀ ਸਾਡੇ ਦਰਸ਼ਕ ਦੇਖਣ ਵਾਲੇ ਵੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਵੀਕਐਂਡ ਦਾ ਦਿਨ ਆ ਆਪਣੇ ਆਪਣੇ ਕਈਆਂ ਦੇ ਕੰਮ ਹੁੰਦੇ ਆ ਤੁਸੀਂ ਆਪਣਾ ਸਮਾਂ ਪੂਰਾ ਕੱਢ ਕੇ ਇੱਕ ਘੰਟਾ 40 ਮਿੰਟ ਤੁਸੀਂ ਸਾਡੇ ਨਾਲ ਸ਼ੁਰੂ ਤੋਂ ਰਹੇ ਆ ਲਾਈਵ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਮੇਰਾ ਖਿਆਲ ਹੁਣ ਥੋੜਾ ਜਿਹਾ ਧਮਾਕੇ ਦੇ ਨਾਲ ਹਾਂਜੀ ਇੱਧਰ ਸਾਡੀ ਬੀਬੀ ਇੱਕ ਹੋਰ ਆ ਗਿਆ ਸੁਮਨ ਅੱਛਾ ਠੀਕ ਬਹੁਤ ਤਗੜੀ ਸੀਆਈਡੀ ਅਫਸਰ ਹੈ ਭੈਣ ਸਾਡੀ ਇਹ ਆ ਕੀ ਬਾਤ ਹੈ ਮੇਰੇ ਬਾਰੇ ਵਾਧੂ ਇਨਫੋਰਮੇਸ਼ਨ ਰੱਖੀ ਹੋਈ ਅੱਛਾ ਸੋ ਕੋਈ ਗੱਲ ਲੁਕੀ ਨਹੀਂ ਆ ਵਾਹ ਕੀ ਬਾਤ ਹੈ ਪੱਕਾ ਨਵਾਂ ਗੀਤ ਚਾਂਦੀ ਦੀਆਂ ਡੱਬੀਆਂ ਐਂਡ ਗੀਤ ਵੀ ਨੀ ਯਾਦ ਰਹਿੰਦੇ ਇੰਨੇ ਹੋਏ ਪਏ ਨਾ ਹੁਣ ਮੈਨੂੰ ਲੱਗਦਾ ਉਹਦਾ ਓਵਰਹੀਟ ਹੋ ਗਿਆ ਫੋਨ ਲੱਗਦਾ ਹਾਂਜੀ ਅੱਛਾ ਫੋਨ ਤੁਹਾਡਾ ਓਵਰਹੀਟ ਹੋ ਗਿਆ ਨਹੀਂ ਤੁਹਾਡੀ ਵੀਡੀਓ ਰੋਕੀ ਸੀ ਉਹ ਪਤਾ ਨਹੀਂ ਤੁਹਾਡੀ ਵੀ ਰੋਕੀ ਸੀ ਚੱਕਰੀ ਜੀ ਘੁੰਮ ਆਪੇ ਸੀ ਉੱਥੇ ਮੇਰੇ ਕੋਲ ਵੀ ਇਦਾਂ ਹੀ ਆ ਗਿਆ ਸੀ ਇਹ ਵੀ ਥੱਕ ਗਿਆ ਤੇ ਕਹਿੰਦਾ ਇਹ ਨਹੀਂ ਬੰਦੇ ਹੱਟਦੇ ਆਪਾਂ ਨਫੇ ਗੀਤ ਸੁਣਾ ਕੇ ਕਰਦੇ ਆ ਐਂਡ ਫਿਰ ਆਪਾਂ ਫੇਰ ਕਿਸੇ ਦਿਨ ਇਦਾਂ ਲਾਈਵ ਹੁੰਦੇ ਆ ਕੁਛ ਆਪਣੇ ਬਿਲਕੁਲ ਗੱਲਾਂ ਬਾਤਾਂ ਮਾਰਦੇ ਆਪਾਂ ਠੀਕ ਆ ਕੋਈ ਚੱਕਰ ਹੀ ਨਹੀਂ ਨਫੇ ਜੀ ਜੀ ਹੋ ਰੰਗ ਭਾਗ ਲੱਗੇ ਮਿੱਤਰਾਂ ਦੇ ਲੱਕ ਨੂੰ ਦਿਲੋਂ ਚੌਣ ਵਾਲੇ ਵਾਲੀ ਮਾਣ ਬਣ ਗਏ ਚਾਪਲੂਸ ਬੰਦਿਆਂ ਦੀ ਲੀਚ ਕੰਡਿਆ ਯਾਰ
ਦੀ ਅਸੀਂ ਜਾਨ ਬਣ ਗਏ ਹੋ ਪੈਸਿਆਂ ਦਾ ਕੋਈ ਨਾ ਵਪਾਰ ਕਰਦੇ ਲੋਸ ਲੋਸ ਦੇਖਣੀ ਜਵਾਕ ਕੱਲ ਦੇ क्या कॉम्पोजिशन है यार, क्या आवाज है, क्या अंदाज है, वाह जी, बहुत कमाल, बहुत बहुत शुक्र गुजार हाँ भाजी। जिदा तुसी कहंदे आ ना, अगली बार भी असीं लाइव होवांगे डेफिनेटली, क्योंकि काफी एंटरटेनिंग गल्लां होईयां अज्ज। ते अजकल हुण थोड़ा जिहा सानूं अंदाजा हो गया कि असीं हुण दो घंटे किते नहीं जांदे, सानूं नैक्सट टाइम दा सोच समझ के हाँ असीं आराम नाल कर सकदे। सो अगली बार सानूं थोड़ा जिहा ना गल्लां कट्ठियां करनियां पैणियां हुण। सही गल है, हाँ लपेट लवांगे, कोई गल नहीं किसे पासे। हां बिल्कुल बिल्कुल, किथे मुक्कणी भाजी। हां मैनूं तां इह लगदा जिद्दां आपां इंग्लैंड दे विच हुण कट्ठे होए, साडियां तां नहीं मुक्कदियां सारा दिन। ना ना हुण नहीं मुकनियां साडियां, ना 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 हुण तो देखो जी, तुसी जो आओगे ना, एक अद्धी बुकिंग मैं लीड दी लै लैनी है इत्थे दी, उस बहाने नाल थानू मैं इत्थे लियाना है, एक दो बुकिंग असीं लैनी है, नहीं तो मैं सीधे थोड़े दरवाजे तक मैं पहुंच जूंगा, कोई चक्कर ही नहीं। कोई चक्कर नहीं भाई, एनी टाइम तुसी आओ, पर आपां बैंदे किसे दिन पक्का मिलदे वी आ। बिल्कुल 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 डेफिनेटली, बहुत बहुत शुक्रिया भाजी, बहुत बहुत धन्यवाद आ, ते रब राजी रखे, चक्की जाओ फटे, गायकी अपनी होर वधिया वधिया गीत लैके आओ, ते बहुत सून असीं थानूं फिल्म च भी देखिए, ओह वी असीं उडीक कर रहे हैं कि असीं बड़े पर्दे ते असीं सैनी सुरेंद्र हुणां नूं देखिए। जरूर जी, जरूर जरूर जरूर, थैंक यू सो मच भाजी, बहुत बहुत धन्यवाद। सो देखो जी, सैनी सुरेंद्र पंजाबी गायक, बहुत कमाल गायक, उहनां नाल गल्लां बातां होईयां कमाल दियां, बड़ा कैजुअल टॉक कीती असीं, कोई फॉर्मल कोई क्वेश्चन किधर पुछे नहीं असीं, बस खुलियां गलियां गल्लां, खरियां गल्लां कीतियां असीं, बहुत बहुत धन्यवाद सारे पंजाबियों का जो सारे तमाम दुनिया दे विच सानूं देख रहे सी।